ਪਹਿਲਾਂ ਬਜ਼ੁਰਗਾਂ ਨੇ ਇੱਕ ਬੜੀ ਵਧੀਆ ਗੱਲ કરી ਸੀਗੀ ਕਿ ਪੂਰੇ ਦਿਨ ਦੇ ਵਿੱਚ ਇੱਕ ਟਾਈਮ ਐਡਾ ਲਾਉਣਾ ਚਾਹੀਦਾ ਜਿੱਦੋਂ ਸਾਰੇ ਇਕੱਠੇ ਬੈਠ ਕੇ ਆਪਸ ਵਿੱਚ ਰੋਟੀ ਜ਼ਰੂਰ ਖਾਣ। ਬਿਲਕੁਲ ਬਿਲਕੁਲ। ਉੱਥੇ ਪਰਪਸ ਰੋਟੀ ਖਾਣਾ ਨਹੀਂ ਸੀ ਹੁੰਦਾ। ਉੱਥੇ ਪਰਪਸ ਸੀ ਕਿ ਪੂਰੇ ਦਿਨ ਦੇ ਵਿੱਚ ਜਿਹੜਾ ਮੁੰਡਾ ਜੌਬ ਕਰਕੇ ਆਇਆ, ਪੂਰੇ ਦਿਨ ਦੇ ਵਿੱਚ ਜੇ ਕੋਈ ਬਾਪੂ ਖੇਤਾਂ ਦੇ ਵਿੱਚ ਜਾ ਕੇ ਆਇਆ ਤਾਂ ਪੂਰੇ ਦਿਨ ਦੀ ਸਾਰੀ ਕਹਾਣੀ ਉੱਥੇ ਡਿਸਕਸ ਹੋ ਜਾਵੇ। ਵੀ ਅੱਜ ਮੇਰੇ ਨਾਲ ਆ ਹੋਇਆ। ਜੋ ਕੋਈ ਜੌਬ ਤੇ ਜਾ ਕੇ ਉਹ ਕਹਦੇ ਮੇਰੇ ਨਾਲ ਆ ਹੋਇਆ। ਮੁੰਡਿਆਂ ਨੂੰ ਇਹ ਚੀਜ਼ ਜ਼ਿਆਦਾ ਪਸੰਦ ਆਊਗੀ ਕਿ ਯਾਰ ਗੱਡੀ ਮਰਸੀਡੀਜ਼ ਕਿ ਮਰਸੀਡੀਜ਼ ਗੱਡੀ ਹਨਾ ਕਿ ਅਸੀਂ ਮਰਸੀਡੀਜ਼ 'ਚ ਘੁੰਮੀਏ ਕਿ ਅਸੀਂ ਹਨਾ ਏਦਾਂ ਵੱਡਾ ਘਰ ਹੋਵੇ ਵਧੀਆ ਕੱਪੜੇ ਇਹ ਚੀਜ਼ਾਂ ਨੇ ਜੇ ਲੜਕੀ ਨੇ ਮਰਸੀਡੀਜ਼ ਗੱਡੀ ਲੈਣੀ ਆ ਉਹ ਉਸ ਤੋਂ ਪਹਿਲਾਂ ਇਹ ਜ਼ਿਆਦਾ ਪਸੰਦ ਕਰੂਗੀ ਕਿ ਮੈਨੂੰ ਮੁੰਡੇ ਨੇ ਦਿੱਤੀ ਕਿਹੜੇ ਤਰੀਕੇ ਨਾਲ ਮੈਨੂੰ ਸਰਪ੍ਰਾਈਜ਼ ਕਿਸ ਤਰੀਕੇ ਨਾਲ ਮਿਲਿਆ ਕਿ ਚਾਰ ਬੰਦੇ ਸੀਗੇ ਉੱਥੇ ਨਹੀਂ ਸੀਗੇ ਉਹਨੂੰ ਉਹਨੇ ਇਮੋਸ਼ਨਲ ਵੇ ਨਾਲ ਸੋਚਣਾ ਉਸੇ ਚੀਜ਼ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੋਡਕਾਸਟ ਵਿਦਰਮਨ ਦੇ ਵਿੱਚ ਤੇ ਅੱਜ ਗੱਲ ਆਪਾਂ ਸਾਰੇ ਭਟਕਦੇ ਫਿਰਦੇ ਆ ਕਾਰਨ ਕੀ ਆਪਾਂ ਨੂੰ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਮੋਟੀਵੇਸ਼ਨ ਕਿਉਂ ਨਹੀਂ ਮਿਲਦੀ ਕਿਉਂਕਿ ਨੈਗੇਟਿਵਿਟੀ ਬਹੁਤ ਆ ਤੇ ਬੰਦੇ ਨੂੰ ਰਾਹ ਕੋਈ ਦਿਖਦਾ ਨਹੀਂ ਹੈਗਾ ਤੇ ਅੱਜ ਤੁਹਾਡੇ ਸਾਰੇ ਰਾਹ ਖੋਲ ਦੇਣੇ ਆ ਤੇ ਤੁਹਾਨੂੰ ਸਾਰੇ ਰਾਹ ਪਾ ਦੇਣਾ ਕਿਉਂ ਕਿਉਂਕਿ ਅੱਜ ਸਾਡੇ ਨਾਲ ਜਿਹੜੇ ਗੈਸਟ ਨੇ ਉਹ ਹੈਗੇ ਨੇ ਮੋਟੀਵੇਸ਼ਨਲ ਸਰਦਾਰ ਹੁਣ ਕੌਣ ਨੇ ਉਹ ਤੁਸੀਂ ਆਪ ਹੀ ਪਹਿਚਾਣੋ ਭਾਜੀ ਤੁਹਾਡਾ ਵੈਲਕਮ ਕਰਦੇ ਆ ਸਾਡੇ ਪੋਡਕਾਸਟ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਅਮਰੀ ਵੀਰੋ ਤੁਹਾਡਾ ਧੰਨਵਾਦ ਤੁਸ ਨੇ ਮੌਕਾ ਦਿੱਤਾ ਕਿ ਆਪਾਂ ਦੋਨੇ ਅੱਜ ਰਲ ਮਿਲ ਕੇ ਗੱਲਾਂ ਕਰਾਂ। ਨਹੀਂ ਨਹੀਂ ਬਣਦਾ ਜੀ ਬਣਦਾ। ਸੂਪਰਮੈਨ ਆ ਸਟਾਰਟਿੰਗ ਤੋਂ ਸਟਾਰਟ ਕਰਨਾ ਚਾਹੁੰਦਾ ਕਿ ਤੁਸੀਂ ਜਿਹੜਾ ਇਹ ਫੀਲਡ ਆ ਇਹਦੇ ਵਿੱਚ ਕਿਵੇਂ ਐਂਟਰ ਹੋਏ? ਇਹ ਫੀਲਡ ਦੇ ਵਿੱਚ ਐਂਟਰੀ ਤੁਸੀਂ ਇਹ ਲਾ ਲੋ ਕਿ ਅ ਅਚਾਨਕੇ ਹੋਈ ਐ। ਜਦੋਂ ਮੈਂ ਜਿੱਥੇ ਪਹਿਲਾਂ ਜੌਬ ਕਰਦਾ ਸੀ ਨਾ। ਜਿਹੜੇ ਉੱਥੇ ਦੇ ਮੇਰੇ ਕਲੀਗ ਸੀਗੇ ਨਾਲ ਦੇ ਜੀ ਤੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਸੀ। ਗੱਲਾਂ ਬਾਤਾਂ ਕਰਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੇ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਉਹਨਾਂ ਨਾਲ ਕਿਤਨਾ ਕੀਤੇ ਉਹਨਾਂ ਨੂੰ ਲੀਫ ਮਿਲ ਰਿਹਾ। ਤਾਂ ਉਹ ਲੀਫ ਮਿਲ ਰਿਹਾ ਹੈ ਤੇ ਕਰੋਨਾ ਦੇ ਵਿੱਚ ਮੌਕਾ ਮਿਲ ਗਿਆ ਜੀ ਕਿਉਂਕਿ ਉਸ ਤੋਂ ਪਹਿਲਾਂ ਮੇਰੀ ਜੌਬ ਚੱਲਦੀ ਸੀਗੀ ਅੱਛਾ ਜੀ ਜੌਬ ਦੇ ਵਿੱਚ ਮੈਨੂੰ ਮੌਕਾ ਨਹੀਂ ਸੀ ਮਿਲਦਾ ਹੈਗਾ ਕਿ ਜੋ ਮੈਂ ਕਰ ਸਕਦੇ ਆਪਾਂ ਕਿ ਉਹਨੂੰ ਆਪਾਂ ਕਿਵੇਂ ਡਿਲੀਵਰ ਕਰ ਸਕਦੇ ਆ ਬਿਲਕੁਲ ਬਿਲਕੁਲ ਮੇਰੀ ਫਿਰ ਕਰੋਨਾ ਦੇ ਵਿੱਚ ਭਾਜੀ ਜੌਬ ਚਲੀ ਗਈ ਸੀ ਜਿਹੜੀ ਮੈਂ ਜੌਬ ਕਰਦਾ ਸੀਗਾ ਉਹ ਬੰਦਾ ਕਹਿੰਦਾ ਕਿ ਇਸ ਟਾਈਮ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਉਹਨੇ ਤਾਂ ਫਿਰ ਉਹ 50% ਤੇ ਆ ਗਿਆ ਜੀ 50 ਤੋਂ ਫਿਰ ਖਤਮ ਹੋ ਗਈ ਉਸ ਟਾਈਮ ਸੋਚਿਆ ਕਿ ਯਾਰ ਕੁਝ ਨਾ ਕੁਸਤਾ ਕਰਨਾ ਆਪਣਾ ਤਾਂ ਉਦੋਂ ਫਿਰ ਇਹ ਚੈਨਲ ਸਟਾਰਟ ਹੋਇਆ ਜੀ ਤੇ ਅੱਜ ਤੁਹਾਡੇ ਸਾਹਮਣੇ ਜੀ ਸਾਹ ਕੁਝ ਜਿਹੜਾ ਡਾਊਨਫਾਲ ਸੀਗਾ ਹਨਾ ਤੁਸੀਂ ਇੰਨੇ ਮੋਟੀਵੇਟ ਰਹਿੰਦੇ ਹੋ ਉਹ ਡਾਊਨਫਾਲ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਕਾਇਮ ਰੱਖਿਆ ਫਿਰ ਐਕਚੁਅਲੀ ਜਿ ਵਜ੍ਹਾ ਸਟਰੋਂਗ ਸੀਗੀ ਜੀ ਕਿਉਂਕਿ ਫੈਮਿਲੀ ਵਾਸਤੇ ਕੁਝ ਕਰਨਾ ਸੀ ਫੈਮਿਲੀ ਕਿਤਨਾ ਕਿਤੇ ਸਟਰਗਲ ਕਰ ਰਹੀ ਸੀ ਆਪਣੇ ਵਾਸਤੇ ਵੀ ਕੁਝ ਕਰਨਾ ਸੀ ਕਿਉਂਕਿ ਇਹਨਾਂ ਪਤਾ ਸੀਗਾ ਕਿ ਜਦ ਤੱਕ ਚਾਰ ਪੈਸੇ ਕਮਾਵਾਂਗੇ ਨਹੀਂ ਉਦੋਂ ਤੱਕ ਕੁਝ ਬਣਨਾ ਨਹੀਂ ਹੈਗਾ ਤਾਂ ਉਦੋਂ ਦਿਮਾਗ ਦੇ ਵਿੱਚ ਇਹ ਚੀਜ਼ ਆਈ ਯਾਰ ਕਿ ਕੁਝ ਨਾ ਕੁਝ ਤਾਂ ਕਰਨਾ ਪਊਗਾ ਕਿ ਕਰੀਏ ਕਿਆ ਤੇ ਵਿਲੇ ਸੀਗੇ ਘਰੇ ਜੀ ਐਕਚੁਅਲ ਚ ਮੈਂ ਕਹਣਾ ਆਪਾਂ ਸੁਣਦੇ ਆ ਕਿ ਵਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਬਿਲਕੁਲ ਬਿਲਕੁਲ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਰੀ ਜਿਹੜਾ ਸ਼ੈਤਾਨ ਸੀਗਾ ਜੀ ਉਹ ਮੈਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਗਿਆ ਤੇ ਮੈਂ ਉਦੋਂ ਵਿਵੇਕਬਿੰਦਰਾ ਜੀ ਨੂੰ ਸੁਣਦਾ ਹੁੰਦਾ ਸੀ ਜੀ ਅੱਛਾ ਜੀ ਉਹਨਾਂ ਨੂੰ ਦੇਖਣਾ ਕਿ ਯਾਰ ਉਹ ਜਿੰਨੀ ਸਪੀਡ ਨਾਲ ਗੱਲ ਕਰ ਦਿੰਦੇ ਹਨ ਨਾ ਇੰਦਾ ਗੱਲ ਕਰਕੇ ਵੀ ਤੁਸੀਂ ਇਹ ਕਰ ਸਕਦੇ ਹੋ ਤੁਸੀਂ ਉਹ ਕਰ ਸਕਦੇ ਹੋ ਤਾਂ ਮੈਂ ਉਦੋਂ ਸੋਚਿਆ ਸੀ ਮੈਂ ਪਹਿਲਾਂ ਆਪਣਾ YouTube ਚੈਨਲ ਬਣਾਇਆ ਸੀਗਾ ਅੱਛਾ ਜੀ ਤੇ ਉੱਥੇ ਮੈਂ ਮੋਟੀਵੇਸ਼ਨਲ ਵੀਡੀਓਜ਼ ਪਾਉਂਦਾ ਹੁੰਦਾ ਸੀ ਮੈਂ ਸਟੱਡੀ ਕਰਨੀ ਕਿਤਾਬਾਂ ਦੇ ਵਿੱਚੋਂ ਪੜ੍ਹਨਾ ਜਾਂ ਆਪਣੇ ਜੋ ਸੈਲਫ ਐਕਸਪੀਰੀਅੰਸ ਸੀਗੇ ਜੀ ਉਹ ਲੈਣੇ ਤੇ ਉਸ ਤੋਂ ਬਾਅਦ ਵੀਡੀਓਜ਼ ਪਾਉਣੀਆਂ ਸ਼ੁਰੂ ਕਰੀਆਂ ਮੈਨੂੰ ਹੁਣ ਵੀ ਜ਼ਿਆਦਾ ਸਾਡੇ ਘਰ ਉਸ ਟਾਈਮ ਜੀ ਅੱਜ ਤੋਂ 4-5 ਸਾਲ ਪਹਿਲਾਂ ਏਸੀ ਨਹੀਂ ਸੀ ਲੱਗਿਆ ਹੁੰਦਾ ਅੱਛਾ ਜੀ ਤੇ ਗਰਮੀਆਂ ਦੇ ਦਿਨ ਭਾਜੀ ਮਤਲਬ ਮੈਨੂੰ ਹੁਣ ਵੀ ਜ਼ਿਆਦਾ ਗਰਮੀਆਂ ਦੇ ਦਿਨ ਤੇ ਮੇਰਾ ਬ੍ਰਦਰ ਮੇਰਾ ਸ਼ੂਟ ਕਰਦਾ ਹੁੰਦਾ ਸੀ ਮਤਲਬ ਮੇਰੇ ਕੋਲ ਕੋਈ ਸਟਿੱਕ ਨਹੀਂ ਸੀ ਕੁਝ ਨਹੀਂ ਸੀਗਾ ਜੀ ਮੇਰੇ ਬ੍ਰਦਰ ਨੇ ਸ਼ੂਟ ਕਰਨਾ ਤੇ ਹੁਣ ਜਦੋਂ ਜੇ ਹੁਣ ਮੇਰੇ ਕੋਲ ਮਾਈਕ ਵੀ ਨਹੀਂ ਹੁਣ ਜਦੋਂ ਮੈਂ ਸ਼ੂਟ ਕਰਨਾ ਤਾਂ ਸ਼ੂਟ ਕਰਨ ਦੇ ਵਿੱਚ ਪੱਖੇ ਦੀ ਆਵਾਜ਼ ਵਿੱਚ ਆਉਂਦੀ ਸੀ ਜਿੰਨੀ ਦੇਰ ਵੀਰੇ ਮੈਂ ਸ਼ੂਟ ਕਰਨਾ ਹੈ ਮੈਨੂੰ ਪੱਖਾ ਬੰਦ ਕਰਨਾ ਪੈਂਦਾ ਸੀ। ਕੀ ਬਾਤ ਹੈ। ਦੇਖੋ ਹੁਣ ਜੂਨ ਜਲਾਈ ਦਾ ਮਹੀਨਾ ਜੀ ਪੱਖਾ ਵੀ ਬੰਦ ਹੈ। ਫੇਰ ਰਿਕਾਰਡ ਵੀ ਕਰਨਾ ਹੈ। ਉਹ ਇੱਥੋਂ ਪਸੀਨਾ ਪੋਚਣਾ ਜੀ ਫਿਰ ਰਿਕਾਰਡ ਕਰਨਾ ਮਤਲਬ ਸੋ ਮੈਨੂੰ ਹੁਣ ਵੀ ਜ਼ਿਆਦਾ ਮੇਰੀ ਬਾਹਾਂ ਤੇ ਨਾ ਸਾਰੇ ਪਾਸੇ ਉਹ ਆ ਜਾਂਦਾ ਸੀ। ਗਰਮੀਓ ਗਰਮੀ ਆ ਜਾਂਦੀ ਸੀ। ਤੇ ਮੈਂ ਤਾਂ ਚਲੋ ਬੋਲ ਰਹੇ ਹਾਂ ਮੇਨੂੰ ਤਾਂ ਅੰਦਰ ਮੇਰੇ ਮੋਟੀਵੇਸ਼ਨ ਹੈਗਾ ਕਿ ਹਾਂ ਮੈਂ ਕੁਝ ਕਰਨਾ ਹੈ। ਜਿਹੜਾ ਬੰਦਾ ਸਾਹਮਣੇ ਕੈਮਰਾ ਲੈ ਕੇ ਬੈਠਾ ਹੈ। ਉਹ ਜਦੋਂ ਕੈਮਰਾ ਰੱਖਦਾ ਸੀ ਨਾ ਉਹ ਇੱਕ ਵਾਰ ਉਹਨੂੰ ਕਹਿੰਦਾ ਸੀਗਾ ਕਿ ਵੀਰੇ ਤੇਰਾ ਕੱਤ ਤੱਕ ਚੱਲਣਾ ਬਾਈ ਤਾਂ ਮੈਨੂੰ ਤੰਗ ਕਰਿਆ ਪਿਆ ਸੋ ਇਦਾਂ ਚੀਜ਼ਾਂ ਹੋਈਆਂ ਭਾਜੀ ਦੇਖੋ ਸਾਰੀਆਂ ਸੋ ਜਿਹੜੀ ਮਿਹਨਤ ਹੁੰਦੀ ਹੈ ਨਾ ਉਸ ਤੋਂ ਬਾਅਦ ਹੀ ਸਫਲਤਾ ਮਿਲਦੀ ਹੁੰਦੀ ਹੈ ਕੋਈ ਫ੍ਰੀ ਪਾ ਨਹੀਂ ਮਿਲ ਜਾਂਦੀ ਆਪਾਂ ਗੱਲ ਕਰੀਏ ਵਾਹਿਗੁਰੂ ਜੀ ਆਪਾਂ ਤਾਂ ਦੇਖੋ ਜੇ ਪ੍ਰਮਾਤਮਾ ਨੇ ਉਸ ਟਾਈਮ ਬੁਲਾਉਣਾ ਸੀਗਾ ਉਸ ਟਾਈਮ ਵੀ ਉਹਨੇ ਬੁਲਾਇਆ ਜੀ ਅੱਜ ਵੀ ਉਹੀ ਬਰਬਾਰ ਹੈ ਪ੍ਰਮਾਤਮਾ ਹੀ ਮੈਂ ਨਾ ਹਰ ਵਾਰੀ ਕਹਿਣਾ ਹੁੰਦਾ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹ ਕਦੀ ਵੀ ਫ੍ਰੀ ਖਾਤੇ ਨਹੀਂ ਮਿਲਦੀ ਬੰਦੇ ਨੂੰ ਬਹੁਤ ਬੰਦੇ ਦੇ ਹੱਡ ਪੈਰ ਰੀਜਨਲ कसे ਹੁੰਦੇ ਨੇ ਫੇਰ ਜਾ ਕੇ ਮਿਲਦੀ ਹੈ ਨਾ ਸੋ ਮੈਂ ਚਾਹੁੰਦਾ ਇਹ ਪੋਜ਼ਿਟਿਵਿਟੀ ਕਿਵੇਂ ਆਈ ਮੈਂ ਚਾਹੁੰਦਾ ਇਹ ਥੋੜਾ ਦੱਸਿਆ ਜਾਵੇ ਕਿਉਂਕਿ ਲੋਕੀ ਪੁੱਛਤਾ ਲੈਂਦੇ ਨੇ ਪਰ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਆ ਮੈਨੂੰ ਲੱਗਦਾ ਉਹ ਤੋਂ ਬੰਦੇ ਨੂੰ ਥੋੜਾ ਜ਼ਿਆਦਾ ਵਧੀਆ ਪਤਾ ਲੱਗ ਜੂਗਾ ਕਿ ਹਾਂ ਇਹ ਕੀ ਸਿਸਟਮ ਮੈਂ ਹਰ ਬੰਦੇ ਦੀ ਸਟੋਰੀ ਭਾਜੀ ਡਿਫਰੈਂਟ ਹੁੰਦੀ ਆ ਅਗਰ ਮੈਂ ਤੁਹਾਨੂੰ ਆਪਣੇ ਬਾਰੇ ਦੱਸਾਂ ਤਾਂ ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਸੀਗਾ ਅਗਰ ਮੈਂ ਤੁਹਾਨੂੰ ਆਪਣੀ ਡੈਫੀਨੇਸ਼ਨ ਦਵਾਂ ਤਾਂ ਮੈਂ ਨਾ ਹਮੇਸ਼ਾ ਤੋਂ ਉਹਦੇ ਚ ਆਉਣਾ ਚਾਹੁੰਦਾ ਸੀ ਅ ਸੋਸ਼ਲ ਮੀਡੀਆ ਤੇ ਆਉਣਾ ਚਾਹੁੰਦਾ ਸੀ ਅੱਛਾ ਜੀ ਜਦੋਂ ਮੈਂ ਬਾਕੀਆਂ ਨੂੰ ਦੇਖਦਾ ਸੀ ਨਾ ਤੁਸੀਂ ਚਲੋ ਇਸ ਟਾਈਮ ਤੁਸੀਂ ਜੋ ਮੇਰਾ ਪਹਿਰਾਵਾ ਦੇਖ ਰਹੇ ਹੋ ਇਹ ਤਿੰਨ ਚਾਰ ਸਾਲ ਪਹਿਲਾਂ ਬਿਲਕੁਲ ਡਿਫਰੈਂਟ ਸੀਗਾ ਜੀ ਮੇਰੇ ਬੀਅਰਡ ਵੀ ਮੇਰੀ ਕੱਟੀ ਹੁੰਦੀ ਸੀ ਜੀ ਤੇ ਮੈਂ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਸੀਗਾ ਉਸ ਟਾਈਮ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਜਿਹੜੇ ਮਤਲਬ ਹੈ ਨਾ ਮੈਂ ਇੱਥੋਂ ਆਪਣਾ ਬਟਨ ਵੀ ਖੋਲ ਕੇ ਰੱਖਦਾ ਹੁੰਦਾ ਸੀ ਨੀਚੇ ਵਾਲਾ ਮੈਂ ਇਸ ਤਰ੍ਹਾਂ ਦਾ ਮੁੰਡਾ ਮੈਂ ਅਗਰ ਤੁਸੀਂ ਮੇਰੀ ਡੈਫੀਨੇਸ਼ਨ ਦੇਖੋਗੇ ਉਸ ਟਾਈਮ ਜਦੋਂ ਮੈਂ ਫੇਸਬੁੱਕ ਚਲਾਉਂਦਾ ਸੀ ਜਾਂ ਇੰਸਟਾਗ੍ਰam ਚਲਾਉਂਦਾ ਸੀ ਮੇਰੀ ਹੱਲੇ ਵੀ ਅਗਰ ਤੁਸੀਂ ਸਕਰੋਲ ਕਰਕੇ ਨੀਚੇ ਜਾਉਂਗੇ ਨਾ ਭਾਜੀ ਉਦਾਂ ਦੀਆਂ ਫੋਟੋਜ਼ ਪਈਆਂ ਹੋਣਗੀਆਂ ਮਤਲਬ ਮੈਨੂੰ ਇਦਾਂ ਹੁੰਦਾ ਸੀ ਕਿ ਲੋਕ ਮੈਨੂੰ ਰੈਕੋਗਨਾਈਜ਼ ਕਰਨ ਕਿ ਹਾਂ ਯਾਰ ਇੱਕ ਮੁੰਡਾ ਹੈਗਾ ਇਹਨੂੰ ਇਹਨੂੰ ਲਾਈਕਸ ਮਿਲਣਾ ਕਮੈਂਟ ਮਤਲਬ ਮੈਂ ਇਦਾਂ ਦੀ ਉਹ ਦੌੜ ਦੇ ਵਿੱਚ ਸੀਗਾ ਭਾਜੀ ਹੁਣ ਮੇਰੀ ਲਾਈਫ ਕੋਦੋ ਬਦਲੀ ਜੀ ਮੈਨੂੰ ਹੁਣ ਵੀ ਜਿਆਦਾ 7 ਅਪ੍ਰੈਲ 2021 ਦੇ ਵਿੱਚ ਮੈਂ ਅਮਰਿਤ ਛਕਿਆ ਜੀ ਅੱਛਾ ਜੀ ਦਾ ਮੂਮੈਂਟ ਮੈਂ ਅਮਰਿਤ ਛਕਿਆ ਉਹ ਤੋਂ ਬਾਅਦ ਮੇਰੀ ਜ਼ਿੰਦਗੀ ਬਦਲੀ ਜੀ ਉਹ ਤੋਂ ਬਾਅਦ ਜਿਹੜੀ ਦਿਮਾਗ 'ਚ ਕਿਵੇਂ ਹੈ ਅਮਰਿਤ ਦਾ ਕਿਵੇਂ ਦਿਮਾਗ 'ਚ ਉਸ ਤੋਂ ਪਹਿਲਾਂ ਭਾਜੀ ਦਿਮਾਗ 'ਚ ਆਉਂਦਾ ਸ਼ੁਰੂ ਤੋਂ ਸੀਗਾ ਜੀ ਮਤਲਬ ਮੇਰਾ ਕਨੈਕਸ਼ਨ ਹਮੇਸ਼ਾ ਇਹ ਬਣਿਆ ਬਣਦਾ ਰਿਹਾ ਕਿ ਗੁਰੂ ਸਾਹਿਬ ਦਾ ਜੋ ਗੁਰੂ ਸਾਹਿਬ ਨੇ ਸਾਨੂੰ ਪ੍ਰੋਟੋਕੋਲਸ ਬਣਾਏ ਨੇ ਸਾਡੀ ਲਾਈਫ ਦੇ ਵਿੱਚ ਸਾਨੂੰ ਉਹ ਫੋਲੋ ਕਰਨੇ ਚਾਹੀਦੇ ਨੇ ਮੈਂ 2-3 ਵਾਰ ਭਾਜੀ ਇਦਾਂ ਹੋਇਆ ਕਿ ਮੈਂ ਦਾੜੀ ਰੱਖ ਲਈ ਜੀ ਤੁਸੀਂ ਮੈਂ ਕਟਾ ਦਿੰਦਾ ਸੀਗਾ ਮੈਨੂੰ ਮੇਰੇ ਮਨ ਦੇ ਮੈਂ ਤੁਹਾਨੂੰ ਆਪਣੇ ਡਰ ਦੀ ਗੱਲ ਦੱਸਦਾ ਜੀ ਮੇਰੇ ਮਨ ਦੇ ਵਿੱਚ ਡਾਰੇ ਹੁੰਦਾ ਸੀਗਾ ਕਿ ਮੈਂ ਸੋਹਣਾ ਨਹੀਂ ਲੱਗਣਾ ਹੈਗਾ ਸਭ ਤੋਂ ਵੱਡਾ ਮੇਰੇ ਮਨ 'ਚ ਡਾਰੇ ਹੁੰਦਾ ਸੀਗਾ ਕਿ ਜਦੋਂ ਮੇਰੇ ਦਾੜੀ ਕਟਾਈ ਹੋਈ ਹੈ ਜੀ ਤੇ ਮੈਂ ਹੁਣ ਵਧੀਆ ਲੱਗਦਾ ਮੈਨੂੰ ਇਹ ਲੱਗਦਾ ਹੁੰਦਾ ਸੀ ਇਹ ਸਾਡੇ ਮਨ ਦੇ ਬੁਲੇਖੇ ਹੀ ਹੁੰਦੇ ਨੇ ਤੇ ਜਦੋਂ ਮੈਂ ਦਾੜੀ ਰੱਖ ਲੈਂਦਾ ਸੀਗਾ ਜੀ ਮੇਡੇ ਮਨ 'ਚ ਡਰ ਸਭ ਤੋਂ ਪਹਿਲਾਂ ਇਹ ਹੀ ਆਉਣਾ ਕਿ ਭਾਈ ਮੈਂ ਸੋਹਣਾ ਨਹੀਂ ਲੱਗ ਰਿਹਾ ਕਿਉਂਕਿ ਮੈਂ ਜਦੋਂ ਦਾੜੀ ਵੱਧਦੀ ਮੈਂ ਦੇਖ ਰਿਹਾ ਸੀਗਾ ਜੀ ਤਾਂ ਮੇਰੇ ਡਰ ਮੈਂ ਫੇਰ ਕਟਾਈ ਆਉਣੀ ਜੀ ਫਿਰ ਅਗਲੇ ਸਾਲ ਫੇਰ ਕੋਸ਼ਿਸ਼ ਕਰਨੀ ਫੇਰ ਜਦੋਂ ਉਸ ਲੈਵਲ ਤੱਕ ਪਹੁੰਚਣਾ ਮੈਂ ਫੇਰ ਕਟਾਈ ਹੋਣੀ ਜੀ ਫਿਰ ਜਦੋਂ ਤੀਜੀ ਵਾਰ ਕਹਿੰਦੇ ਹੁੰਦੇ ਨੇ ਵਜਾ ਸਟਰੋਂਗ ਮਿਲ ਗਈ ਵਜਾ ਇਹ ਸੀ ਕਿ ਕਿ ਉਸ ਟਾਈਮ ਤੱਕ ਮੇਰਾ ਮਾਈਂਡ ਇੰਨਾ ਕਲੀਅਰ ਹੋ ਚੁੱਕਾ ਸੀਗਾ ਮੈਨੂੰ ਹੁਣ ਵੀ ਜਿਆਦਾ ਜੀ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੰਨਾ ਮੈਂ ਢੱਡੀਆਂ ਵਾਲਿਆਂ ਦੀ ਨਾ ਵੀਡੀਓ ਦੇਖ ਰਿਹਾ ਸੀਗਾ ਜਿੱਕ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਕਿਵੇਂ ਛੋਟੇ ਸਹਿਬ ਜਾਦਿਆਂ ਨੇ ਆਪਣੇ ਆਪਣੇ ਧਰਮ ਲਈ ਹਨ ਆਪਣੀ ਸ਼ਹੀਦੀ ਦਿੱਤੀ ਹੈ ਜੀ ਤੇ ਕਿਵੇਂ ਉਹਨਾਂ ਨੇ ਉਹ ਛੋਟੇ ਛੋਟੇ ਬੱਚਿਆਂ ਨੇ ਕਿਸ ਤਰੀਕੇ ਨਾਲ ਮਤਲਬ ਉਹਨਾਂ ਤੋਂ ਮੈਨੂੰ ਮੋਟੀਵੇਸ਼ਨ ਮਿਲੀ ਕਿ ਯਾਰ ਸਾਡਾ ਜਿਹੜਾ ਧਰਮ ਆ ਸਾਡੀ ਜਿਹੜੀ ਗੁਰਸਿੱਖੀ ਆ ਕਿੰਨੀ ਵੱਡੀ ਆ ਸੀ ਕੀ ਕਰ ਰਹੇ ਹਾਂ ਉਸ ਟਾਈਮ ਮੈਂ ਰੋਇਆ ਭਾਜੀ ਮੇਰਾ ਉਸ ਦਿਨ ਮੈਂ ਇਗਜ਼ਾਮ ਸੀਗਾ ਸਰਕਾਰੀ ਪੇਪਰ ਦਾ ਇਗਜ਼ਾਮ ਸੀ ਮੈਂ ਮਾਰਨਿੰਗ ਦੇ ਵਿੱਚ ਕਥਾ ਲਾਈ ਹੋਈ ਸੀ ਮੈਂ ਰੋਇਆ ਮੈਨੂੰ ਲੱਗਦਾ ਮੈਂ 10 15 ਮਿੰਟ ਰੋਇਆ ਮੈਨੂੰ ਹੁਣ ਵੀ ਜ਼ਿਆਦਾ ਮੇਰਾ ਬ੍ਰਦਰ ਮੈਨੂੰ ਚੁੱਪ ਕਰਾਉਣ ਆ ਰਿਹਾ ਸੀਗਾ ਤੇ ਮੇਰੀ ਮੰਮੀ ਨੇ ਕਿਹਾ ਕਿ ਕੋਈ ਗੱਲ ਨਹੀਂ ਉਹਨੂੰ ਰੋ ਲੈਣ ਦੇ ਅੱਜ ਮੈਂ 10-15 ਮੀਟਰ ਹੋਇਆ ਜੀ ਰੋਣ ਤੋਂ ਬਾਅਦ ਮੇਰੇ ਅਚਾਨਕ ਮੇਰੇ ਮਨ ਦੇ ਵਿੱਚ ਇਹ ਚੀਜ਼ ਆਈ ਜੀ ਕਿ ਨਹੀਂ ਕਿ ਕੁਝ ਨਾ ਕੁਝ ਇਦਾਂ ਹੋਣਾ ਚਾਹੀਦਾ ਫਿਰ ਭਾਜੀ ਦੇਖੋ ਇਹ ਇਹ ਜਨਵਰੀ ਦੀ ਗੱਲ ਜਿਹੜੀ ਮੈਂ ਹੁਣ ਦੱਸ ਰਿਹਾ ਹਾਂ ਫਿਰ ਵੀ ਟਾਈਮ ਹੁੰਦੇ ਹੁੰਦੇ ਮੈਨੂੰ ਅਪ੍ਰੈਲ ਤੱਕ ਗਿਆ ਤੇ ਜਦੋਂ ਗੁਰੂ ਸਾਹਿਬ ਨੇ ਆਪਣੀ ਬਖਸ਼ ਦਿੱਤੀ ਮੈਂ ਨਹੀਂ ਕਹਿੰਦਾ ਜੀ ਕਿ ਮੈਂ ਮਰੇ ਸ਼ਕਿਆ ਜੀ ਗੁਰੂ ਸਾਹਿਬ ਨੇ ਆਪ ਬੁਲਾਇਆ ਉਹਨਾਂ ਨੇ ਉਹ ਚਾਹੁੰਦੇ ਹੋਣਗੇ ਜੀ ਹਨਾ ਕਿ ਕਿ ਤਨਾ ਕਿਤੇ ਇਹ ਇਹ ਸਾਡੀ ਗੋਦੀ ਦੇ ਵਿੱਚ ਆਉਣਾ ਚਾਹੀਦਾ ਤਾਂ ਉਹ ਮੌਕਾ ਮਿਲਿਆ ਤਾਂ ਉੱਥੋਂ ਕਹਾਣੀ ਬਦਲੀ ਜੀ ਅਗਰ ਤੁਸੀਂ ਮੋਟੀਵੇਸ਼ਨ ਦੀ ਗੱਲ ਕਰ ਰਹੇ ਹੋ ਕਿ ਚੀਜ਼ਾਂ ਬਦਲੀਆਂ ਕਿੱਥੋਂ ਨੇ ਕਹਾਣੀ ਬਦਲੀ ਹੈ ਜੀ ਜਦੋਂ ਤੋਂ ਦਾੜਾ ਪ੍ਰਕਾਸ਼ ਹੋਇਆ ਜਦੋਂ ਤੋਂ ਗੁਰੂ ਵਾਲੇ ਬਣਿਆ ਮਤਲਬ ਮੇਰੀ ਲਾਈਫ ਦੇ ਵਿੱਚ ਜਿਹੜੀਆਂ ਚੇਂਜਸ ਨੇ ਜਿਉ ਗੁਰੂ ਸਾਹਿਬ ਕਰਕੇ ਨੇ ਕੀ ਬਾਤ ਤੇ ਚੇਂਜਸ ਦੀ ਆਪਾਂ ਗੱਲ ਕਰੀਏ ਨਾ ਕੀ ਕੀ ਚੇਂਜਸ ਤੁਹਾਨੂੰ ਲੱਗੀਆਂ ਕਿ ਯਾਰ ਮੈਂ ਤਾਂ ਪਹਿਨਾ ਇੱਦਾਂ ਦਾ ਹੁੰਦਾ ਸੀ ਹੁਣ ਤਾਂ ਮੈਂ ਕੀ ਮਦਾ ਕੱਲਾ ਬੈਠਾ ਨਾ ਬੰਦਾ ਆਪਣੇ ਆਪ ਤੇ ਹੈਰਾਨ ਹੁੰਦਾ ਹੁੰਦਾ ਯਾਰ ਪਹਿਨ ਮੈਂ ਕੀ ਸੋਚਦਾ ਸੀ ਹੁਣ ਮੈਂ ਕੀ ਕਰਦਾ ਪਿਆ ਤੇ ਕੀ ਸਾਰਾ ਸਿਸਟਮ ਚੱਲਦਾ ਪਿਆ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜਾ ਚੀਜ਼ ਆਈ ਹੈ ਜ ਉਹ ਹੈ ਪੇਸ਼ੈਂਸ ਠਹਿਰਾਵ ਆ ਗਿਆ ਵੀਰੇ ਮੈਨੂੰ ਇਹ ਤਾਂ ਲੱਗਦਾ ਕਿ ਪਹਿਲਾਂ ਬਹੁਤ ਕਾਲੀ ਚ ਹੁੰਦਾ ਸੀਗਾ ਹਰ ਚੀਜ਼ ਤੇ ਕਾਲੀ ਹੁੰਦੀ ਸੀ ਤੇ ਹਰ ਚੀਜ਼ ਇਹ ਲੱਗਦੀ ਸੀ ਕਿ ਅੱਜ ਮਿਲ ਜਾਣੀ ਚਾਹੀਦੀ ਆ ਹੁਣ ਇਹ ਲੱਗਦਾ ਕਿ ਜੋ ਮਿਲ ਰਿਹਾ ਉਹ ਵੀ ਆਪਣਾ ਨਹੀਂ ਹੈਗਾ ਉਹ ਵੀ ਪਰਮਾਤਮਾ ਦੇ ਰਿਹਾ ਪਤਾ ਨਹੀਂ ਕਿਵੇਂ ਮਿਲ ਰਿਹਾ ਜੀ ਸਾਰਾ ਕੁਝ ਦੇਖੋ ਤੁਸੀਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੁਣ ਗੱਲ ਕਰੀ ਆ ਕਿ ਇਹ ਚੀਜ਼ ਪਿੱਛੇ ਮੈਂ ਭੱਜਦਾ ਹੁੰਦਾ ਸੀਗਾ ਜੀ ਮੈਂ ਬਹੁਤ ਭੱਜਿਆ ਮਨੂ ਹੀ ਹੁੰਦਾ ਸੀ ਕਿ ਮੈਨੂੰ ਮੈਂ ਸੋਸ਼ਲ ਮੀਡੀਆ ਤੇ ਮੈਂ ਦਿਖਣਾ ਚਾਹੀਦਾ ਪਰ ਪ੍ਰਮਾਤਮਾ ਨੇ ਕਿਵੇਂ ਦਿਖਾਤਾ ਜੀ ਤੇ ਪ੍ਰਮਾਤਮਾ ਨੇ ਕਿਵੇਂ ਉਹ ਜਰਨੀ ਬਣਾਈ ਕਿਵੇਂ ਉਹ ਚੈਨਲ ਦੀ ਸ਼ੁਰੂਆਤ ਕਰਾਈ ਕਿਵੇਂ ਸਾਰਾ ਕੁਝ ਹੋਇਆ ਉਹ ਨੈਸਟ ਲੈਵਲ ਤੇ ਚੱਲੀ ਗਈ ਜੀ ਗੱਲ ਇਸ ਦੇ ਵਿੱਚ ਇੱਕ ਚੀਜ਼ ਹੋਰ ਵੀ ਐਡ ਕਰੂੰਗਾ ਕਿ ਅ ਰੱਬ ਹਮੇਸ਼ਾ ਨਾ ਤੁਹਾਡੀ ਲਾਈਫ ਦੇ ਵਿੱਚ ਕਿਸੇ ਨਾ ਕਿਸ ਨੂੰ ਭੇਜਦਾ ਜਰੂਰ ਆ ਜ਼ਰੀਆ ਮੈਂ ਤੁਹਾਨੂੰ ਜ਼ਰੀਏ ਦੀ ਗੱਲ ਦੱਸਦਾ ਕਿ ਜ਼ਰੀਆ ਕਿਵੇਂ ਮੰਨਦਾ ਮੇਰੀ ਵਾਈਫ ਹੈ ਜੀ ਅਗਰ ਪ੍ਰਮਾਤਮਾ ਦੇ ਵਿੱਚ ਮੇਰਾ ਯਕੀਨ ਸੀਗਾ ਭਾਜੀ ਉਸ ਚੀਜ਼ ਦੀ ਐਗਜ਼ੀਕਿਊਸ਼ਨ ਹੈ ਜਿਹੜੀ ਉਹ ਕਿਸੇ ਨਾ ਕਿਸੇ ਵੇ ਨਾਲ ਬਣਦੀ ਹੁੰਦੀ ਹੈ ਥਰੂ ਬਣਦੀ ਹੁੰਦੀ ਹੈ ਕਿਸੇ ਨਾ ਕਿਸੇ ਤਾਂ ਇਹ ਸਾਰੇ ਡਿਸੀਜਨ ਦੇ ਵਿੱਚ ਕਿ ਮੈਂ ਕਿਵੇਂ YouTube ਤੋਂ ਮੈਂ ਕਿਵੇਂ ਸ਼ਿਫਟ ਹੋਣਾ Instagram ਤੇ ਇਹ ਮਨਵੀਤ ਮੇਰੀ ਵਾਈਫ ਜ਼ਰੀਆ ਬਣੀ ਆ ਅੱਛਾ ਜੀ ਉਹਨਾਂ ਨੇ ਮੈਨੂੰ ਗਾਈਡ ਕਰਿਆ ਕਿ ਤੁਹਾਨੂੰ ਰੀਲਾਂ ਬਣਾਉਣੀਆਂ ਚਾਹੀਦੀਆਂ ਨੇ ਉਹਨਾਂ ਨੇ ਮੈਨੂੰ ਗਾਈਡ ਕਰਿਆ ਕਿ ਤੁਹਾਨੂੰ ਐਦਾਂ ਦਾ ਕੰਟੈਂਟ ਦੇਣਾ ਚਾਹੀਦਾ ਹੈ ਤੇ ਅੱਗੇ ਐਗਜ਼ੀਕਿਊਸ਼ਨ ਆ ਆਪਣੇ ਆਪ ਹੁੰਦੀ ਰਹੀ ਜੀ ਮਤਲਬ ਇੱਕ ਜ਼ਰੀਆ ਮੰਨਦਾ ਕਿ ਹਰ ਇੱਕ ਚੀਜ਼ ਦਾ ਇੱਕ ਵਜਾ ਬਣਦੀ ਆ ਭਾਜੀ ਯਾਰ ਉਹ ਥੋਡੀ ਲਾਈਫ ਦੇ ਵਿੱਚ ਕੋਈ ਵੀ ਹੋ ਸਕਦੀ ਹੈ ਜੀ ਮੇਰੀ ਲਾਈਫ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਮੰਨਦਾ ਜੀ ਹਨਾ ਫੈਮਿਲੀ ਸਾਡੀ ਆਲਵੇਜ਼ ਹੁੰਦੀ ਹੈ ਸਾਡੇ ਨਾਲ ਉਹ ਅਨ ਕੰਡੀਸ਼ਨਲ ਸਪੋਰਟ ਆ ਤੁਸੀਂ ਕਹੋਗੇ ਤੁਹਾਡੇ ਘਰਦਿਆਂ ਨੇ ਮੇਰੀ ਇੱਥੇ ਮਦਦ ਕਰੀ ਨਹੀਂ ਉਹ ਜਦੋਂ ਤੁਸੀਂ ਜੰਮਗੇ ਜੀ ਉਦੋਂ ਤੋਂ ਲੈ ਕੇ ਮਰਨ ਤੱਕ ਉਹਨਾਂ ਦੀ ਸਪੋਰਟ ਥੋਡੀ ਅਨ ਕੰਡੀਸ਼ਨਲ ਉਹਨੂੰ ਤੁਸੀਂ ਕਿਤੇ ਰੈਕੋਗਨਾਈਜ਼ ਹੀ ਕਰ ਸਕਦੇ ਕਿ ਇੱਥੇ ਮੇਰੇ ਡੈਡੀ ਨੇ ਮੇਰੀ ਹੈਲਪ ਕਰੀ ਇੱਥੇ ਮੇਰੀ ਮੰਮੀ ਨੇ ਮੇਰੀ ਹੈਲਪ ਕਰੀ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਉਹ ਸਾਰਾ ਕੁਝ ਆ ਜਿਹੜਾ ਉਹ ਐਡੀਸ਼ਨਲ ਹੋਊਗਾ ਜੀ ਤਾਂ ਗੁਰੂ ਸਾਹਿਬ ਆਏ ਜੀ ਗੁਰੂ ਸਾਹਿਬ ਨੇ ਤਾਂ ਜੋ ਕਰਨਾ ਸੀ ਉਹਨਾਂ ਨੇ ਕੀਤਾ ਜੀ ਬਾਕੀ ਜ਼ਰੀਆ ਬਣਾਇਆ ਮੇਰੀ ਵਾਈਫ ਜੀ ਤੇ ਫਿਰ ਤੁਸੀਂ ਹੈਂਡਲ ਕਿਵੇਂ ਕਰਦੇ ਹੋ ਯਾਰ ਸਟਾਰਟਿੰਗ ਚ ਮਾਰਨਿੰਗ ਚ ਜੌਬ ਵੀ ਆ ਫਿਰ ਲਾਈਫ ਕੋਚ ਵੀ ਆਪਾਂ ਹਨਾ ਫਿਰ ਆਪਾਂ ਰੀਲਾਂ ਵੀ ਬਣਾਉਣੀ ਆਉਂਦੀਆਂ ਨੇ ਫਿਰ ਵਲੌਗਸ ਵੀ ਹੁੰਦੇ ਆਪਣੇ ਫਿਰ ਇਹ ਚੀਜ਼ਾਂ ਨੂੰ ਮੇਨਟੇਨ ਕਿਵੇਂ ਕਰਦੇ ਹੋ देखो जी ਜਦੋਂ ਮੈਂ ਕਹੂੰਗਾ ਕਿ ਮੈਂ ਮੇਨਟੇਨ ਕਰਦਾ ਫਿਰ ਤਾਂ ਬੜੀ ਗੱਲ ਉਹ ਜੀ ਮੈਂ ਇਹ ਕਹਾ ਕਿ ਗੁਰੂ ਸਾਹਿਬ ਪਤਾ ਨਹੀਂ ਕਿਵੇਂ ਕਰਾਈ ਜਾਂਦੇ ਨੇ ਕਿ ਕਿਵੇਂ ਜਿੰਦਾ ਜਾ ਕੇ ਚੀਜ਼ਾਂ ਹੋਈ ਜਾਂਦੀਆਂ ਫਿਰ ਫਿਰ ਮੈਂ ਕਹਿੰਦਾ ਜਿਆਦਾ ਸੌਖਾ ਆ ਜਾਂਦਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਹਾਂ ਯਾਰ ਵੀ ਫਿਰ ਆਪਾਂ ਨਹੀਂ ਕਰ ਰਹੇ ਜੋ ਵੀ ਕਰ ਰਹੇ ਹਾਂ ਮਤਲਬ ਹਾਂ ਵੀਰੇ ਮਤਲਬ ਐਸੇ ਦੱਸ ਦੇਣਾ ਕਿ ਟਫ ਤਾਂ ਹੈ ਟਫ ਲੱਗਦਾ ਇਸ ਚੱਕਰ ਵਿੱਚ ਕਈ ਵਾਰ ਸਿਹਤ ਵੀ ਖਰਾਬ ਹੁੰਦੀ ਹੈ ਪਰ ਕਿਤਨਾ ਕਿਤੇ ਵਜ੍ਹਾ ਉਹਦੇ ਪਿੱਛੇ ਦੀ ਸਟਰੋਂਗ ਹੈ ਜੀ ਹਰ ਚੀਜ਼ ਦੀ ਵਜ੍ਹਾ ਸਟਰੋਂਗ ਹੋਣੀ ਜ਼ਰੂਰੀ ਹੁੰਦੀ ਹੈ ਜੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਤੁ ਜੀ ਮੈਂ ਤੁਹਾਨੂੰ ਕਹਾਂ ਭਾਜੀ ਇਸ ਟਾਈਮ ਕਿ ਤੁਹਾਨੂੰ ਸਵੇਰੇ 5 ਵਜੇ ਉੱਠਣਾ ਚਾਹੀਦਾ ਤੁਸੀਂ ਮੇਰੀ ਗੱਲ ਦੋ ਵਾਰ ਸੁਣੋਗੇ ਚਾਰ ਵਾਰ ਸੁਣੋਗੇ ਪੰਜਵੇਂ ਦਿਨ ਹੋ ਸਕਦਾ ਤੁਹਾਡਾ ਮਨ ਨਾ ਕਰੇ ਬਿਲਕੁਲ ਬਿਲਕੁਲ ਲੇਕਿਨ ਜੀ ਮੈਂ ਕਹਾਂ ਭਾਜੀ ਯਾਰ 5 ਵਜੇ ਉੱਠ ਰਗੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਮੈਡੀਸਿਨ ਦੇਣੀ ਆ ਜੇ ਤੁਸੀਂ ਨਹੀਂ ਦੋਗੇ ਤਾਂ ਤੁਹਾਡੇ ਫਾਦਰ ਸਾਹਿਬ ਨੂੰ ਕੋਈ ਦਿੱਕਤ ਹੋ ਸਕਦੀ ਆ ਹੁਣ ਵੀਰੇ ਤੈਨੂੰ అలਾਰਮ ਲਾਉਣ ਦੀ ਵੀ ਲੋੜ ਨਹੀਂ ਲਗਾਤਾਰ ਉੱਠੋਗੇ ਬਿਨਾਂ ਕਿਸੇ ਦੇ ਉਠਾਏ ਤੋਂ ਉਠੋਗੇ ਕਿਉਂ ਵਜਾ ਸਟਰੋਂਗ ਬਣ ਗਈ ਵੀਰੇ ਮਤਲਬ ਕੁਛ ਵੀ ਕਰਨਾ ਹੈ ਲਾਈਫ ਦੇ ਵਿੱਚ ਉਹਦੇ ਪਿੱਛੇ ਦੀ ਵਜ੍ਹਾ ਸਟਰੋਂਗ ਹੋਣੀ ਚਾਹੀਦੀ ਹੈ ਜੀ ਬਾਕੀ ਸਭ ਕੁਝ ਆਪੇ ਹੋ ਹੀ ਜਾਂਦਾ ਜੀ ਤੇ ਲਾਈਫ ਕੋਚ ਵੀ ਰ ਆਪਾਂ ਹੈਗੇ ਹਨਾ ਤੇ ਆਪਾਂ ਦੂਜਿਆਂ ਦੇ ਰਿਲੇਸ਼ਨਸ ਤਾਂ ਕਰਦੇ ਆ ਹਨਾ ਆਪਾਂ ਆਪਣੇ ਦੇ ਮੈਂ ਕਹਿੰਦਾ ਪਹਿਨਾ ਆਪਾਂ ਆਪਣੇ ਤੇ ਆ ਜੀ ਹਨਾ ਤੁਹਾਡਾ ਵਿਆਹ ਰੀਸੈਂਟਲੀ ਹੋਇਆ ਥੋੜੀ ਦੇਰੀ ਹੋਈ ਹੈ ਜੀ ਤੇ ਤੁਹਾਨੂੰ ਕੀ ਕੀ ਪ੍ਰੋਬਲਮਸ ਸਟਾਰਟਿੰਗ ਦੇ ਵਿੱਚ ਫੇਸ ਕਰਨੀਆਂ ਪਈਆਂ ਕਿਉਂਕਿ ਭਾਬੀ ਹੁਣੀ ਹੈਗੇ ਸ਼ਹਿਰ ਦੇ ਹਨਾ ਆਪਾਂ ਬੀਸਿਕਲੀ ਪਿੰਡ ਵਾਲੇ ਹੋ ਜੰਨੇ ਆ ਚੱਕਰ ਕੋਈ ਇਟਾ ਖਾਸ ਨਹੀਂ ਹੁੰਦਾ ਪਰ ਥੋੜਾ ਜਿਹਾ ਨਾ ਕਲਚਰ 'ਚ ਫਰਕ ਹੁੰਦਾ ਹੀ ਹੁੰਦਾ ਕਿਤੇ ਨਾ ਕਿਤੇ ਸੋ ਤੁਹਾਨੂੰ ਕਿ ਮੇਰੀ ਮੇਰੀ ਜਿਹੜੀ ਵਾਈਫ ਆ ਉਹ ਉਹਦਾ ਉਹ ਬਿਲਕੁਲ ਰਹਿੰਦੀ ਹੋਮ ਇੱਕ ਮਾਡਰਨ ਸ਼ਹਿਰ ਦੇ ਵਿੱਚ ਲੇਕਿਨ ਉਹਦਾ ਥੌਟ ਪ੍ਰੋਸੈਸ ਮਾਡਰਨ ਵੀ ਆ ਤੇ ਉਹਨੂੰ ਇਹ ਵੀ ਪਤਾ ਕਿ ਘਰ ਦੇ ਵਿੱਚ ਵਰਚਨਾਂ ਕਿਵੇਂ ਆ ਲੇਕਿਨ ਜਦੋਂ ਤੁਸੀਂ ਪਿੰਡ ਤੋਂ ਆਏ ਹੁੰਨੇ ਹੋ ਤੁਸੀਂ ਜਦੋਂ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਹੁੰਦਾ ਦੇਖਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇਹ ਇਨਸਿਕਿਉਰਟੀ ਰਹਿੰਦੀ ਹੋ ਰਹੀਦੀ ਹੈ ਕਿ ਯਾਰ ਸਮਝਣ ਵਾਲਾ ਬੰਦਾ ਤੁਹਾਨੂੰ ਕਿਵੇਂ ਦੇਖ ਰਿਹਾ ਹੋਊਗਾ ਕਿਸ ਤਰੀਕੇ ਨਾਲ ਦੇਖ ਰਿਹਾ ਹੋਊਗਾ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਨਸਿਕਿਉਰਟੀ ਦੇ ਵਿੱਚ ਬਹੁਤ ਡੀਪ ਲੈ ਜਾਂਦੀਆਂ ਨੇ ਮਤਲਬ ਮੈਂ ਆਪਣੀ ਵਾਈਫ ਨਾਲ ਇਹ ਗੱਲ ਕਰਦਾ ਹੁੰਦਾ ਸੀਗਾ ਕਿ ਕਿਤਨਾ ਕਿਤੇ ਯਾਰ ਮੈਨੂੰ ਇਹ ਡਰਾ ਮੇਰੇ ਮਨ ਦੇ ਵਿੱਚ ਕਿ ਘਰ ਦੇ ਅਸੈਪਟ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਮੈਂ ਭਾਜੀ ਉਸ ਟਾਈਮ ਜਿਹੜੀ ਜੌਬ ਕਰਦਾ ਸੀਗਾ ਜੀ ਉਹ ਮੈਨੂੰ ਲੱਗਦਾ 15000 ਦੀ ਜੌਬ ਹੁੰਦੀ ਸੀ ਮੇਰੀ ਉਸ ਟਾਈਮ ਉਸ ਤੋਂ ਪਹਿਲਾਂ ਮੈਂ 6-7000 ਦੀ ਜੌਬ ਤੇ ਸੀਗਾ ਫਿਰ ਮੈਂ 15000 ਦੀ ਜੌਬ ਤੇ ਸੀਗਾ ਮੈਨੂੰ ਨਹੀਂ ਲੱਗਦਾ ਸੀ ਯਾਰ ਫਾਈਨੈਂਸ਼ੀਅਲ ਕੰਡੀਸ਼ਨ ਵੀ ਸਹੀ ਨਹੀਂ ਹੈ ਜੋ ਆਪਣੇ ਸਾਰੇ ਜਿਵੇਂ ਆਪਣਾ ਸਾਰੇ ਜਿੰਨੇ ਵੀ ਆਪੋ ਬੈਠੇ ਆਂ ਬਿਲਕੁਲ ਬਿਲਕੁਲ ਮੁੰਡਿਆਂ ਦੇ ਮਨ ਦੇ ਵਿੱਚ ਸਭ ਤੋਂ ਵੱਡੀ ਇਨਸਿਕਿਉਰਟੀ ਇਹੀ ਹੁੰਦੀ ਆ ਕਿ ਯਾਰ ਜੇ ਕੱਲ ਨੂੰ ਕਿਸ ਉਕਿ ਅਸੀਂ ਕਿਤਨਾ ਕਿਤੇ ਸਟਰਗਲੇ ਕਰ ਰਹੇ ਹੁੰਨੇ ਆ ਭਾਈ ਜਿਸ ਟਾਈਮ ਤੱਕ ਸਾਡੇ ਰਿਲੇਸ਼ਨ ਜਿਹੜੀ ਉਮਰਾਂ ਦੇ ਵਿੱਚ ਸਾਡੇ ਰਿਲੇਸ਼ਨ ਬਣ ਜਾਂਦੇ ਨੇ ਉਸ ਟਾਈਮ ਅਸੀਂ ਸਟਰਗਲੇ ਕਰ ਰਹੇ ਹੁੰਨੇ ਆ ਕੋਈ 20 25 ਹੀ ਆਉਂਦੀ ਜੋਬ ਤੇ ਹੁੰਦਾ ਕੋਈ ਹਨਾ ਕੋਈ ਕਿਤਨਾ ਕਿਤੇ ਆਪਣਾ ਕਰੀਅਰ ਬਣਾ ਰਿਆ ਹੁੰਦਾ ਇਹ ਮਯੂਥ ਨੂੰ ਵੀ ਗੱਲ ਕਹਿਣਾ ਚਾਹੁੰਦਾ ਯਾਰ ਜਿਹੜੇ ਸੁਣ ਰਹੇ ਨੇ ਕਿ ਅਸੀਂ ਉਸ ਉਮਰਾਂ ਦੇ ਵਿੱਚ ਜਿਸ ਟਾਈਮ ਤੱਕ ਆਪਾਂ ਨੇ ਸਾਰਾ ਕੁਝ ਉੱਪਰ ਵਾਲੇ ਲੈਵਲ ਤੇ ਲੈ ਕੇ ਜਾਣਾ ਦੋਸਤਾਂ ਕਿਤਨਾ ਕਿਤੇ ਅਸੀਂ ਕਿਸੇ ਨਾ ਕਿਸੇ ਬੰਦੇ ਨਾਲ ਜ਼ਰੂਰ ਬੰਨੇ ਜਾਂਦੇ ਆ ਉਹ ਸਾਨੂੰ ਡਬਲ ਸਟ्रेस ਦੇ ਵਿੱਚ ਲੈ ਕੇ ਜਰੂਰ ਜਾਂਦਾ ਭਾਜੀ ਮੈਂ ਕਹਿੰਦਾ ਕਿ ਬਹੁਤ ਰਿਲੇਸ਼ਨ ਬ੍ਰੇਕ ਵੀ ਹੁੰਦੇ ਨੇ ਇਸੇ ਚੱਕਰ ਦੇ ਵਿੱਚ ਬਹੁਤ ਬਣ ਵੀ ਜਾਂਦੇ ਨੇ ਪਰ ਵੀਰ ਆਪਾਂ ਗੱਲ ਕਰੀਏ ਨਾ ਅੱਜ ਕੱਲ ਆਪਣੇ ਕਾਫੀ ਵਿਦਵਾਨ ਨੇ ਉਹ ਕਹਿੰਦੇ ਅਸੀਂ ਪਹਿਨ ਸੈਟਲ ਹੋ ਜੀ ਆਪਾਂ ਫਿਰ ਵਿਆਹ ਕਰਾਵਾਂਗੇ ਹਨ ਮੇਰੀ ਜੋ ਤੁਹਾਡਾ ਤੁਸੀਂ ਦੱਸਣਾ ਸਹੀ ਹੈ ਕਿ ਗਲਤ ਮੇਰੀ ਥਾਟ ਇਹ ਹੈ ਕਿ ਯਾਰ ਜਦੋਂ ਤੁਸੀਂ ਸਟਰਗਲਿੰਗ 'ਚ ਹੋ ਤੁਹਾਡਾ ਵਿਆਹ ਉਦੋਂ ਹੋਣਾ ਚਾਹੀਦਾ ਉਹਦਾ ਕਾਰਨ ਕੀ ਆ ਜਦੋਂ ਔਖੇ ਟਾਈਮ 'ਚ ਤੁਹਾਡੇ ਨਾਲ ਖੜ ਗਿਆ ਤੁਹਾਡਾ ਪਾਰਟਨਰ ਫਿਰ ਸੌਖੇ 'ਚ ਖੜਨ ਦਾ ਤਾਂ ਸਵਾਦ ਆ ਜੀ ਉਹਨੂੰ ਪਹਿਨੇ ਹੀ ਸੌਖੇ 'ਚ ਬੁਲਾ ਲਏ ਫਿਰ ਔਖਾ ਨੀ ਤੁਹਾਡਾ ਜਿਵੇਂ ਥੋੜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਬਿਲਕੁਲ ਸਹੀ ਹੈ ਜੀ ਕਿ ਐਦਾਂ ਹੋਣਾ ਚਾਹੀਦਾ ਪਰ ਮੈਨੂੰ ਇਦਾਂ ਲੱਗਦਾ ਜੀ ਕਿ ਇਹਨੂੰ ਅਸੀਂ ਕੰਡੀਸ਼ਨਲ ਨਾ ਬਣਾਈਏ ਭਾਜੀ ਯਾਰ ਜਦੋਂ ਤੁਹਾਡੀ ਲਾਈਫ ਦੇ ਵਿੱਚ ਚਾਹੇ ਕਿਸੇ ਨੇ 20 ਸਾਲ ਦੀ ਉਮਰ ਚ ਆਉਣਾ ਚਾਹੇ ਕਿਸੇ ਨੇ 30 ਸਾਲ ਦੀ ਉਮਰ ਚ ਆਉਣਾ ਲੈਟ ਦਾ ਪ੍ਰੋਸੈਸ ਬੀ ਨੈਚੁਰਲ ਮਤਲਬ ਪ੍ਰੋਸੈਸ ਹਮੇਸ਼ਾ ਨੈਚੁਰਲ ਰਹੇ ਜੀ ਨਹੀਂ ਨਹੀਂ ਹਾਂ ਜੀ ਹਾਂ ਹਾਂ ਹੈਨਾ ਬਿਲਕੁਲ 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 ਕਿ ਹਰ ਬੰਦੇ ਨੇ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ 25 ਸਾਲ ਚ ਵੀ ਆ ਗਿਆ ਤੁਸੀਂ ਉਸ ਟਾਈਮ ਚਾਹੇ ਸਟਰਗਲ ਕਰ ਰਹੇ ਹੋ ਚਾਹੇ ਤੁਸੀਂ ਵਧੀਆ ਕੰਡੀਸ਼ਨ ਤੇ ਹੋ ਅਸੀਂ ਨੇ ਜੇ ਅਸੀਂ ਸਟਰਗਲ ਕਰ ਰਹੇ ਹਾਂ ਸਾਡੇ ਮਾਈਂਡ ਚ ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਹਲੇ ਮੈਂ ਸਟਰਗਲ ਕਰ ਰਿਹਾ ਪਹਿਲਾਂ ਮੈਂ ਸੈਟਲ ਹੋ ਜਾ ਮੈਂ ਤੈਨੂੰ ਤਾਂ ਅਸੈਪਟ ਕਰੂੰਗਾ ਨਾ ਹੀ ਸਾਡੇ ਮਨ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਮੈਂ ਹੁਣ ਸੈਟਲ ਹੋਇਆ ਹੋਇਆ ਹਲੇ ਮੇਰਾ ਮਨ ਨਹੀਂ ਹੈਗਾ ਮਤਲਬ ਸਾਡੀ ਫੀਲਿੰਗਸ ਕਦੇ ਵੀ ਇਦਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਅਸੀਂ ਕਿਸੇ ਡਾਊਟ ਦੇ ਵਿੱਚ ਆ ਜਾਂ ਕੰਡੀਸ਼ਨਲ ਆ ਬਿਲਕੁਲ ਬਿਲਕੁਲ ਅਗਰ ਸਾਨੂੰ ਕੋਈ ਚੰਗਾ ਲੱਗ ਰਿਹਾ ਚਾਹੇ ਉਹ ਤੁਹਾਨੂੰ 20 ਸਾਲ ਦੀ ਉਮਰ ਚ ਲੱਗਿਆ ਵੀਰੇ ਚਾਹੇ 30 ਸਾਲ ਦੀ ਉਮਰ ਚ ਲੱਗਿਆ ਮੈਂ ਇਹ ਕਹਿਣਾ ਚਾਹੁੰਦਾ 20 ਸਾਲ ਦੀ ਉਮਰ ਚ ਜੇ ਬੰਦਾ ਸਾਨੂੰ ਤੇ ਅਸੀਂ ਪੂਰੇ ਸਟਰਗਲ ਕਰ ਰਹੇ ਹਾਂ ਹੁਣ ਇੱਥੇ ਡਿਪੈਂਡ ਕਰਦਾ ਹੈ ਕਿ ਤੁਸੀਂ ਇੱਕ ਦੂਜੇ ਤੋਂ ਐਕਸਪੈਕਟੇਸ਼ਨਸ ਰੱਖਣੀਆਂ ਨੇ ਜਾਂ ਦੋਨਾਂ ਨੇ ਐਕਸੈਪਟ ਕਰਕੇ ਇਕੱਠਿਆਂ ਨੱਗੇ ਵਧਣਾ ਬਿਲਕੁਲ ਲੇਕਿਨ ਜਿਆਦਾਤਰ ਕੀ ਹੁੰਦਾ ਹੈ ਕਿ ਅਗਰ ਕੋਈ ਸਾਨੂੰ ਪਸੰਦ ਆ ਜਾਂਦਾ ਸੀ ਉਸੇ ਟਾਈਮ ਨਾ ਦੂਜੇ ਬੰਦੇ ਤੋਂ ਪਰਮਿਸ਼ਨਾਂ ਲੈਣੀਆਂ ਸ਼ੁਰੂ ਕਰ ਦਿੰਦੇ ਆ ਜਾਂ ਉਹਦੇ ਤੋਂ ਕੰਡੀਸ਼ਨਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਕਿ ਬਾਈ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਜਾਂ ਲੜਕੀ ਕਹਿੰਦੀ ਹੈ ਜਾਂ ਲੜਕਾ ਕਹਿੰਦਾ ਉਹਦੇ ਦਿਮਾਗ ਤੇ ਭਾਵੇਂ ਉਦੋਂ ਹੀ ਇੰਨਾ ਕਿ ਜ਼ਿਆਦਾ ਬੋਝ ਪੈ ਜਾਂਦਾ ਹੈ ਕਿ ਉਹ ਵਿਆਹ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਹੋ ਜਾਂਦਾ ਹੈ 20 ਸਾਲ ਦਾ ਮੁੰਡੇ ਨੂੰ ਜੇ ਤੁਸੀਂ ਪਹਿਲੀ ਦਿਮਾਗ ਦੇ ਵਿੱਚ ਇਹ ਪਾ ਦੋਗੇ ਕਿ ਮੇਰੇ ਨਾਲ ਤੂੰ ਵਿਆਹ ਕਰਾ ਲਈਂ ਸਾਲ ਦੋ ਸਾਲ ਦੇ ਵਿੱਚ ਹੁਣ ਉਹ ਪਾਜੀ ਉਹ ਕਰੀਅਰ ਤੇ ਫੋਕਸ ਕਰੇਗਾ ਕਿ ਵਿਆਹ ਤੇ ਫੋਕਸ ਕਰੇਗਾ ਇਹ ਇਦਾਂ ਦੇ ਕੁਐਸਚਨ ਆਉਂਦੇ ਨੇ ਜਦੋਂ ਮੈਂ ਸੈਸ਼ਨ ਦੇ ਵਿੱਚ ਗੱਲ ਕਰਦਾ ਅਗਰ ਕੋਈ 20 21 ਸਾਲ ਦੀ ਲੜਕੀ ਆ ਜਾਂ ਲੜਕਾ ਹੈ ਤਾਂ ਆਪਾਂ ਚ ਇਹ ਉਹਨਾਂ ਦੇ ਹੀ ਮੇਨ ਟਾਪਿਕ ਇਹੀ ਹੁੰਦਾ ਕਿ ਵੀ ਮੈਨੂੰ ਜੀ ਮੁੰਡਾ ਮਿਲ ਗਿਆ ਇੱਕ ਜਾਂ ਕੁੜੀ ਮੁੰਡਾ ਕਹਿੰਦਾ ਜੀ ਮੈਨੂੰ ਇੱਕ ਕੁੜੀ ਮਿਲ ਗਈ ਤੇ ਮੈਨੂੰ ਇਹਦਾ ਲੱਗਦਾ ਕਿ ਮੈਂ ਇਹ ਮੈਨੂੰ ਹੁਣ ਧੋਖਾ ਤਾਂ ਨਹੀਂ ਦੇ ਦਊਗਾ ਜਾਂ ਇਹ ਮੇਰੇ ਨਾਲ ਵਿਆਹ ਕਰਾਊਗਾ ਕਿ ਨਹੀਂ ਕਰਊਗਾ ਤੁਹਾਨੂੰ ਕੀ ਲ ਮੈਂ ਉਹਨੂੰ ਪੁੱਛਣਾ ਵੀ ਤੁਸੀਂ ਕਰਦੇ ਕਿਉਂ ਜੀ ਮੈਂ ਤਾਂ ਹਲੇ ਸਟੱਡੀ ਕਰ ਰਹੀ ਹਾਂ। ਇਹ ਮੁੰਡੇ ਨੂੰ ਕਰ ਤੁਸੀਂ ਕਰਦੇ ਮੈਂ ਵੀਰੇ ਹਲੇ ਪੜ ਰਿਹਾ ਹਾਂ। ਹੁਣ ਤੁਸੀਂ ਦੱਸੋ ਕਿ ਜਿਹੜਾ ਬੰਦਾ ਪੜ ਰਿਹਾ ਹੋ ਪੜ੍ਹਾਈ ਵੱਲ ਧਿਆਨ ਦੇਵੇ ਜਾਂ ਕਿਤਨਾ ਕਿਤੇ ਉਹ ਰਿਲੇਸ਼ਨਸ਼ਿਪ ਤੇ ਜਾਵੇ ਜਾਂ ਹੁਣ ਵਿਆਹ ਬਾਰੇ ਸੋਚੇ। ਸਾਨੂੰ ਇੱਕ ਪੈਟਰਨ ਫਾਲੋ ਕਰਨਾ ਚਾਹੀਦਾ ਬੜਾ ਸਿੰਪਲ। ਕਿ ਜੇ ਤੁਸੀਂ ਸਟੱਡੀ ਕਰ ਰਹੇ ਹੋ ਇਕੱਠੇ ਜੇ ਤੁਹਾਨੂੰ ਪਿਆਰ ਹੋ ਵੀ ਗਿਆ ਪਹਿਲਾਂ ਇਕੱਠੇ ਆਪਣੀ ਸਟੱਡੀ ਪੂਰੀ ਕਰੋ। ਫਿਰ ਇਕੱਠੇ ਜੇ ਤੁਸੀਂ ਇੱਕ ਦੂ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਆਪਣੇ ਜਿਹੜੀ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਉਹਨੂੰ ਉੱਚਾ ਕਰੋ ਵੱਡਾ ਕਰੋ ਤੁਸੀਂ ਜੋਬ ਤੇ ਨਹੀਂ ਹੈਗੇ ਤੁਸੀਂ ਆਪਣੀ ਜੋਬ ਦੇਖੋ ਲੜਕੀ ਆਪਣੀ ਜੋਬ ਦੇਖੇ ਆਉਣ ਵਾਲੇ ਟਾਈਮ ਦੇ ਵਿੱਚ ਵੀਰੇ ਜੇ ਦੋਨੇ ਬੰਦੇ ਆਪਸ ਵਿੱਚ ਇਕੱਠੇ ਜੋਬ ਕਰ ਰਹੇ ਨੇ ਇਕੱਠੇ ਕੰਮ ਕਰ ਰਹੇ ਨੇ ਤਾਂ ਸਰਵਾਈਵ ਹੈ ਆਦਰਵਾਈਜ਼ ਸਰਵਾਈਵ ਨਹੀਂ ਹੈਗਾ ਮੇਰੇ ਇੱਕ ਗੱਲ ਕਲੀਅਰ ਕਰੋ ਨਾ ਇੱਕ ਅਟਰੈਕਸ਼ਨ ਹੁੰਦੀ ਆ ਇੱਕ ਹੁੰਦਾ ਪਿਆਰ ਇਹਨੂੰ ਕਲੀਅਰ ਕਰੋ ਕਿਉਂਕਿ ਹੁੰਦਾ ਹੈ ਅਟਰੈਕਸ਼ਨ 90% ਅਟਰੈਕਸ਼ਨ ਹੀ ਆ ਪਿਆਰ ਤਾਂ ਦੁਆਸੇ ਦਾਸ ਵੀ ਬਹੁਤ ਜ਼ਿਆਦਾ ਹੁੰਦਾ ਪਿਆਰ ਕੀ ਸ਼ੈਵ ਮੇਰੇ ਸੋਨਾ ਕਿਸੇ ਕਿਸੇ ਨੂੰ ਹੀ ਪਤਾ ਹੋਣਾ ਮੈਂ ਚਾਹਣਾ ਉਹਦੀ ਡੈਫੀਨੇਸ਼ਨ ਤੁਸੀਂ ਦਿਓ ਤੇ ਅਟਰੈਕਸ਼ਨ ਕੀ ਹੁੰਦੀ ਹੈ ਤੇ ਪਿਆਰ ਕੀ ਹੁੰਦਾ ਇਹਦਾ ਡਿਫਰੈਂਸ ਵੀ ਦੱਸੋ ਅਟਰੈਕਸ਼ਨ ਮੈਨੂੰ ਲੱਗਦਾ ਆਤਤਾ ਵੀਰੇ ਜੇ ਜਦੋਂ ਅਸੀਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਜੋ ਕੋਈ ਬੰਦਾ ਅਮਰੀਕਾ ਬੈਠਾ ਹੁੰਦਾ ਜੀ ਤੇ ਕੋਈ ਬੰਦਾ ਕੈਨੇਡਾ ਬੈਠਾ ਹੁੰਦਾ ਉਹ ਆਪਸ ਚ ਕਨੈਕਟ ਹੁੰਦੇ ਨੇ ਉਹ ਡੇਲੀ ਫੋਨ ਤੇ ਗੱਲ ਕਰਦੇ ਨੇ ਉਹ 1 ਸਾਲ ਗੱਲ ਕਰਦੇ ਨੇ 2 ਸਾਲ ਗੱਲ ਕਰਦੇ ਨੇ ਜੀ ਉਹ ਉਹ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਅਟਰੈਕਸ਼ਨ ਦਾ ਪਾਰਟ ਹੈ ਜਦੋਂ ਤੱਕ ਤੁਸੀਂ ਇੱਕ ਦੂਜੇ ਨਾਲ ਫਿਜ਼ੀਕਲੀ ਕਨੈਕਟ ਨਹੀਂ ਹੁੰਦੇ ਫਿਜ਼ੀਕਲ ਦਾ ਮੇਰਾ ਮਤਲਬ ਹੈ ਕਿ ਜਦੋਂ ਤੁਸੀਂ ਸਾਹਮਣੇ ਸਾਹਮਣੇ ਬੈਠੇ ਹੋ ਜਦੋਂ ਤੁਸੀਂ ਇੱਕ ਦੂਜੇ ਨੂੰ ਫੀਲ ਕਰਦੇ ਹੋ ਜਦੋਂ ਤੁਸੀਂ ਇੱਕ ਦੂਜੇ ਦੀਆਂ ਲਾਈਫ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਉਹਨੂੰ ਸਾਹਮਣੇ ਬੈਠ ਕੇ ਫੇਸ ਕਰਦੇ ਆਪ ਵਿਚਰਦੇ ਹੋ ਜਦੋਂ ਤੁਸੀਂ ਕਿਸੇ ਬੰਦੇ ਦਾ ਔਖੇ ਸੌਖੇ ਟਾਈਮ ਦੇ ਵਿੱਚ ਸਾਥ ਦਿੰਦੇ ਹੋ ਜਦੋਂ ਉਹ ਮਤਲਬ ਉਹ ਚੀਜ਼ ਪਾਰਟ ਟਾਈਮ ਦੀ ਪਿਆਰ ਦਾ ਪਾਰਟ ਉੱਥੇ ਪਲੇ ਹੁੰਦਾ ਅਟਰੈਕਸ਼ਨ ਦਾ ਪਾਰਟ ਕਿੰਨਾ ਕਿਤੇ ਜਿਹੜੀ ਅਸੀਂ ਆਦਤਾਂ ਰੈਗੂਲਰ ਆਦਤਾਂ ਪਾਉਨੇ ਆ ਤੁਸੀਂ ਦੇਖੋ ਕਿ ਜੇ ਤੁਸੀਂ ਲਗਾਤਾਰ ਕਿਸੇ ਨਾਲ ਤਿੰਨ ਦਿਨ ਗੱਲ ਕਰ ਲਓ ਹੁਣ ਚੌਥੇ ਦਿਨ ਤੁਹਾਡਾ ਫੇਰ ਮੰਨ ਕਰੂਗਾ ਜੇ ਤੁਸੀਂ ਸਮਝਣ ਵਾਲਾ ਬੰਦਾ ਨਹੀਂ ਕਰ ਰਿਹਾ ਅਸੀਂ ਕਈ ਵਾਰ ਉਹ ਗੱਲ ਸਮਝ ਨਹੀਂ ਗਿਆ ਅੰਡਰਸਟੈਂਡ ਨਹੀਂ ਕਰਦੇ ਅਸੀਂ ਉਹਨੂੰ ਬੋਲਣਾ ਸ਼ੁਰੂ ਕਰ ਦਿੰਦੇ ਆ ਅਸੀਂ ਕਹਿੰਦੇ ਆ ਕਿ ਯਾਰ ਦੇਖਿਆ ਹੋ ਗਿਆ ਨਾ ਬਿਜ਼ੀ ਤੂੰ ਜਾਂ ਉਹ ਦੂਜੇ ਬੰਦੇ ਨੂੰ ਕਹਿ ਦੇਣਾ ਦੇਖਿਆ ਅੱਜ ਮੇਰੀ ਯਾਦ ਮਤਲਬ ਸੀ ਦੂਜੇ ਬੰਦੇ ਤੇ ਭਾਜੀ ਉਹ ਬੋਝ ਪਾਤਾ ਕਿ ਨਹੀਂ ਬਈ ਗੱਲ ਕਰਨੀ ਬਣੀ ਆ ਜਦੋਂ ਉਹ ਚੀਜ਼ ਫਿਰ ਜੇ ਪਿਆਰ ਬਣ ਵੀ ਰਿਹਾ ਹੁੰਦਾ ਉਹ ਅਟਰੈਕਸ਼ਨ ਦੇ ਉੱਤੇ ਹੀ ਖਤਮ ਹੋ ਜਾਂਦਾ ਕਿਉਂਕਿ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਓਪਨ ਮਾਈਂਡਡ ਤਾਂ ਰੱਖਿਆ ਹੀ ਨਹੀਂ ਹੈਗਾ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਕੰਡੀਸ਼ਨਾਂ ਲਾਤੀਆਂ ਕਿ ਜਬਤ ਹੋ ਜਾਂਦਾ ਬੰਦਾ ਕਿ ਨਹੀਂ 8:00 ਵਜੇ ਗੱਲ ਕਰਨੀ ਬਣੀ ਆ ਬਹੁਤ ਲੋਕੀ ਨੇ ਇਦਾਂ ਦੇ ਜਿਹੜੇ ਇਸ ਚੀਜ਼ ਦੇ ਵਿੱਚ ਹਲੇ ਵੀ ਫਸੇ ਹੋਏ ਨੇ ਨਿਕਲ ਵੀ ਨਹੀਂ ਪਾਉਂਦੇ ਹੈਗੇ ਭਾਜੀ ਕਿਉਂਕਿ ਸਾਨੂੰ ਲੱਗਦਾ ਕਿ ਜੇ ਅਸੀਂ ਨਿਕਲਾਂਗੇ ਤਾਂ ਦੂਆ ਬੰਦਾ ਛੱਡ ਦੇਗਾ ਜੇ ਸਾਨੂੰ ਦੂਜੇ ਬੰਦੇ ਦੇ ਵਿੱਚੋਂ ਦੇਖੋ ਪਿਆਰ ਇੱਕ ਐਦਾਂ ਦੀ ਸ਼ੈਅ ਆ ਮੇਰਾ ਮੇਰਾ ਇਹ ਮੰਨਣਾ ਹੈ ਜਿੱਥੇ ਤੁਸੀਂ ਚੀਜ਼ਾਂ ਨੂੰ ਅਨਕੰਡੀਸ਼ਨਲ ਰੱਖਦੇ ਹੋ ਜਿੱਥੇ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਦੇ ਹੋ ਕਿ ਸਾਹਮਣੇ ਵਾਲਾ ਬੰਦਾ ਕਿੱਥੇ ਕੰਫਰਟੇਬਲ ਆ ਨਾ ਕਿ ਤੁਸੀਂ ਕਿੱਥੇ ਕੰਫਰਟੇਬਲ ਹੋ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਹਮਣੇ ਵਾਲੇ ਬੰਦੇ ਨੂੰ ਅਸੀਂ ਕੀ ਦੇ ਸਕਦੇ ਆ ਨਾ ਕਿ ਅਸੀਂ ਇਹ ਦੇਖੀਏ ਕਿ ਅਸੀਂ ਉਹ ਤੋਂ ਤੇ ਲੈਣਾ ਕੀ ਆ ਸਾਡੀ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਕਿ ਅਸੀਂ ਦੂਜੇ ਬੰਦੇ ਤੋਂ ਐਕਸਪੈਕਟ ਕਰਨਾ ਸ਼ੁਰੂ ਕਰ ਦਿੰਦੇ ਆ ਭਾਜੀ ਹੂੰ ਜਦੋਂ ਅਸੀਂ ਦੂਜੇ ਬੰਦੇ ਤੋਂ ਐਕਸਪੈਕਟ ਕਰਦੇ ਆ ਅਸੀਂ ਐਕਸੈਪਟੈਂਸ ਨੂੰ ਖਤਮ ਕਰ ਲੈਂਦੇ ਆ ਜੇ ਅਸੀਂ ਦੋਨੇ ਜਣੇ ਰਲ ਕੇ ਅਸੈਪਟ ਪਹਿਲਾਂ ਕਰ ਲਾਂਗੇ ਕਿ ਹਾਂ ਯਾਰ ਜਿੱਦਾਂ ਦਾ ਤੂੰ ਹੈਗਾ ਜਿੱਦਾਂ ਦੀ ਮੈਂ ਹੈਗੀ ਆ ਅਸੈਪਟ ਕਰ ਲਿਆ ਚੰਗੇ ਮਾੜੇ ਪਤਾ ਨਹੀਂ ਕਿਉਂਕਿ ਕੰਡੀਸ਼ਨ ਨਹੀਂ ਲਾਈ ਨਾ ਵੀਰੇ ਚੰਗੇ ਮਾੜੇ ਤਾਂ ਨਹੀਂ ਪਤਾ ਹੁਣ ਜਿਵੇਂ ਜਿਵੇਂ ਟਾਈਮ ਨਿਕਲੂਗਾ ਵੀਰੇ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਊਗਾ ਮਿਲਦੇ ਜਾਵਾਂਗੇ ਗੱਤਾਂ ਜਾਵਾਂਗੇ ਉਦੋਂ ਪਤਾ ਲੱਗੂਗਾ ਕਿ ਜੋ ਅਸੈਪਟ ਕਰਿਆ ਸੀਗਾ ਹੁਣ ਕੀ ਕੀ ਕਮੀਆਂ ਨੇ ਕੀ ਕੀ ਚੰਗਾ ਜੋ ਚੰਗਾ ਹੈ ਉਹ ਚੰਗਾ ਹੈ ਜੋ ਕਮੀਆਂ ਨੇ ਉਹ ਇਕੱਠੇ ਮਿਲ ਕੇ ਸੋਲਵ ਕਰੋ ਯਾਰ ਅੱਗੇ ਕੀ ਬਾਤ ਤੇ ਤੁਹਾਡਾ ਵਿਆਹ ਹੋ ਗਿਆ ਹਨ ਤੇ ਵਿਆਹ ਤੋਂ ਬਾਅਦ ਲੜਾਈਆਂ ਤਾਂ ਆਬਵੀਅਸਲੀ ਹੁੰਦੀ ਹੀ ਹੋਣਗੀਆਂ ਹਨ ਤੇ ਉਹਦਾ ਕੀ ਕਾਰਨ ਰਿਹਾ ਹੋਗਾ ਤੁਹਾਡੀਆਂ ਲੜਾਈਆਂ ਦੀ ਆਪਾਂ ਗੱਲ ਕਰੀਏ ਅ ਵੀਰੇ ਵੈਸੇ ਤਾਂ ਮੈਂ ਰਬ ਦਾ ਸ਼ੁਕਰ ਕਰਨਾ ਚਾਹੂਗਾ ਕਿ ਸਾਡੀ ਲੜਾਈ ਨਹੀਂ ਨੀ ਨੋਕ ਚੋਕ ਕਹਿ ਦਿੰਦੇ ਜੀ ਮੈਂ ਮੈਂ ਉਹ ਦੱਸ ਉਹਦੇ ਤੇ ਆਉਣ ਲੱਗਿਆ ਸੀ ਹੁਣ ਕਿ ਹਾਂ ਲੜਾਈ ਨਹੀਂ ਹੋਈ ਨਰਾਜ਼ਗੀ ਜ਼ਰੂਰ ਹੁੰਦੀ ਹੈ ਨਰਾਜ਼ਗੀ ਦੇ ਵਿੱਚ ਦੇਖੋ ਹੁਣ ਜਿਹੜੀ ਮੇਰੀ ਵਾਈਫ ਹੈ ਜੀ ਹਨ ਉਹਨਾਂ ਨੇ ਸਾਈਕੋਲੋਜੀ ਦੇ ਵਿੱਚ ਐਮਏ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਹੀ ਸ਼ੀ ਆਲਸੋ ਨੋਜ਼ ਕਿ ਇੱਕ ਰਿਲੇਸ਼ਨਸ਼ਿਪ ਨੂੰ ਕਿਵੇਂ ਮੇਨਟੇਨ ਕੀਤਾ ਜਾ ਸਕਦਾ ਹੈ ਅਸੀਂ ਕਦੇ ਵੀ ਜਦੋਂ ਦੋਨਾਂ ਨੇ ਆਪਸ ਵਿੱਚ ਕਦੇ ਕੋਈ ਨੋਕ-ਜੋਕ ਹੋ ਜਾਂਦੀ ਆ ਅਸੀਂ ਦੋਨੇ ਇਕੱਠੇ ਨਹੀਂ ਬੋਲਦੇ ਹੈਗੇ ਜੀ ਹੂੰ ਹੂੰ ਮੈਨੂੰ ਮਤਲਬ ਮੈਨੂੰ ਐਂਦਾ ਲੱਗਦਾ ਹੈ ਕਿ ਇਹ ਸਾਡੇ ਵਿੱਚ ਦੋਨਾਂ ਵਿੱਚ ਇਹ ਚੀਜ਼ ਕੰਮ ਆਉਂਦੀ ਆ ਜੇ ਉਹ ਕਿਸੇ ਗੱਲ ਤੋਂ ਨਾਰਾਜ਼ ਆ ਚਾਹੇ ਉਹ ਸਹੀ ਆ ਚਾਹੇ ਉਹ ਗਲਤ ਆ ਮੇਰੇ ਵੱਲੋਂ ਸੌਰੀ ਆ ਜਾਂਦੀ ਆ ਜੀ ਕੀ ਆ ਬਾਤ ਜੇ ਉਹ ਚਾਹੇ ਗਲਤ ਆ ਜੀ ਚਾਹੇ ਉਹ ਸਹੀ ਆ ਕਿਉਂਕਿ ਉਸ ਟਾਈਮ ਉਹਦਾ ਸਟੇਟ ਆਫ ਮਾਈਂਡ ਨਹੀਂ ਹੁੰਦਾ ਹੈਗਾ ਮੇਰੀ ਗੱਲ ਸੁਣਨ ਦਾ ਜੇ ਉਹਨੂੰ ਮੈਂ ਇਹ ਕਹੂੰਗਾ ਕਿ ਨਹੀਂ ਇੱਥੇ ਤੂੰ ਗਲਤ ਆ ਤਾਂ ਉੱਥੇ ਫਿਰ ਮੈਂ ਹੀ ਗਲਤ ਹੋਊਂਗਾ ਹਮੇਸ਼ਾ ਲੇਕਿਨ ਦੋ ਦਿਨ ਬਾਅਦ ਜਦੋਂ ਮੈਂ ਉਹੀ ਗੱਲ ਸਮਝਾ ਦਿੰਦਾ ਕਿ ਯਾਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਇੱਥੇ ਇਦਾਂ ਹੋ ਸਕਦੀ ਸੀ ਉਦੋਂ ਉਹ ਗੱਲ ਸਮਝ ਜਾਂਦੀ ਹੈ ਕਿਉਂਕਿ ਉਦੋਂ ਉਹਦਾ ਮਾਈਂਡ ਸੁਣਨ ਦੇ ਮੂਡ 'ਚ ਹੁੰਦਾ ਅਸੀਂ ਕਿਤੇ ਨਾ ਕਿਤੇ ਗਲਤੀ ਇਹ ਕਰ ਵੀ ਲੈਂਦੇ ਆ ਵੀਰੇ ਕਿ ਜਦੋਂ ਸਾਨੂੰ ਸਾਹਮਣੇ ਵਾਲਾ ਬੰਦਾ ਕੋਈ ਗੱਲ ਕਹਿੰਦਾ ਸਾਨੂੰ ਲੱਗਦਾ ਹੁੰਦਾ ਹੈ ਕਿ ਯਾਰ ਇਹ ਚੀਜ਼ ਸਹੀ ਨਹੀਂ ਹੈਗੀ ਅਸੀਂ ਉਦੋਂ ਉਸੇ ਟਾਈਮ ਕਹਿੰਨੇ ਆ ਕਿ ਆਪ ਤੂੰ ਇੱਥੇ ਗਲਤੀ ਕਰ ਰਹੇ ਆ ਪਰ ਉਸ ਬੰਦੇ ਦਾ ਸਟੇਟ ਆਫ ਮਾਈਂਡ ਉਸ ਟਾਈਮ ਹੁੰਦਾ ਹੀ ਨਹੀਂ ਕਿ ਉਹ ਤੁਹਾਡੀ ਗੱਲ ਸੁਣ ਪਾਵੇ ਉਹਨੂੰ ਹ ਉਸ ਮੂਡ 'ਚ ਹੁੰਦਾ ਜੇ ਤੁਸੀਂ ਉਸ ਟਾਈਮ ਸੱਚ ਵੀ ਕਹਿ ਰਹੇ ਹੋ ਨਿਓ ਤਾਂ ਉਹਨੂੰ ਉਹ ਚੀਜ਼ ਝੂਠ ਲੱਗਦੀ ਆ ਤਾਂ ਸਾਡਾ ਇਹੀ ਹੈ ਕਿ ਜੇ ਮੈਂ ਗੁੱਸੇ ਆ ਜੀ ਤਾਂ ਉਹਨੇ ਸੌਰੀ ਮੰਗ ਲੈਣੀ ਆ ਚਾਹੇ ਮੈਂ ਸਹੀ ਆ ਚਾਹੇ ਮੈਂ ਗਲਤਾਂ ਜੇ ਉਹ ਗੁੱਸੇ ਆ ਤਾਂ ਮੈਂ ਸੌਰੀ ਮੰਗ ਲੈਣੀ ਆ ਚਾਹੇ ਉਹ ਸਹੀ ਆ ਚਾਹੇ ਗਲਤਾਂ ਹਾਂ 2-3 ਦਿਨ ਬਾਅਦ ਉਹੀ ਟੌਪਿਕ ਫੇਰ ਚੱਲੂਗਾ ਤੇ ਉੱਥੇ ਐਕਸਪਲੇਨ ਕੀਤਾ ਜਾਂਦਾ ਕਿ ਮੈਨੂੰ ਇਦਾਂ ਲੱਗਦਾ ਕਿ ਇੱਥੇ ਇਦਾਂ ਹੋ ਸਕਦਾ ਸੀਗਾ ਤੇ ਉਦੋਂ ਚੀਜ਼ ਮੰਨ ਵੀ ਲਈ ਜਾਂਦੀ ਆ ਤੇ ਚੀਜ਼ਾਂ ਸੋਲਵ ਹੋ ਜਾਂਦੀਆਂ ਯਾਰ ਇਹਨਾਂ ਮਤਲਬ ਮੇਰੇ ਸਾਹ ਹਨਲ ਮੈਂ ਥੋੜੀ ਸੋਨਦੇ ਹਾਂ ਨਾ ਤੇ ਇਹ ਮੇਰੇ ਸੋਨਾਂ ਤਾਂ ਕਹਿਣੀਆਂ ਤਾਂ ਬਹੁਤ ਸੋਕੇ ਮੈਨੂੰ ਸਮਝ ਵੀ ਆ ਰਹੀ ਹੈ ਇਹ ਮੈਂ ਮੰਨਦਾ ਵੀਰੇ ਗੱਲ ਨਹੀਂ ਨਹੀਂ ਮੈਂ ਆਪਣੇ ਤੇ ਲੈ ਕੇ ਚੱਲਦਾ ਕਿ ਜਦੋਂ ਇਹ ਪ੍ਰੈਕਟੀਕਲ ਗੇਮ ਚੱਲਦੀ ਹੈ ਨਾ ਇਹ ਬਹੁਤ ਔਖੀ ਹੈ ਕਿਉਂਕਿ ਕਦੇ ਕਿਦਰ ਮਿਸ ਮੈਚ ਵੀ ਹੋ ਜਾਂਦਾ ਜੇ ਇਧਰੋਂ ਕਬਸਵਾ ਚੱਲਦਾ ਪਿਆ ਤੇ ਕਦੇ ਕਿਦਰ ਦੂਜੇ ਦਾ ਵੀ ਪੀਆਈ ਇਕੱਠਾ ਮੈਚ ਕਰ ਜਾਂਦਾ ਤੇ ਉੱਤੇ ਤਾਂ ਫਿਰ ਪੰਗਾ ਪੈਂਦਾ ਹੀ ਆ ਮੈਂ ਕਹਿੰਦਾ ਵੀਰੇ ਰੀਜ਼ਨ ਇਹੀ ਹੈ ਅੱਜ ਦੇ ਯੂਥ ਦਾ ਜਿਹੜਾ ਰਿਲੇਸ਼ਨ ਆ ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਚੀਜ਼ ਆ ਉਹ ਈਗੋ ਹੀ ਤਾਂ ਹੈ ਅਸੀਂ ਆਪਣੀ ਸੈਲਫ ਵੀਗੋ ਨੂੰ ਸੈਟੀਸਫਾਈ ਕਰਨ ਵਾਸਤੇ ਦੂਜੇ ਬੰਦੇ ਨੂੰ ਹਰਟ ਕਰਨ ਲਈ ਰੈਡੀ ਹੋ ਜਾਂਦੇ ਆ ਅਸੀਂ ਜਿਹੜੀ ਗੱਲ ਕਹੀ ਆ ਉਹ ਗੱਲ 100% ਸਹੀ ਆ ਇਸ ਨੂੰ ਪ੍ਰੂਫ ਕਰਨ ਦੇ ਚੱਕਰ ਵਿੱਚ ਅਸੀਂ ਇਹ ਭੁੱਲ ਜਾਂਦੇ ਆ ਕਿ ਅਸੀਂ ਸਾਹਮਣੇ ਵਾਲੇ ਬੰਦੇ ਨੂੰ ਕਿਸ ਤਰੀਕੇ ਨਾਲ ਮਿਲੇ ਸੀ ਅਸ ਤੋਂ ਸਾਲ ਬਾਅਦ 2 ਸਾਲ ਬਾਅਦ 2 ਸਾਲ ਪਹਿਲਾਂ ਅਸੀਂ ਕਿਵੇਂ ਮਿਲੇ ਸੀਗੇ ਕਿਵੇਂ ਮੈਂ ਉਹ ਸਟਰਗਲ ਕਰਕੇ ਉਹ ਲੜਕੀ ਨੂੰ ਪਾਇਆ ਜਾਂ ਉਹ ਲੜਕੀ ਸੋਚੇ ਕਿਵੇਂ ਸਟਰਗਲ ਕਰਕੇ ਲੜਕਾ ਮੈਨੂੰ ਮਿਲਿਆ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਆ ਕਿਉਂ ਅਸੀਂ ਉੱਥੇ ਚਾਹੁੰਦੇ ਆ ਜਿਹੜੀ ਮੈਂ ਗੱਲ ਕਹੀ ਆ ਉਹ ਸਹੀ ਪ੍ਰੂਫ ਹੋਣੀ ਚਾਹੀਦੀ ਆ ਇਪਰੂਵ ਕਰਨ ਦੇ ਚੱਕਰ ਵਿੱਚ ਵੀਰੇ ਸਾਰੀ ਉਮਰੇ ਲੰਘ ਜਾਂਦੀਆਂ ਬੰਦੇ ਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਦੋਨਾਂ ਬੰਦਿਆਂ ਦੀ ਜਿਹੜੀ ਉਹ ਫਾਈਟ ਆ ਜਿਹੜੀ ਉਹ ਹੁੰਦੀ ਆ ਇਹ ਬਿਲਕੁਲ ਸਹੀ ਗੱਲ ਆ ਵੀਰੇ ਤੁਹਾਡੀ ਜੇ ਇਹਨੂੰ ਅਵੋਇਡ ਕਰਨਾ ਜੀ ਇਹ ਮਤਲਬ ਜਿਹੜਾ ਮੇਰਾ ਤਰੀਕਾ ਦੇਖੋ ਮੇਰੇ ਕੋਲ ਤਾਂ ਅਪਲਾਈ ਹੋ ਰਿਹਾ ਜੀ ਇਹ ਮੈਂ ਉਹੀ ਗੱਲ ਕਹੂੰਗਾ ਚਲੋ ਇੱਥੇ ਕਿੰਨਾ ਟਹਿਰਾਵ ਬੰਦਾ ਲਿਆਵੇ ਕਿੱਥੋਂ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀਰੇ ਕਿ ਜਿਹੜਾ ਸਟਾਰਟਿੰਗ ਦੇ ਵਿੱਚ ਤੁਸੀਂ ਕਿਸੇ ਨੇ ਚੇਂਜ ਕੀ ਆਇਆ ਕਿ ਜਦੋਂ ਗੁਰੂ ਸਾਹਿਬ ਮਤਲਬ ਮੈਨੂੰ ਇਹ ਲੱਗਦਾ ਕਿ ਪੇਸ਼ੈਂਸ ਹੀ ਸਭ ਤੋਂ ਵੱਡਾ ਮੈਨੂੰ ਇਦਾਂ ਦੇ ਮਨਨੇ ਕਿ ਚਲੋ ਦੋਨੇ ਜਣੇ ਅਸੀਂ ਬੈਠੇ ਹੋਏ ਆ ਤੇ ਉਹਨੇ ਕੋਈ ਗੱਲ ਕਹੀ ਮੈਨੂੰ ਚੁੱਪ ਗਈ ਉਹ ਜੇ ਮੈਂ ਨਾਲ ਦੇ ਨਾਲ ਬੋਲਤਾ ਉਹ ਗੱਲ ਵਧੂਗੀ ਕਿ ਨਹੀਂ ਜੇ ਮੇਰੇ ਚ ਠਹਿਰਾ ਬੂਗਾ ਮੈਂ ਉਹਨੂੰ ਆਰਾਮ ਨਾਲ ਐਡਜਸਟ ਕਰ ਲੂੰਗਾ ਮੈਂ ਨੂੰ 1 ਮਿੰਟ 2 ਮਿੰਟ ਸੋਚਿਆ 5 ਮਿੰਟ ਸੋਚਿਆ 10 ਮਿੰਟ ਸੋਚਿਆ 15 ਮਿੰਟ ਸੋਚਿਆ ਕਰਦੇ 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 ਉਹ ਚੀਜ਼ ਦਾ ਜਿਹੜਾ ਪੂਰਾ ਆਪਣਾ ਫੋਲ ਆ ਜਾਂਦਾ ਮਹਾਪਰਤ ਪੂਰਾ ਹੋ ਜਾਂਦਾ 15 ਮਿੰਟ ਤਾਂ ਹੋਰੀ ਕੁਛ ਵਾਹੀ ਚੀਜ਼ ਆ ਵੀਰੇ ਮੈਂ ਕਹਿੰਦਾ ਕਰਕੇ ਦੇਖਿਓ ਤੁਸੀਂ ਕਹਾਣੀ ਬਹੁਤ ਬਦਲ ਜੂਗੀ ਨੀ ਨਹੀਂ ਵਧੀਆ ਤੁਸੀਂ ਤੁਸੀਂ ਕਰਕੇ ਦੇਖਣਾ ਬਾਈ ਠੀਕ ਹੈ ਨਾ ਮੈਨੂੰ ਤਾਂ ਥੋੜਾ ਘਟਾ ਜਿਹਾ ਮੁੰਦਾ ਪਿਆ ਜੇ ਬਾਈ ਦੀਆਂ ਗੱਲਾਂ ਬਿਲਕੁਲ ਸਹੀ ਨੇ ਜੇ ਕੋਈ ਦੋਰਾ ਹੀ ਨਹੀਂ ਹੈਗੀ ਯਾਰ ਮੈਨਾਂ ਇਹ ਵੀ ਸੁਣਿਆ ਵਾ ਮਤਲਬ ਗਲਤ ਨਾ ਲੈ ਕੇ ਚੱਲੀਓ ਮੇਰੀ ਗੱਲ ਨੂੰ ਕਿ ਬੰਦਾ ਜਿਹੜਾ ਪੋਜ਼ਿਟਿਵ ਜਾਂ ਮਿੱਠਾ ਬੋਲਦਾ ਆਪਾਂ ਕਹਿ ਲਈਏ ਹੈਨਾ ਕਿ ਉਹ ਹੁੰਦਾ ਬਹੁਤ ਅੱਬੇ ਸੁਭਾ ਦਾ ਤੇ ਤੁਹਾਡੇ ਕੀ ਵਿਚਾਰ ਨੇ ਹੁਣ ਭਾਬੀ ਹੁਣੀ ਤਾਂ ਨਹੀਂ ਨਹੀਂ ਤਾਂ ਮੈਂ ਉਹਨਾਂ ਨੂੰ ਪੁੱਛ ਲੈਂਦਾ ਬਾਈ ਕਿੰਨਾ ਕ ਕੱਬਾ ਹੈਨਾ ਤੁਹਾਡੇ ਨੂੰ ਕਿੰਨਾ ਕ ਗੁੱਸਾ ਆਉਂਦਾ ਤੁਹਾਨੂੰ ਮੈਂ ਆਪਾਂ ਤੁਹਾਡੀ ਗੱਲ ਕਰੀਏ ਭਾਜੀ ਗੁੱਸਾ ਆਉਂਦਾ ਹੈ ਲੇਕਿਨ ਮੇਰਾ ਗੁੱਸਾ ਜਿਹੜਾ ਜ਼ਾਹਿਰ ਕਰਨ ਦਾ ਤਰੀਕਾ ਹੈ ਉਹ ਇਹੀ ਹੈ ਕਿ ਮੈਂ ਚੁੱਪ ਹੋ ਜਾਂਦਾ ਜੀ ਜੇ ਮੈਨੂੰ ਗੁੱਸਾ ਆ ਗਿਆ ਨਾ ਭਾਜੀ ਤਾਂ ਮੈਂ ਉਹ ਟਾਈਮ ਟਪਾਂਗਾ ਇਹ ਮੇਰਾ ਤਰੀਕਾ ਹੈ ਉਹ ਜਦੋਂ ਟਾਈਮ ਟਪਉਣਾ ਜੀ ਮੈਂ ਇੱਕ ਤਾਂ ਆਪਣੇ ਆਪ ਤੇ ਕੰਟਰੋਲ ਰੱਖ ਲੰਨਾ ਦੂਜਾ ਮੈਂ ਸਾਹਮਣੇ ਵਾਲੇ ਬੰਦੇ ਨੂੰ ਹਰਟ ਨਹੀਂ ਕਰਦਾ ਹੈਗਾ ਹੂੰ ਮੈਨੂੰ ਚਾਹੇ ਮੇਰੀ ਪ੍ਰੋਫੈਸ਼ਨਲ ਲਾਈਫ ਆ ਅਗਰ ਮੇਰੇ ਬੌਸ ਨੇ ਮੈਨੂੰ ਕੁਝ ਕਹਿਤਾ ਜੀ ਚਾਹੇ ਮੇਰੀ ਪਰਸਨਲ ਲਾਈਫ ਆ ਜੇ ਮੈਂ ਨਾਲ ਦੀ ਨਾਲ ਗੁੱਸਾ ਦਿਖਾ ਦੂੰਗਾ ਇਹ ਮੇਰੀ ਵਾਈਫ ਨੂੰ ਵੀ ਪਤਾ ਹੈ ਜਦੋਂ ਵੀ ਮੈਨੂੰ ਗੁੱਸਾ ਆਉਂਦਾ ਮੈਂ ਚੁੱਪ ਹੋ ਜਾਂਦਾ ਮੇਰੀ ਵਾਈਫ ਨੂੰ ਇਹ ਚੀਜ਼ ਆਈਡੀਆ ਹੋ ਜਾਂਦਾ ਨਾ ਉਹਨੂੰ ਪਤਾ ਹੈ ਕਿ ਉਹਨੂੰ ਹੁਣ ਗੁੱਸਾ ਆ ਗਿਆ ਕਿ ਮੈਂ ਕਿਵੇਂ ਇਹ ਸਿਚੁਏਸ਼ਨ ਨੂੰ ਹੈਂਡਲ ਕਰਨਾ ਮੇਰੇ ਸਾਹਮਣੇ ਦਾ ਕਈਆਂ ਨੇ ਕਹਿਣਾ ਯਾਰ ਸਾਡੀ ਮੁੱੱਚ ਨੂੰ ਭਾਬੀ ਦਾ ਝੂਠਾ ਪਿਆ ਉਹ ਕਿਉਂਕਿ ਇਹ ਤਾਂ ਕਿਸੇ ਨੂੰ ਕੀ ਹਿਸਾਬ ਹੁੰਦਾ ਹੁੰਦਾ ਅੱਜ ਦੇ ਦਿਖੋ ਜਿਹੜੇ ਦੇਖੋ ਜਿਹੜੇ ਆਪਾਂ ਮੁੰਡੇ ਹੁੰਨੇ ਆ ਜੀ ਆ ਸਾਡੇ ਚ ਐਗਰੈਸ਼ਨ ਜ਼ਿਆਦਾ ਹੁੰਦਾ ਅਸੀਂ ਬੋਲ ਦਿੰਨੇ ਆ ਜੀ ਹੂੰ ਹੂੰ ਕੁੜੀਆਂ ਸੁਣਦੀਆਂ ਨੇ ਰੋਪਨਦੀਆਂ ਨੇ ਜੀ ਅਸੀਂ ਉਹ ਬੱਚੇ ਜੋ ਪਕੜਾ ਰਹੇ ਹੁੰਨੇ ਹੋ ਮੈਂ ਮੇਰੇ ਲਈ ਉਹ ਚੀਜ਼ ਖਤਮ ਹੋ ਜਾਂਦੇ ਪਰ ਮੈਨੂੰ ਮੈਨੂੰ ਚੁੱਪ ਨਹੀਂ ਕਰਾਉਣਾ ਪੈਂਦਾ ਕਿਉਂਕਿ ਮੈਂ ਆਪੇ ਨਹੀਂ ਬੋਲਦਾ ਵੀ ਇਹ ਚੀਜ਼ਾਂ ਦਾ ਫਿਰ ਕਿਵੇਂ ਤੁਹਾਨੂੰ ਐਕਸਪੀਰੀਅੰਸ ਕਿਵੇਂ ਹੋਇਆ ਇਹ ਚੀਜ਼ਾਂ ਬਾਰੇ ਪਤਾ ਕਿਵੇਂ ਲੱਗਿਆ ਕਿ ਆ ਆ ਕਹਾਣੀ ਹੁੰਦੀ ਆ ਇਹ ਦੇਖੋ ਜਿਵੇਂ ਅਸੀਂ ਕਿੰਨੀ ਦੇਰ ਤੋਂ ਇਕੱਠੇ ਆ ਸਾਨੂੰ ਹਨਾ 4 ਮਹੀਨੇ 5 6 ਕਿੰਨਾ ਵੀ ਟਾਈਮ ਸਾਨੂੰ ਇਕੱਠਿਆਂ ਨੂੰ ਹੋ ਗਿਆ ਤਾਂ ਜਦੋਂ ਵੀ ਬਹੁਤ ਸਿਚੁਏਸ਼ਨ ਐਦਾਂ ਦੀਆਂ ਹੋਈਆਂ ਹੋਣਗੀਆਂ ਵੀਰੇ ਜਿਦੇ ਵਿੱਚ ਉਹ ਕਿਤਨਾ ਕਿਤੇ ਮੇਰੇ ਨਾਲ ਡਿਸਕਨੈਕਟ ਹੋਈ ਹੋਊਗੀ ਮੈਂ ਉਹਦੇ ਨਾਲ ਡਿਸਕਨੈਕਟ ਹੋਇਆ ਹੋਊਗਾ। ਉਸ ਟਾਈਮ ਦੂਰੀਆਂ ਹੁੰਦੀਆਂ ਨੇ ਕਿਉਂਕਿ ਤੁਹਾਡਾ ਵਿਆਹ ਨਹੀਂ ਹੋਇਆ ਹੁੰਦਾ ਜੀ। ਤਾਂ ਉਸ ਟਾਈਮ ਤੁਸੀਂ ਬੰਦੇ ਨੂੰ ਜ਼ਿਆਦਾ ਸਮਝਦੇ ਹੋ। ਤੁਸੀਂ ਬੰਦੇ ਦੇ ਤੇ ਧਿਆਨ ਜ਼ਿਆਦਾ ਰੱਖਦੇ ਹੋ। ਉਹ ਸਪੀਰੀਅੰਸ ਤੁਹਾਨੂੰ ਲੰਬੇ ਸਮੇਂ ਤੱਕ ਚਲਾਉਣਾ ਹੁੰਦਾ। ਲੇਕਿਨ ਸਾਡੇ ਪਤਾ ਕੀ ਹੁੰਦਾ ਵੀਰ ਅੱਜ ਕੱਲ। ਵਿਆਹ ਤੋਂ ਪਹਿਲਾਂ ਅਸੀਂ ਪੂਰਾ ਟਰਾਈ ਕਰਦੇ ਹਾਂ। ਜੇ ਕੁੜੀ ਨੇ ਇੱਥੋਂ ਤੁਹਾਨੂੰ ਕੈਨੇਡਾ ਵੀ ਬੁਲਾ ਲਿਆ ਤਾਂ ਅਸੀਂ ਜਾਣ ਨੂੰ ਤਿਆਰ ਹੋ ਜਾਂਦੇ ਹਾਂ। ਵਿਆਹ ਤੋਂ ਬਾਅਦ ਬਹੁਤ ਕਾਮਨ ਚੇਂਜ ਆਉਂਦਾ ਹੈ ਕਿ ਜੇ ਨਾਲ ਦੇ ਕਮਰੇ 'ਚ ਵੀ ਅਗਲੀ ਬੁਲਾ ਰਹੀ ਹੈ ਨਾ ਤਾਂ ਅਸੀਂ 10ਵੀਂ ਵਾਸਤੇ ਵੀ ਜਾਂਦੇ ਕਿਉਂਕਿ ਅਸੀਂ ਫੌਰ ਗਰੰਟਡ ਲੈਣਾ ਸ਼ੁਰੂ ਕਰ ਦਿੰਨੇ ਆ ਵੀਰੇ ਚੀਜ਼ਾਂ ਨੂੰ ਜਦੋਂ ਹੀ ਅਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਚਾਹੇ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਚੀਜ਼ ਨੂੰ ਤੁਸੀਂ ਫੌਰ ਗਰੰਟਡ ਲਓਗੇ ਨਾ ਕਿ ਤਾਂ ਇਹ ਮੇਰੀ ਉਹ ਆ ਜਿਵੇਂ ਮੈਂ ਤੁਹਾਨੂੰ ਦੱਸਦਾ ਵੀਰੇ ਆ ਤੁਸੀਂ ਕੋਈ ਵੀ ਐਡ ਪੜ੍ਹੀ ਹੋਊਗੀ ਜਾਂ ਫਿਰ ਸਮਾਨ ਲੈਣ ਜਾਂਦੇ ਆ ਉੱਥੇ ਕੀ ਲਿਖਿਆ ਹੁੰਦਾ ਜੇ ਤੁਸੀਂ ਪੁੱਛਿਆ ਭਾਜੀ ਇਹਦੀ ਲਾਈਫਟਾਈਮ ਦੀ ਗਰੰਟੀ ਆ ਉਹ ਕੀ ਕਹਿੰਦਾ ਨਹੀਂ ਵੀਰੇ ਸਾਲ ਦੀ ਐ ਜਾਂ ਕਿ ਕਹੂਗਾ 3 ਸਾਲ ਦੀ ਐ ਇਹਦਾ ਮਤਲਬ ਜਿਹੜੀ ਗਰੰਟੀ ਹੁੰਦੀ ਆ ਨਾ ਮੇਰੇ ਵੀਰ ਉਹ ਬਹੁਤੇ ਲੰਬੇ ਸਮੇਂ ਦੀ ਨਹੀਂ ਹੁੰਦੀ ਤਾਂ ਜਦੋਂ ਵੀ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ ਵੀਰੇ ਕੋਈ ਵੀ ਹਨਾ ਜਦੋਂ ਵੀ ਤੁਸੀਂ ਫੋਰ ਗਰੰਟਡ ਲੈਣਾ ਛੱਡ ਦੋਗੇ ਫਿਰ ਤੁਹਾਨੂੰ ਉਹ ਚੀਜ਼ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਦੇਖਣੀਆਂ ਬੰਦ ਹੋ ਜਾਣਗੀਆਂ ਕਿਉਂਕਿ ਤੁਸੀਂ ਫੋਰ ਗਰੰਟਡ ਲੈਣਾ ਬੰਦ ਕਰਤਾ ਤੁਹਾਨੂੰ ਲੱਗਦਾ ਕਿ ਅੱਜ ਵੀ ਇਹ ਚੀਜ਼ ਮੇਰੇ ਹੱਥੋਂ ਜਾ ਸਕਦੀ ਹੈ ਕੱਲ ਵੀ ਜਾ ਸਕਦੀ ਹੈ ਜਾਂ ਫਰਕ ਪਊਗਾ ਤੁਹਾਨੂੰ ਬਿਲਕੁਲ ਉਹਦੇ ਚੰਗੇ ਮਾੜੇ ਨਾਲ ਤੁਹਾਨੂੰ ਫਰਕ ਪਊਗਾ ਜੇ ਤੁਹਾਨੂੰ ਫਰਕ ਹੀ ਨਹੀਂ ਪੈ ਰਿਹਾ ਵੀਰੇ ਫਿਰ ਉਹ ਸਾਹਮਣੇ ਵਾਲੇ ਬੰਦੇ ਨੂੰ ਵੀ ਫਰਕ ਪੈਣਾ ਬੰਦ ਹੋ ਜਾਂਦਾ ਲੰਬੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਚੀਜ਼ ਕਿਤਨਾ ਕਿਤੇ ਫੋਰ ਗਰੰਟਡ ਲੈਣਾ ਆਪਾਂ ਛੱਡ ਜਾਈਏ ਵੀਰੇ ਆਪਣੇ ਪਾਰਟਨਰ ਨੂੰ ਨਾ ਕਿਤਨਾ ਕਿਤੇ ਸਮਝੀਏ ਕਿ ਉਹੀ ਬੰਦਾ ਹੈ ਜਿਹਨੂੰ 5-7 ਪਹਿਲਾਂ ਅਸੀਂ ਮਿਲੇ ਸੀਗੇ ਉਹੀ ਗੱਲਾਂ ਨੇ ਉਹੀ ਬੰਦਾ ਹੈ ਉਹੀ ਫੀਲਿੰਗ ਰਹਿਣੀ ਚਾਹੀਦੀ ਹੈ ਹਾਂ ਡਿਫਿਕਲਟ ਹੈ ਪਰ ਉਹ ਆਦਤ ਪੋਣੀ ਪੈਂਦੀ ਹੈ ਜੀ ਵੀਰੇ ਐਜ਼ ਅ ਲਾਈਫ ਕੋਚ ਤੁਹਾਨੂੰ ਕਿੰਨੀ ਦੇਰ ਹੋ ਗਈ ਵਰਕ ਕਰਦੇ ਨੂੰ ਮੈਨੂੰ 4 ਸਾਲ ਹੋ ਜਾਣੇ ਜੀ ਤੇ ਵੀਰੇ 4 ਸਾਲਾਂ ਤੋਂ ਤੁਹਾਨੂੰ ਕੀ ਲੱਗਦਾ ਸਭ ਤੋਂ ਮੇਜਰ ਪ੍ਰੋਬਲਮ ਰਿਲੇਸ਼ਨਸ਼ਿਪ ਦੇ ਵਿੱਚ ਕੀ ਆ ਜਿਹੜੀਆਂ ਤੁਸੀਂ ਤੁਹਾਡੇ ਕੋਲ ਆਈਆਂ ਨੇ ਪ੍ਰੋਬਲਮਸ ਮੈਨੂੰ ਲੱਗਦਾ ਵੀਰੇ ਕਿ ਰਿਲੇਸ਼ਨਸ਼ਿਪ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਆ ਉਹ ਇੱਕ ਦੂਜੇ ਨੂੰ ਸੁਣਨਾ ਹੀ ਆ ਕਮਿਊਨੀਕੇਸ਼ਨ ਅਸੀਂ ਸਾਡੇ 'ਚ ਕਮਿਊਨੀਕੇਸ਼ਨ ਨਹੀਂ ਹੈਗੀ ਅਸੀਂ ਤੀਜੇ ਬੰਦੇ ਨੂੰ ਗੱਲ ਦੱਸਣੀ ਜ਼ਿਆਦਾ ਪ੍ਰੇਫਰ ਕਰਦੇ ਆ ਅਸੀਂ ਆਪਸ 'ਚ ਗੱਲ ਕਰਨਾ ਪ੍ਰੇਫਰ ਨਹੀਂ ਕਰਦੇ ਹੈਗੇ ਮੈਂ ਹਮੇਸ਼ਾ ਹੀ ਗੱਲ ਕਹੀ ਆ ਕਿ ਜਿਹੜੀ ਲੜਕੀ ਆ ਇੱਕ ਕਿਤਾਬ ਆ ਵੀਰੇ ਮੈਂ ਸਾਰਿਆਂ ਨੂੰ ਰეკਮੈਂਡ ਵੀ ਕਰੂੰਗਾ men from mars women from venus ਲੜਕੇ ਤੀਜੇ ਗ੍ਰਹਿ ਤੇ ਉਹਨੇ ਲੜਕੀਆਂ ਪੰਜਵੇਂ ਗ੍ਰਹਿ ਤੇ ਉਹਨੇ ਇਹ ਬੁੱਕ ਦਾ ਟਾਈਟਲ ਦਾ ਉਹ ਉਹਦੇ ਵਿੱਚ ਉਹ ਬੰਦੇ ਨੇ ਜਿਹੜੀ ਚੀਜ਼ਾਂ ਸਮਝਾਈਆਂ ਨੇ ਉਹਦਾ ਪਰਪਸ ਵੀ ਇਹੀ ਹੈ ਕਿ ਜਿਹੜੇ ਬੰਦੇ ਨੇ ਉਹ ਇੱਕ ਸਿਚੁਏਸ਼ਨ ਨੂੰ ਲੈ ਕੇ ਡਿਫਰੈਂਟ ਗ੍ਰਹਿ ਦੇ ਵੇਸਿਸ ਤੇ ਸੋਚ ਸਕਦੇ ਨੇ ਲੜਕੀਆਂ ਜਿਹੜੀਆਂ ਉਹ ਡਿਫਰੈਂਟ ਤਰੀਕੇ ਨਾਲ ਸੋਚ ਸਕਦੀਆਂ ਨੇ ਹੁਣ ਸਾਡਾ ਇੱਕ ਤਰੀਕਾ ਕੀ ਹੈ ਜਿਹੜੀ ਮੰਨ ਕੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀਰੇ ਮੁੰਡਿਆਂ ਨੂੰ ਇਹ ਚੀਜ਼ ਜ਼ਿਆਦਾ ਪਸੰਦ ਆਊਗੀ ਕਿ ਯਾਰ ਗੱਡੀ ਮਰਸਡੀਜ਼ ਕਿ ਮਰਸੀਡੀਜ਼ ਗੱਡੀ ਹਨਾ ਕਿ ਅਸੀਂ ਮਰਸੀਡੀਜ਼ 'ਚ ਘੁੰਮੀਏ ਕਿ ਅਸੀਂ ਹਨਾ ਏਦਾਂ ਵੱਡਾ ਘਰ ਹੋਵੇ ਵਧੀਆ ਕੱਪੜੇ ਇਹ ਚੀਜ਼ਾਂ ਨੇ ਜੇ ਲੜਕੀ ਨੇ ਮਰਸੀਡੀਜ਼ ਗੱਡੀ ਲੈਣੀ ਆ ਉਹ ਉਸ ਤੋਂ ਪਹਿਲਾਂ ਇਹ ਜ਼ਿਆਦਾ ਪਸੰਦ ਕਰੂਗੀ ਕਿ ਮੈਨੂੰ ਮੁੰਡੇ ਨੇ ਦਿੱਤੀ ਕਿਹੜੇ ਤਰੀਕੇ ਨਾਲ ਮੈਨੂੰ ਸਰਪ੍ਰਾਈਜ਼ ਕਿਸ ਤਰੀਕੇ ਨਾਲ ਮਿਲਿਆ ਕਿ ਚਾਰ ਬੰਦੇ ਸੀਗੇ ਉੱਥੇ ਨਹੀਂ ਸੀਗੇ ਉਹਨੂੰ ਉਹਨੇ ਇਮੋਸ਼ਨਲ ਵੇ ਨਾਲ ਸੋਚਣਾ ਉਸੇ ਚੀਜ਼ ਨੂੰ ਉਹਦੇ ਲਈ ਮਰਸੀਡੀਜ਼ ਗੱਡੀ ਮੈਟਰ ਨਹੀਂ ਕਰੂਗੀ ਉਹਦੇ ਲਈ ਗੱਡੀ ਉਹਦੇ ਲਈ ਇਹ ਚੀਜ਼ ਇਹ ਮੈਟਰ ਕਰੂਗੀ ਕਿ ਬਾਈ ਮੇਰੇ ਲਈ ਇਹ ਬੰਦੇ ਨੇ ਇੰਨਾ ਸੋਚਿਆ ਵੇਖੋ ਮੱਸੜ ਤੁਸੀਂ ਉਹ ਚਲਾਓ ਬਾਅਦ ਵਿੱਚ ਹਰ ਲੜਕੀ ਦਾ ਜਿਹੜਾ ਥੌਟ ਪ੍ਰੋਸੈਸ ਆ ਪ੍ਰੋਸੈਸ ਆ ਜਿਹੜਾ ਉਹ ਲੜਕੇ ਨੂੰ ਸਮਝਣਾ ਚਾਹੀਦਾ ਜੀ ਲੜਕੀ ਦਾ ਜਿਹੜਾ ਥੌਟ ਪ੍ਰੋਸੈਸ ਆ ਉਹ ਲੜਕੇ ਨੂੰ ਸਮਝਣਾ ਚਾਹੀਦਾ ਅਸੀਂ ਇਹ ਨਾ ਸੋਚੀਏ ਕਿ ਅਸੀਂ ਮੁੰਡਿਆਂ 'ਚ ਕਿਵੇਂ ਗੱਲ ਕਰਦੇ ਆ ਅਸੀਂ ਜ਼ਿਆਦਾਤਰ ਮੁੰਡਿਆਂ 'ਚ ਰਹਿੰਦੇ ਆ ਵੀਰੇ ਅਸੀਂ ਉਹੀ ਕਾਈਂਡ ਆਫ ਟਾਪਿਕ ਉਹੀ ਉਹੀ ਗੱਲਾਂ ਉਹੀ ਥੌਟ ਪ੍ਰੋਸੈਸ ਇੱਕ ਲੜਕੀ ਦੇ ਕੋਲ ਵੀ ਲੈ ਕੇ ਜਾਂਦੇ ਆ ਜੋ ਕਿ ਲੜਕੀ ਨੂੰ ਪਸੰਦ ਨਹੀਂ ਆਉਂਦਾ ਕਿਉਂਕਿ ਉਹਨੂੰ ਚੀਜ਼ ਡਿਫਰੈਂਟ ਚਾਹੀਦੀ ਹੁੰਦੀ ਹੈ ਇੱਕ ਲੜਕੇ ਨੂੰ ਟੈਕਲ ਕਰਨ ਦਾ ਤਰੀਕਾ ਡਿਫਰੈਂਟ ਆ ਵੀਰੇ ਜੇ ਅਸੀਂ ਇਹ ਡਿਫਰੈਂਸ਼ੀਏਟ ਉਹ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਉਹ ਬੰਦੇ ਨੂੰ ਸੁਣੋਗੇ ਅਸੀਂ ਸੁਣਦੇ ਹੀ ਨਹੀਂ ਅਸੀਂ ਆਪਣੀਆਂ ਸੁਣਾ ਕੇ ਆ ਜੰਨੇ ਆ ਹੂੰ ਬੰਦਾ ਪਿਆਰ ਹੋਈ ਜਾਵੇ ਬਾਅਦ ਵਿੱਚ ਫਿਰ ਵੀਰੇ ਪ੍ਰੋਬਲਮ ਕਿੱਥੇ ਹੁੰਦੀ ਆ ਉਹੀ ਗੱਲ ਜਾਂ ਕੁੜੀ ਆਪਣੀ ਸਹੇਲੀ ਨੂੰ ਦੱਸਦੀ ਆ ਸਹੇਲੀ ਚਾਰ ਕੰਨ ਭਰ ਦਿੰਦੀ ਆ ਉਹੀ ਕਲੇਸ਼ ਫਿਰ ਵਾਪਸ ਆ ਜਾਂਦਾ ਮੁੰਡੇ ਕੋਲ ਫਿਰ ਮੁੰਡਾ ਆਪਣੇ ਦੋਸਤਾਂ ਕੋਲ ਜਾਂਦਾ ਦੋਸਤਾਂ ਗੰਦ ਨਾਲ ਲੈ ਲੈ ਕੇ ਆ ਫਰਕ ਪੈਂਦਾ ਤੈਨੂੰ ਹੋਰ ਬਥੇਰੀਆਂ ਨੇ ਐ ਹੁੰਦਾ ਪੰਪ ਹੀ ਦੇਣਾ ਹੁੰਦਾ ਸੀ ਨੇ ਇੱਕ ਦੂਜੇ ਨੂੰ ਕਿ ਹਾਂ ਯਾਰ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਮੈਂਦਾ ਪਰਵਾਹ ਨਹੀਂ ਮਾਰਨੀ ਕਿਉਂਕਿ ਅਸੀਂ ਆਪਣੇ ਦੋਸਤ ਨੂੰ ਇਹ ਸੋਚਨੇ ਹੁੰਦਾ ਕਿ ਇਹ ਟੈਨਸ਼ਨ ਚ ਨਾ ਵੀ ਅਸੀਂ ਉਹਨੂੰ ਉੱਥੋਂ ਫ੍ਰੀ ਕਰ ਦਿੰਦੇ ਹਾਂ ਉਹ ਸੋਲੂਸ਼ਨ ਨਹੀਂ ਦਿੰਦੇ ਅਸੀਂ ਉਹਨੂੰ ਉੱਥੇ ਚੀਜ਼ ਦੇ ਵਿੱਚੋਂ ਕੱਢ ਦਿੰਦੇ ਹਾਂ ਕਿ ਯਾਰ ਤੈਨ ਪਰਵਾਹ ਨਹੀਂ ਮਾਰਨੀ ਟੈਨਸ਼ਨ ਨਾ ਲੈ ਆ ਚੱਲ ਜੀਏ ਖਾਣ ਪੀਣ ਚੱਲਦੇ ਆਂ ਐ ਕਰਨ ਚੱਲਦੇ ਆਂ ਪਰ ਵੀਰੇ ਉਹ ਜਿਹੜੀ ਗੱਲ ਆ ਜਿਹੜੀ ਉਹ ਸਿਚੁਏਸ਼ਨ ਆ ਉਹ ਤਾਂ ਹਲੇ ਵੀ ਉੱਥੇ ਹੀ ਫਸੀ ਹੋਈ ਆ ਨਾ ਜਿਹੜੀ ਉਹ ਸਿਚੁਏਸ਼ਨ ਫਸੀ ਆ ਉਹ ਤੋਂ ਜੋ ਨਿਕਲਦਾ ਕੋਈ ਵੀ ਨਹੀਂ ਹੈਗਾ ਕੁੜੀ ਵੀ ਫਸੀ ਰਹਿੰਦੀ ਆ ਮੁੰਡਾ ਵੀ ਕੁੜੀ ਨੂੰ ਇਹ ਲੱਗਦਾ ਹੁੰਦਾ ਹੈ ਕਿ ਯਾਰ ਤੂੰ ਮੇਰੀ ਗੱਲ ਨਹੀਂ ਸੁਣੀ ਮੁੰਡਾ ਕਹਿੰਦਾ ਵੀ ਤੂੰ ਮੇਰੀ ਨਹੀਂ ਸੁਣਦੀ ਹੈਗੀ ਜੇ ਅਸੀਂ ਇਹੀ ਡਿਸਕਸ਼ਨ ਆਪਸ ਵਿੱਚ ਕਰ ਲਈਏ ਨਾ ਰਿਜ਼ਲਟ ਡਿਫਰੈਂਟ ਹੋਣਗੇ ਵੀਰੇ ਸੋ ਵੀਰੇ ਆਪਾਂ ਗੱਲ ਕਰੀ ਹੈ ਨਾ ਅੱਜ ਕਾ ਰਿਲੇਸ਼ਨਸ਼ਿਪ ਨੇ ਜਿਹੜੇ ਉਹ ਲੌਂਗ ਟਾਈਮ ਨਹੀਂ ਚੱਲਦੇ ਹੈਗੇ ਕਿ 2-4 ਮਹੀਨੇ 6 ਮਹੀਨੇ ਸਾਲ ਦੇ ਵਿੱਚ ਵਿੱਚ ਕੰਮ ਨਿਭੜ ਜਾਂਦਾ ਇਹਦਾ ਕਾਰਨ ਕੀ ਹੈ ਤੁਹਾਡੇ ਸਾਬ ਨੂੰ ਮੈਨੂੰ ਲੱਗਦਾ ਵੀਰੇ ਕਿਤਨਾ ਕਿਤਨਾ ਜਿਹੜੇ ਸਾਡੇ ਚੁਆਇਸ ਆਫ ਵਰਡ ਨੇ ਉਹ ਸਾਨੂੰ ਸਾਡੇ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਂਦੇ ਨੇ ਦੇਖੋ ਹਰ ਬੰਦੇ ਦੇ ਜੇ ਆਪਾਂ ਇਸ ਤੋਂ ਪਹਿਲਾਂ ਗੱਲ ਕਰਕੇ ਅੱਥੇ ਗੁੱਸੇ ਨਾਲ ਰਿਲੇਟਡ ਹੁਣ ਜੇ ਤੁਸੀਂ ਇੱਕ ਬੰਦੇ ਨੂੰ ਗੁੱਸੇ ਵਿੱਚ ਕਹਿੰਦੇ ਹੋ ਕਿ ਯਾਰ ਤੁਹਾਡੇ ਦੋ ਬੰਦਿਆਂ ਦੀ ਆਪਸ ਚ ਲੜਾਈ ਹੁੰਦੀ ਆਪਾਂ ਇੱਕ ਕਾਮਨ ਐਗਜ਼ਾਮਪਲ ਚੱਕਦੇ ਆ ਕਿ ਦੋ ਬੰਦਿਆਂ ਦੀ ਆਪਸ ਚ ਲੜਾਈ ਹੁੰਦੀ ਆ ਇੱਕ ਬੰਦਾ ਕਹਿੰਦਾ ਕਿ ਮੈਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਹੈਗੀ ਮੈਨੂੰ ਐਂਦਾ ਲੱਗਦਾ ਕਿ ਇਹਦੀ ਜਗ੍ਹਾ ਜੇ ਕੁਝ ਹੋਰ ਹੋ ਜਾਂਦਾ ਤਾਂ ਸ਼ਾਇਦ ਮੈਨੂੰ ਇੰਨਾ ਬੁਰਾ ਨਾ ਲੱਗਦਾ ਇੱਕ ਤਾਂ ਇਹ ਵਰਡਿੰਗ ਇੱਕ ਮੈਂ ਉਸੇ ਗੱਲ ਤੇ ਮੈਂ ਕਿਹਾ ਕਿ ਯਾਰ ਤੂੰ ਨਾ ਦੁਨੀਆ ਦੀ ਸਭ ਤੋਂ ਘਟੀਆ ਗੁੜੀਆ ਮੈਂ ਤੇਰੇ ਨਾਲੋਂ ਮਾੜੀ ਕੁੜੀ ਅਜ ਤੱਕ ਜ਼ਿੰਦਗੀ 'ਚ ਦੇਖੀ ਨਹੀਂ ਤੂੰ ਮੇਰੀ ਜ਼ਿੰਦਗੀ 'ਚੋਂ ਚਲੀ ਜਾ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੀ ਆ ਉਹ ਜਾਣਦੀ ਨਹੀਂ ਹੈਗੀ ਉਹ ਤੁਹਾਨੂੰ ਕਹਿੰਦੀ ਆ ਆਈ ਐਮ ਸੌਰੀ ਮੇਥੋਂ ਗਲਤੀ ਹੋ ਗਈ ਕੋਈ ਗੱਲ ਸੋਲਵ ਹੁੰਦੀ ਆ 10 ਦਿਨ ਦੇ ਵਿੱਚ ਹਫਤੇ ਦੇ ਵਿੱਚ ਪਰ ਜਸਟ ਇਮੇਜਿਨ ਤੁਸੀਂ ਬੋਲਿਆ ਕੀ ਉਹਨੂੰ ਤੁਸੀਂ ਆਪਣੇ ਗੁੱਸੇ ਦੇ ਵਿੱਚ ਕੀ ਬੋਲੇ ਉਹਨੂੰ ਦੁਨੀਆ ਦੀ ਸਭ ਤੋਂ ਘਟੀਆ ਕੁੜੀ ਤੇਰੇ ਵਰਗੀ ਕੁੜੀ ਮਾੜੀ ਕੋਈ ਹੋਣੀ ਨਹੀਂ ਸੇਮ ਗੋਸਮਰ ਮੁੰਡਿਆਂ ਨੂੰ ਵੀ ਮੁੰਡਿਆਂ ਨੂੰ ਵੀ ਕੁੜੀਆਂ ਕੁਛ ਨਾ ਕੁਛ ਕਹਿ ਦਉਂਦੀਆਂ ਨੇ ਹੁਣ ਵੀਰੇ ਇਸ ਤੱਕ ਕਰੂਗੀ ਗੱਲ ਮੈਂ ਇੱਥੇ ਰਹਿ ਜਾਣੀ ਆ ਉਹ ਉਹ ਬੇਸ਼ੱਕ ਕੁੜੀ ਤੁਹਾਡੇ ਨਾਲ ਗ로우 ਕਰ ਰਹੀ ਆ ਜਦੋਂ ਹੱਥ ਫੜ ਕੇ ਤੁਹਾਡੇ ਨਾਲ ਵੀ ਜਾ ਰਹੀ ਹੋਊਗੀ ਕਿਤੇ ਜਦੋਂ ਕਿਤੇ ਬੈਠ ਕੇ ਖਾ ਵੀ ਰਹੀ ਹੋਊਗੀ ਜਦੋਂ ਗੱਲਾਂ ਵੀ ਕਰ ਰਹੀ ਹੋਏਗੀ ਉਹਦੇ ਮਾਈਂਡ 'ਚ ਉਹੀ ਘੁੰਮਣਾ ਚੋਇਸ ਆ ਵਰਡ ਤੁਸੀਂ ਆਪਣੇ ਪਰਸਨ ਨੂੰ ਰਿਸਪੈਕਟ ਕਿੰਨੀ ਦਿੰਨੇ ਹੋ ਕਿਸ ਲੈਵਲ ਦੀ ਰਿਸਪੈਕਟ ਆ ਅੰਡਰਸਟੈਂਡਿੰਗ ਦਾ ਬਾਅਦ ਦੀ ਗੱਲ ਆ ਰਿਸਪੈਕਟ ਪਹਿਲਾਂ ਆਉਂਦੀ ਹੈ ਤੁਸੀਂ ਜਸਟ ਆਪਣਾ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਆਪਣੇ ਗੁੱਸੇ ਨੂੰ ਦਿਖਾਉਣ ਵਾਸਤੇ ਕਿ ਹਾਂ ਯਾਰ ਮੇਰੇ ਮਨ ਦੇ ਅੰਦਰ ਕਿੰਨਾ ਗੁੱਸਾ ਭਰਿਆ ਹੋਇਆ ਸੀਗਾ ਤੁਸੀਂ ਉਹਨੂੰ ਉਹ ਵਰਡਿੰਗ ਬੋਲ ਦਿੰਨੇ ਹੋ ਜਿਹੜੀ ਉਹਦੀ ਪੂਰੀ ਉਮਰ ਤੱਕ ਜਸਟ ਇਮੇਜਨ ਯਾਰ ਜੇ ਕੋਈ ਬੰਦਾ ਵੈਸੇ ਹੀ ਸੈਂਸਿਟਿਵ ਹੋਵੇ ਜਦੋਂ ਤੁਸੀਂ ਉਹਨੂੰ ਘਟਿਆ ਗਿਆ ਦਿੰਨੇ ਹੋ ਉਹ ਘਰੋਂ ਵੀ ਗਾਲਾਂ ਖਾਰੀ ਹੋਊਗੀ ਜੇ ਉਹ ਆਫਿਸ 'ਚ ਵਰਕ ਕਰ ਰਹੀ ਉਹਨੂੰ ਆਫਿਸ ਵਾਲਾ ਬੰਦਾ ਵੀ ਕਹਿ ਰਿਹਾ ਹੋਊਗਾ ਯਾਰ ਤੂੰ ਆ ਕੰਮ ਨਹੀਂ ਕਰਦੀ ਹੈਗੀ ਕੋਈ ਕੰਮ ਵੀ ਕਰ ਲਿਆ ਕਰ ਜਸਟ ਇਮੇਜਨ ਥੋਡੇ ਫਿਰ ਅਸੀਂ ਕਹਿੰਨੇ ਕਿ ਐਂਜ਼ਾਈਟੀ ਕਿੱਥੋਂ ਆ ਰਹੀ ਆ ਫਿਰ ਅਸੀਂ ਕਹਿੰਨੇ ਕਿ ਅੱਜ ਕੱਲ ਜਿਹੜਾ ਯੂਥ ਆ 20 25 ਸਾਲ ਦੇ ਬੱਚੇ ਜਿਹੜੇ ਡਿਪਰੈਸ਼ਨ ਜਗਾਤੇ ਨੇ ਚੋਇਸ ਤੋਂ ਵੜ ਦੇਖੋ ਯਾਰ ਪਿਆਰ ਕਿੱਥੇ ਆ ਐਨਾ ਤਾਂ ਐਗਰੈਸ਼ਨ ਭਰਿਆ ਹੋਇਆ ਆਪਸ ਵਿੱਚ ਐਨਾ ਦਾ ਗੁੱਸਾ ਭਰਿਆ ਹੋਇਆ ਕਿਉਂਕਿ ਤੁਸੀਂ ਵੀ ਕਿਤਨਾ ਗੱਦੋ ਸੁਣ ਕੇ ਆਏ ਹੋਨੇ ਹੋ ਤੁਸੀਂ ਉਹ ਕਿਤੇ ਤੇ ਕੱਢਦੇ ਹੋ ਜਿਹੜਾ ਬੰਦਾ ਤੁਹਾਡੀ ਗੱਲ ਸੁਣ ਰਿਹਾ ਫਿਰ ਜਦੋਂ ਉਹ ਤੁਹਾਡੇ ਕੋਲ ਇੱਕ ਵਾਰ ਸੁਣ ਲੈਂਦਾ ਫਿਰ ਇੱਕ ਉਹਦਾ ਟਾਈਮ ਆਉਂਦਾ ਭਰਨ ਦਾ ਮਹੀਨੇ ਬਾਅਦ ਦੋ ਮਹੀਨੇ ਬਾਅਦ ਉਹ ਵੀ ਭਰ ਜਾਂਦੀ ਆ ਉਹਨੂੰ ਵੀ ਕੋਈ ਗੱਲ ਸਟਕ ਕਰ ਜਾਂਦੀ ਆ ਫਿਰ ਜਿਹੜੀ ਗੱਲ ਤੁਸੀਂ ਉਸ ਟਾਈਮ ਕਹੀ ਹੁੰਦੀ ਉਹ ਭਰ ਭਰਾ ਕੇ 2 ਮਹੀਨੇ ਬਾਅਦ ਨਿਕਲਦੀ ਐ ਫਿਰ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਯਾਰ ਇਹਨੇ ਮੈਨੂੰ ਇਹ ਚੀਜ਼ ਕਿਵੇਂ ਬੋਲਦੀ ਫਿਰ ਤੁਸੀਂ ਦੱਸੋ ਦੋਸਤੋ ਕਿ ਆਹ ਚੀਜ਼ ਐ ਜਿਹੜੀ ਉਹ ਕਿੰਨੇ ਲੰਬੇ ਸਮੇਂ ਤੱਕ ਰਹੇਗੀ 2 ਸਾਲ 2 ਮਹੀਨੇ 4 ਮਹੀਨੇ 6 ਮਹੀਨੇ ਕਹਾਣੀ ਖਤਮ ਹੋ ਜਾਂਦੀ ਐ ਕਿਉਂਕਿ ਅਸੀਂ ਸ਼ੁਰੂਆਤ ਇਸ ਤਰੀਕੇ ਨਾਲ ਕਰਦੇ ਹਾਂ ਸੋ ਮੇਰਾ ਇਹ ਮੰਨਣਾ ਐ ਰਿਸਪੈਕਟ ਦੇ ਵਿੱਚ ਤੁਹਾਡੇ ਚੁਆਇਸ ਆਫ ਵਰਡ ਬੜੇ ਇੰਪੋਰਟੈਂਟ ਨੇ ਤੁਸੀਂ ਸਾਹਮਣੇ ਵਾਲੇ ਬੰਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹੋ ਤੁਸੀਂ ਆਪਣੀ ਰੱਖਣੀ ਹੁੰਦੀ ਐ ਗੱਲ ਲੇਕਿਨ ਉਹ ਤਰੀਕਾ ਇਦਾਂ ਦਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਬੰਦਾ ਸਮਝੇ ਨਾ ਕਿ ਸਾਹਮਣੇ ਵਾਲੇ ਬੰਦੇ ਦੇ ਸਰੀਰ 'ਚ ਅੱਗ ਲੱਗ ਜਵੇ ਯਾਰ ਇਹਨੇ ਬੋਲ ਕੇ ਤਾਂ ਔਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਉਹਨੂੰ ਫੂਕਦੀਏ ਚੰਗੀ ਤਰ੍ਹਾਂ ਗੱਲ ਕਰਕੇ ਕਿ ਆਪਣੀ ਈਗੋ ਸੈਟੀਸਫਾਈ ਹੋ ਜੇ ਪਰ ਪਰਪਸ ਹੋਣਾ ਚਾਹੀਦਾ ਕਿ ਗੱਲ ਸੋਲਵ ਹੋਈ ਕਿ ਨਹੀਂ ਹੋਈ ਗੱਲ ਸੋਲਵ ਹੋਈ ਆ ਜਾਂ ਅਸੀਂ ਇਗਨੋਰ ਕਰੀ ਆ ਜਾਂ ਅਸੀਂ ਛੱਡਤੀ ਜਾਂ ਅਸੀਂ ਕਿਹਾ ਕਿ ਯਾਰ ਠੀਕ ਹੈ ਇਟਸ ਓਕੇ ਕੇ ਡਨ ਕਰ ਦੰਨੇ ਆ ਸੋ ਥਿਸ ਇਜ਼ ਦਾ ਮਨ ਲੱਗਦਾ ਏ ਜਿਆਦਾ ਇੰਪੋਰਟੈਂਟ ਹੈ ਬ੍ਰੇਕਅਪ ਦਾ ਬੇਸਿਕਲੀ ਰੀਜ਼ਨ ਤੁਹਾਡੇ ਸਭ ਨਾਲ ਹੀ ਆ ਬ੍ਰੇਕਅਪ ਦਾ ਮੇਨ ਰ ਅੱਜ ਕੱਲ ਟ੍ਰਾਇਐਂਗਲ ਦਾ ਪਾਰਟ ਚੱਲ ਰਿਹਾ ਬਹੁਤ ਜ਼ਿਆਦਾ। ਤੁਖੜੜੀ ਦੇ ਵਿੱਚ ਬਹੁਤ ਜ਼ਿਆਦਾ। ਪਰ ਅੱਜ ਕੱਲ ਸ਼ਰੇਆਮ ਸਾਰਿਆਂ ਨੂੰ ਪਤਾ ਹੁੰਦਾ ਲੋਕੀ ਠੋਕ ਕੀ ਕਹਿੰਦੇ ਯਾਰ ਮੇਰੀਆਂ ਤਿੰਨ ਸਹੇਲੀਆਂ ਨੇ ਕੁੜੀਆਂ ਵੀ ਕਹਿ ਦਿੰਦੀ ਨੇ ਅੱਜ ਕੱਲ ਮੇਰੇ ਤਿੰਨ ਸਹੇਲੇ ਆ ਜਾ ਮੈਂ ਤਿੰਨ ਪਟਾਏ ਹੋਏ ਬੁਰਕ ਬੱਕਰੇ ਲੈ ਲਵਾਂ। ਹਨਾ ਕਿਉਂਕਿ ਕੀ ਸਿਸਟਮ ਹੁੰਦਾ ਕਿ ਕੁੜੀਆਂ ਸੈੱਟ ਲੈ ਲਓ ਜਾਂ ਲੈਂਗੁਏਜ ਉਦਾਂ ਦੀ ਹੋਗੀ। ਤੇ ਉਹ ਪੈਸੇ ਲਈ ਬੇਸਿਕਲੀ ਹੁੰਦਾ ਕਿ ਹਾਂ ਮੈਨੂੰ ਕੁਮਾਫ ਰਵੇ, ਦੂਜਾ ਮੈਨੂੰ ਕੱਪੜੇ ਲੈ ਦੇਵੇ, ਤੀਜਾ ਮੈਨੂੰ ਫਲਾਣੀ ਚੀਜ਼ ਦੇ ਦੇਵੇ। ਸੋ ਇਹ ਚੀਜ਼ਾਂ ਨਹੀਂ ਕਿਤੇ ਹਾਂ ਤੁਸੀਂ ਕਹਿ ਸਕਦੇ ਹੋ ਜੀ ਮਤਲਬ ਇਸ ਚੀਜ਼ ਦੀ ਪਰਸੈਂਟੇਜ ਹਲੇ ਘੱਟ ਹੈ ਜਿਹੜਾ ਮਲਟੀਪਲ ਪਰਸਨ ਸ਼ਰਿਆਮ ਵਾਲੀ ਗੱਲ ਹੈ ਜਿਹੜੀ ਉਹ ਟ੍ਰੈਂਡ ਹਲੇ ਘੱਟ ਹੈ ਪਰ ਕਿਉਂਕਿ ਹਾਂ ਸਟਾਰਟ ਹੋ ਗਿਆ ਕਿਉਂਕਿ ਇਹਦੇ 'ਚ ਮਸਾਲਾ ਹੈਗਾ ਭਾਜੀ ਜਦੋਂ ਇਹ ਗੱਲਾਂ ਉੱਥੇ ਜ਼ਿਆਦਾਤਰ ਹੋਣਗੀਆਂ ਜਿਹੜਾ ਸਰਕਲ ਉਦਾਂ ਦਾ ਹੋਏਗਾ ਕਿ ਤੇਰੇ ਕੋਲ ਕਿੰਨੇ ਨੇ ਮੇਰੇ ਕੋਲ ਕਿੰਨੇ ਨੇ ਪਰ ਜ਼ਿਆਦਾਤਰ ਜਿੰਨਾ ਕਿ ਮੈਂ ਐਕਸਪੀਰੀਅੰਸ ਕਰਿਆ ਲਾਈਫ ਦੇ ਵਿੱਚ ਜਾਂ ਜਿੰਨੇ ਕਿ ਮੈਂ ਲੋਕਾਂ ਨਾਲ ਗੱਲ ਕਰੀਆ ਤਾਂ ਲੋਕੀ ਜ਼ਿਆਦਾਤਰ ਇੰਡੀਵਿਜੂਅਲ ਪਰਸਨ ਦੇ ਨਾਲ ਜ਼ਿਆਦਾ ਦੁਖੀ ਨੇ ਜਿਹੜੇ ਤਿੰਨ ਵਾਲੇ ਨੇ ਜੀ ਉਹ ਖੁਸ਼ ਨੇ ਬਿਕੋਜ਼ ਉਹਨਾਂ ਨੇ ਕਿਸੇ ਨੂੰ ਦਿਲੋਂ ਨਹੀਂ ਕਰਿਆ ਨਾ ਉਹ ਵਲੋਗਿੰਗ ਕਰ ਰਹੇ ਨੇ ਉਹ ਟਾਈਮ ਪਾਸ ਕਰ ਰਹੇ ਨੇ ਉਹ ਹੋਰ ਚੀਜ਼ਾਂ ਕਰ ਰਹੇ ਨੇ ਐਨੰਬਰ ਆਫ ਚੀਜ਼ਾਂ ਕਰ ਰਹੇ ਨੇ ਲੇਕਿਨ ਉਹਨਾਂ ਦੇ ਦਿਮਾਗ ਦੇ ਵਿੱਚ ਸਟ੍ਰੈਸ ਇਸ ਲਈ ਨਹੀਂ ਪੈਂਦਾ ਕਿ ਉਹ ਸਟ੍ਰੈਸ ਵਾਲੀ ਸਿਚੁਏਸ਼ਨ 'ਚ ਜਾਂਦੇ ਹੀ ਨਹੀਂ ਅਗਰ ਤਿੰਨ ਪਰਸਨ ਨੇ ਕਿਸੇ ਕੋਲ ਤਾਂ ਉਹਨੇ 4-4 ਘੰਟੇ ਦਿੱਤੇ ਹੋਏ ਨੇ ਤਾਂ ਉਹਨੇ 12 ਘੰਟੇ ਖੁਸ਼ੀ ਰਹਿਣਾ ਨਾ ਫਿਰ ਕੀ ਬਾਤ ਕਿਉਂਕਿ 4-4 ਘੰਟੇ ਡਿਵਾਈਡ ਕਰਦੇ ਉਹਨੇ ਉਹਨਾਂ ਥਰ ਬੰਦੇ ਨਾਲ ਖੁਸ਼ ਆ ਫਿਰ ਉਹ ਜਿਹੜਾ ਇੰਡੀਵਿਜੂਅਲ ਪਰਸਨ ਆ ਜੇ ਉਹਦੇ ਕੋਲ ਕੁਝ ਹੋਰ ਨਹੀਂ ਹੈਗਾ ਤਾਂ ਉਸ ਚੀਜ਼ ਵਾਸਤੇ ਉਹ ਚੀਜ਼ ਨੂੰ ਅਨਾਲਿਸਿਸ ਕਰਦਾ ਹੈ ਕਿ ਯਾਰ ਵੀ ਮੈਂ ਹੁਣ ਆਪਣੇ ਦੁੱਖੜੇ ਵੀ ਰੋਵਾਂਗੇ ਤੇ ਸੋ ਇਹ ਚੀਜ਼ ਕਿਤਨਾ ਕਿਤੇ ਜ਼ਿਆਦਾ ਹੈਗੀ ਆ ਆਪਾਂ ਪੰਜਾਬ ਦੇ ਕ੍ਰੀਏਟਰਸ ਦੀ ਗੱਲ ਕਰੀਏ ਨਾ ਰੀਲਾਂ ਵਾਲੇ ਕ੍ਰੀਏਟਰ ਜਿਹੜੇ ਨੇ ਆਪਣੇ ਤੇ ਉਹਨਾਂ ਦੇ ਵੀ ਬ੍ਰੇਕਅਪ ਬਹੁਤ ਹੋ ਰਹੇ ਨੇ ਹਨਾ ਪਿੱਛੇ ਜੇ ਵੀ ਦੋ ਤਿੰਨ ਹੋ ਗਏ ਛੱਡਿਆ ਨੇ ਤੇ ਫਿਰ ਚੱਕਰ ਕੀ ਇੱਕ ਤਾਂ ਰਿਲੇਸ਼ਨ ਹੋ ਗਿਆ ਠੀਕ ਆ ਭਾਈ ਉਹ ਹਾਂ ਹਾਂ ਦੱਸੋ ਪੂਰੀ ਗੱਲ ਪਿੰਨ ਰਿਲੇਸ਼ਨ ਹੋ ਗਿਆ ਫਿਰ ਤੂੰ ਤਾਂ ਉਹਨਾਂ ਸਾਰੇ ਨੂੰ ਦੱਸਣਾ ਰਿਲੇਸ਼ਨ ਹੋ ਗਿਆ ਫਿਰ ਜਦੋਂ ਟੁੱਟਦੀ ਆ ਫਿਰ ਇੱਕ ਦੂਜੇ ਦਾ ਜਲੂਸ ਮੇਰਾ ਮੈਨੂੰ ਇਹ ਲੱਗਦਾ ਜੀ ਕਿ ਜਿਹੜੀ ਰੀਲ ਵਾਲੀ ਲਾਈਫ ਆ ਉਹ ਕੁਝ ਸੈਕਿੰਡਸ ਦੀ ਹੁੰਦੀ ਆ ਜਦੋਂ ਤੁਸੀਂ 15 ਸੈਕਿੰਡ ਦੇ ਵਿੱਚ ਤੁਸੀਂ ਇੱਕ ਪਰਸਨ ਨੂੰ ਇੱਕ ਗਾਣੇ ਤੇ ਇੰਜੋਏ ਕਰਦਾ ਦੇਖਦੇ ਹੋ ਪਰ ਇੱਕ ਦਿਨ ਦੇ ਵਿੱਚ ਹੁੰਦੇ ਨੇ ਪੂਰੇ 24 ਘੰਟੇ ਹੁਣ 24 ਘੰਟੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਪਲੱਸ ਮਾਈਨਸ ਇਸ ਹੁੰਦੇ ਨੇ ਲੇਕਿਨ ਬਹੁਤ ਲੋਕ ਨੇ ਜਿਹੜੇ ਉਹ ਡਿਸਕ੍ਰਾਈਬ ਨਹੀਂ ਕਰਦੇ ਹੈਗੇ ਔਰ ਸਭ ਤੋਂ ਵੱਡਾ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਵੀ ਹੁੰਦੀ ਆ ਕਿ ਸਾਡੀ ਇੱਕ ਸੋਸ਼ਲ ਮੀਡੀਆ ਤੇ ਲਾਈਫ ਬਣੀ ਹੋਈ ਆ ਸਾਡੀ ਇੱਕ ਇਮੇਜ ਬਣੀ ਹੋਈ ਆ ਮੇਬੀ ਦੇ ਆਰ ਸਕੈਅਰਡ ਕਿ ਅਗਰ ਅਸੀਂ ਕਿਸੇ ਨਾਲ ਅਗਰ ਉਹਨਾਂ ਦੇ ਆਪਸ ਵਿੱਚ ਕੋਈ ਚੀਜ਼ਾਂ ਚੱਲ ਵੀ ਰਹੀਆਂ ਨੇ ਮਾਈਨਸ ਸ਼ਾਇਦ ਮੇਬੀ ਹੋ ਜੋ ਅੱਪਰ ਪਹਿਲਾਂ ਗੱਲ ਕਰੀ ਕਿ ਉਹ ਕਮਿਊਨੀਕੇਟ ਨਹੀਂ ਹੋ ਰਹੀ ਜੇ ਡਿਸਕਸ਼ਨ ਨਹੀਂ ਹੋਏਗੀ ਆ ਫਿਰ ਉਹ ਵੀ ਤਾਂ ਇਨਸਾਨ ਹੀ ਨੇ ਨਾ ਯਾਰ ਵੇਸ਼ਾਕੋ 크리에ਟਰ ਨੇ ਉਹ ਵੀ ਇਨਸਾਨ ਹੀ ਨੇ ਬ੍ਰੇਕਅਪਸ ਕਿਉਂ ਉਹਨਾਂ ਦੇ ਵਿੱਚ ਵੀ ਕਿਉਂ ਹੋ ਰਹੇ ਨੇ ਕਿ ਕਿਤਨਾ ਕਿਤੇ ਕਮਿਊਨੀਕੇਸ਼ਨ ਦੀ ਕਮੀ ਆ ਕਿਤਨਾ ਕਿਤੇ ਸਮਝਣ ਦੀ ਕਮੀ ਆ ਜੋ ਸ਼ੀਸ਼ੇ ਦੇ ਮੂਰੇ ਜ਼ਿੰਦਗੀ ਆ ਤੇ ਸ਼ੀਸ਼ੇ ਤੋਂ ਬਾਅਦ ਦੀ ਜ਼ਿੰਦਗੀ ਉਹਦੇ 'ਚ ਬਹੁਤ ਫਰਕ ਹੁੰਦਾ ਹੈ ਕਿਉਂਕਿ ਸ਼ੀਸ਼ੇ ਦੇ ਵਿੱਚ ਜੋ ਤੁਸੀਂ ਜ਼ਿੰਦਗੀ ਦਿਖਾ ਰਹੇ ਹੋ ਉਹ ਜ਼ਿੰਦਗੀ ਤੁਹਾਨੂੰ ਕਿਸੇ ਗਾਣੇ ਦੇ ਰਿਲੇਟ ਕਰਕੇ ਜੋ ਉਹਦੇ ਤੇ ਸਮਾਈਲ ਆ ਰਹੀ ਉਹ ਗਾਣੇ ਕਰਕੇ ਆ ਰਹੀ ਆ ਕੀ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਵੀ ਇੰਨੇ ਖੁਸ਼ ਹੈਗੇ ਹੋ ਇਹ ਤੁਹਾਨੂੰ ਅਸਲ ਵਿੱਚ ਮਿਲ ਕੇ ਕਿਸੇ ਪਰਸਨ ਨੂੰ ਉਹਦੇ ਨਾਲ ਬੈਠ ਕੇ ਉਦੋਂ ਪਤਾ ਲੱਗਦਾ ਹੁੰਦਾ ਹੁਣ ਸਾਨੂੰ ਪਤਾ ਹੀ ਨਹੀਂ ਕਿ ਜਿਹੜੇ ਕ੍ਰੀਏਟਰਸ ਹੈਗੇ ਨੇ ਜੀ ਕੀ ਉਹਨਾਂ ਨਾਲ ਅਸਲ ਵਿੱਚ ਬੈਠਣ ਵਾਲੀ ਦੁਨੀਆ ਹੈ ਕਿ ਨਹੀਂ ਹੈਗੀ ਕੀ ਪੇਰੈਂਟਸ ਨਾਲ ਉਹਨਾਂ ਦੀ ਆਪਸ ਵਿੱਚ ਵਾਰਤਾਲਾਪ ਹੈਗੀ ਹੈ ਕਿ ਨਹੀਂ ਹੈਗੀ ਕੀ ਪੇਰੈਂਟਸ ਇਨਵੋਲਵ ਹੈਗੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਦੀ ਬੇਸਿਕ ਨੀਡ ਕੀ ਆ ਕਿ ਸਿਰ ਮੈਂ ਬਹੁਤ ਇਦਾਂ ਦੀ ਫੈਮਿਲੀਜ਼ ਨਾਲ ਗੱਲ ਕੀਤੀ ਆ ਜਿਹੜੇ ਮੈਨੂੰ ਯਾਦ ਆ ਕਿ ਕੋਈ ਬਹੁਤ ਫੇਮਸ ਕਿਸੇ ਯੂਟਿਊਬਰ ਦੀ ਮੈਂ ਗੱਲ ਕਰ ਰਿਹਾ ਮੈਂ ਨਾਰਮਲ ਪਰਸਨ ਦੀ ਗੱਲ ਕਰ ਰਿਹਾ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਿਆਦਾਤਰ ਇੰਸਟਾਗ੍ਰam ਜਾਂ ਫੇਸਬੁੱਕ ਤੇ ਦੇਖਦੇ ਆ ਸਾਨੂੰ ਇੰਸਟਾਗ੍ਰam ਤੇ ਫੇਸਬੁੱਕ ਤੋਂ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਕਰਦੇ ਕੀ ਨੇ ਇਹਦਾ ਮਤਲਬ ਅਸਲ ਵਿੱਚ ਉਹਨਾਂ ਦੀ ਇੰਨੀ ਕਮਿਊਨੀਕੇਸ਼ਨ ਹੀ ਨਹੀਂ ਹੈਗੀ ਅਸਲ ਵਿੱਚ ਉਹਨਾਂ ਦੀ ਆਪਸ ਇੰਨੀ ਗੱਲੇ ਨਹੀਂ ਹੁੰਦੀ ਕਿ ਉਹਨਾਂ ਨੂੰ ਰੀਅਲ ਚ ਪਤਾ ਲੱਗੇ ਜਸ ਤੁਸੀਂ ਇਮੇਜਿਨ ਕਿ ਜੇ ਮਾਪੇ ਬਾਬ ਨੂੰ ਵੀ ਇਹ ਪਤਾ ਲੱਗੂਗਾ ਕਿ ਰੀਲਾਂ ਤੋਂ ਜਾਂ ਸੋਸ਼ਲ ਮੀਡੀਆ ਤੋਂ ਪਤਾ ਲੱਗੂ ਸਾਡੇ ਬੱਚੇ ਕਰਦੇ ਕੀ ਨਾ ਤਾਂ ਆਪਸ ਵਿੱਚ ਕਨੈਕਸ਼ਨ ਹੀ ਕਿੱਥੇ ਰਹਿ ਗਿਆ ਕਨੈਕਸ਼ਨ ਦੀ ਗੱਲ ਵੀ ਸਾਰੀ ਕਨੈਕਸ਼ਨ ਦੀ ਹੀ ਗੇਮ ਆ ਆਪਾਂ ਕਨੈਕਸ਼ਨ ਖੁੰਦੇ ਜਾ ਰਹੇ ਹਾਂ ਫਿਜ਼ੀਕਲ ਕਨੈਕਸ਼ਨ ਖੁੰਦੇ ਜਾ ਰਹੇ ਹਾਂ ਆਪਸ ਵਿੱਚ ਉਹ ਕਨੈਕਸ਼ਨ ਜਿਹੜਾ ਬ੍ਰੇਕ ਹੁੰਦਾ ਥੋਨੂੰ ਜੇ ਕਨੈਕਸ਼ਨ ਨਹੀਂ ਹੋਊਗਾ ਤਾਂ ਇਮੋਸ਼ਨਸ ਕਿੱਥੋਂ ਹੋਣਗੇ ਜੇ ਇਮੋਸ਼ਨਸ ਨਹੀਂ ਹੋਣਗੇ ਰਿਸਪੈਕਟ ਕਿਹੜੀ ਗੱਲ ਤੇ ਆਏਗੀ ਜੇ ਰਿਸਪੈਕਟ ਨਹੀਂ ਆਏਗੇ ਤੁਸੀਂ ਅੰਡਰਸਟੈਂਡ ਕੀ ਕਰੋਗੇ ਜੇ ਤੁਸੀਂ ਅੰਡਰਸਟੈਂਡ ਨਹੀਂ ਕਰੋਗੇ ਤਾਂ ਤੁਹਾਡਾ ਦੂਜੇ ਬੰਦੇ ਨਾਲ ਪਿਆਰ ਬਣੂਗਾ ਕਿਵੇਂ ਕਨੈਕਸ਼ਨ ਤੋਂ ਸਟਾਰਟ ਹੁੰਦੀ ਹੈ ਸਾਰੀ ਚੀਜ਼ ਕੀ ਗੱਲ ਹੈ ਮੈਂ ਨਾ ਚਾਹਣਾ ਕਿ ਤੁਸੀਂ ਬੋਲਦੇ ਹੋ ਜੇ ਮੈਂ ਸੁਣੀ ਜਾਵਾਂ ਆਰਾਮ ਨਾਲ ਹਣਾ ਸਵਾਲ ਜਵਾਬ ਦੋ ਤਾਂ ਦਿਮਾਗ ਚ ਬਹੁਤ ਘਟ ਵੱਧ ਆਉਂਦਾ ਵੀਰੇ ਆਪਾਂ ਗੱਲ ਕਰੀਏ ਹਣਾ ਤੁਹਾਨੂੰ ਕਿੰਨੀ ਦੇਰ ਲੱਗੀ ਸੀਗੀ ਭਾਬੀ ਹੋਣਾ ਦੇ ਪੇਰੈਂਟਸ ਨੂੰ ਮਨਾਉਣ ਲਈ ਜਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਕਨਵਿੰਸ ਕਰਨ ਲਈ ਕਿ ਮੈਂ ਲਵ ਮੈਰਿਜ ਵਾਲੇ ਰਾਹ ਪਏ ਆ ਕਿ ਪਹਿਨਾ ਪਤਾ ਸੀ ਕਰਦੇ ਨੂੰ ਭਾਬੀ ਹੋਣਾ ਬਾਰੇ ਹਾਂ ਆਈਡੀਆ ਤਾਂ ਸੀਗਾ ਸਭ ਚੀਜ਼ਾਂ ਦਾ ਆਈਡੀਆ ਸੀਗਾ ਕਾਹਗਾ ਲੱਗਿਆ ਨਾ ਕਰਦੇ ਨੂੰ ਆਈਡੀਆ ਸਾਰਾ ਹੁੰਦਾ ਵੀ ਸਵਾਦ ਲੈਂਦੇ ਨੇ ਕਿ ਆਪੇ ਦੱਸੇ ਆਪਣੇ ਮੂੰਹ ਮੈਂ ਜੇ ਮੈਂ ਕੋਈ ਗੱਲ ਕਹਿ ਦਵਾ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਦਾ ਬੜਾ ਠੋਕਿਆ ਨ ਘੈਂਟ ਜਿਹਾ ਜਵਾਬ ਹੁੰਦਾ ਕਿ ਤੈਨੂੰ ਮਹੀਂ ਜੰਮਿਆ ਉੱਥੇ ਕਹਾਣੀ ਖਤਮ ਹੋ ਜਾਂਦੀ ਆ ਸੋ ਸਾਡੇ ਮਾਪੇ ਤੋਂ ਵੱਡਾ ਕੁਝ ਨਹੀਂ ਹੈਗਾ ਅਸੀਂ ਆਪਣੇ ਦੇਖੋ ਸਿੱਧੀ ਜੀ ਗੱਲ ਹੈ ਜੀ ਅਸੀਂ ਸਾਡੇ ਲਈ ਸਾਡੇ ਮਾਪੇ ਰੱਬ ਨੇ ਕੀ ਬਾਤ ਹੈ ਨਾ ਜੀ ਸਾਡੇ ਮਾਪੇ ਵੀ ਨੇ ਜਿਨ੍ਹਾਂ ਨੇ ਤੁਹਾਨੂੰ ਛੋਟੇ ਹੁੰਦੇ ਪਾਲ ਕੇ ਵੱਡਾ ਕੀਤਾ ਐਸ ਟਾਈਮ ਬੇਸ਼ੱਕ ਆਪਾਂ ਗੱਲ ਕਰ ਰਹੇ ਹਾਂ ਪਰ ਤੁਸੀਂ ਇਮੇਜਿਨ ਕਰੋ ਕਿ ਜਿਹੜੇ ਟਾਈਮ ਸਾਨੂੰ ਕੁਝ ਨਹੀਂ ਪਤਾ ਉਸ ਟਾਈਮ ਕਿਹਨੇ ਸਾਥ ਦਿੱਤਾ ਸਾਡਾ ਸਾਡੇ ਮਾਪੇ ਨੇ ਦਿੱਤਾ ਸਾਨੂੰ ਕੁਝ ਨਹੀਂ ਪਤਾ ਕਿ ਅਸੀਂ ਰੋ ਰਹੇ ਹਾਂ ਅਸੀਂ ਬਿਮਾਰ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਬਿਮਾਰ ਹਾਂ ਲੇਕਿਨ ਸਾਡੀ ਮਾਂ ਸਾਡੇ ਨਾਲ ਰਾਤ ਨਾਲ ਜਾਗ ਰਹੀ ਹੈ ਸਭ ਕੁਝ ਕਰ ਰਹੀ ਹੈ ਉਹਨੂੰ ਪਤਾ ਹੈ ਉਹਨਾਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਪਰ ਬੱਚੇ ਮਾਪਿਆਂ ਤੋਂ ਕਨੈਕਸ਼ਨ ਕਿਉਂ ਟੁੱਟ ਜਾਂਦੇ ਨੇ ਤੇ ਕਿਉਂ ਬਾਹਰ ਜਾ ਕੇ ਜਿਹੜੇ ਮਿਸ ਗਾਈਡ ਕਰਦੇ ਨੇ ਨਾ ਉਹਨੇ ਨਾ ਬਹਿ ਕੇ ਬੜਾ ਚਾ ਚੜਦਾ ਸੈਲਫੀਆਂ ਲਾ ਲੋ ਜਾਂ ਰੀਲਾਂ ਲਾ ਲੋ ਹਨਾ ਚਲੋ ਰੀਲਾਂ ਸੈਲਫੀਆਂ ਵੀ ਚੜਦੋ ਵੈਸੇ ਵੀ ਉਹਨਾਂ ਨੂੰ ਬਹਿਣਾ ਯਾਰ ਉਹਦੀ ਚੜਾਈ ਆ ਉਹਦੇ ਕੋ ਬਹਿਨੇ ਜਾ ਕੇ ਮਾਂ ਪਿਓ ਨੂੰ ਭਾਵੇਂ ਲਾਰੇ ਲਈ ਜਾਂ ਬਹਨੇ ਲਈ ਜਾਂ ਗਲਤ ਬੁਲੀ ਜਾਂ ਸੋ ਇਹ ਕਿਉਂ ਇਹ ਚੀਜ਼ ਹੁੰਦੀ ਆ ਮੈਨੂੰ ਇਹ ਲੱਗਦਾ ਭਾਜੀ ਕਿ ਉਹੀ ਕਿ ਅਸੀਂ ਨਾ ਫੈਮਿਲੀ ਦੇ ਵਿੱਚ ਬੈਠਦੇ ਨਹੀਂ ਹੈਗੇ ਮੈਨੂੰ ਇਹ ਲੱਗਦਾ ਪਹਿਲਾਂ ਬਜ਼ੁਰਗਾਂ ਨੇ ਇੱਕ ਬੜੀ ਵਧੀਆ ਗੱਲ કરી ਸੀਗੀ ਕਿ ਪੂਰੇ ਦਿਨ ਦੇ ਵਿੱਚ ਇੱਕ ਟਾਈਮ ਐਡਾ ਲਾਉਣਾ ਚਾਹੀਦਾ ਜਿੱਦੋਂ ਸਾਰੇ ਇਕੱਠੇ ਬੈਠ ਕੇ ਆਪਸ ਵਿੱਚ ਰੋਟੀ ਜ਼ਰੂਰ ਖਾਣ। ਬਿਲਕੁਲ ਬਿਲਕੁਲ। ਉੱਥੇ ਪਰਪਸ ਰੋਟੀ ਖਾਣਾ ਨਹੀਂ ਸੀ ਹੁੰਦਾ। ਉੱਥੇ ਪਰਪਸ ਸੀ ਕਿ ਪੂਰੇ ਦਿਨ ਦੇ ਵਿੱਚ ਜਿਹੜਾ ਬੰਦਾ ਜੌਬ ਕਰਕੇ ਆਇਆ ਪੂਰੇ ਦਿਨ ਦੇ ਵਿੱਚ ਜੇ ਕੋਈ ਬਾਪੂ ਖੇਤਾਂ ਦੇ ਵਿੱਚ ਜਾ ਕੇ ਆਇਆ ਤਾਂ ਪੂਰੇ ਦਿਨ ਦੀ ਸਾਰੀ ਕਹਾਣੀ ਉੱਥੇ ਡਿਸਕਸ ਹੋ ਜਾਵੇ। ਵੀ ਅੱਜ ਮੇਰੇ ਨਾਲ ਆ ਹੋਇਆ। ਜੋ ਕੋਈ ਜੌਬ ਤੇ ਜਾ ਕੇ ਉਹ ਕਹਦੇ ਮੇਰੇ ਨਾਲ ਆ ਹੋਇਆ। ਲੇਕਿਨ ਸਾਡੇ ਘਰਾਂ ਦੇ ਵਿੱਚ ਜਿਹੜਾ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਉਹ ਹੈ ਕਿ ਸਾਰੇ ਬੰਦੇ ਰੋਟੀ ਖਾਂਦੇ ਨੇ ਅਲੱਗ-ਅਲੱਗ ਬੈਠ ਕੇ ਸਾਰਿਆਂ ਦੇ ਆਪਣੇ-ਆਪਣੇ ਹੱਥ 'ਚ ਫੋਨ ਹੁੰਦੇ ਨੇ ਸਾਰਿਆਂ ਨੇ ਆਪਣੇ-ਆਪਣੇ ਜਿਹੜੇ-ਜਿਹੜੇ ਉਹਨਾਂ ਨੂੰ ਸੀਰੀਅਲ ਪਸੰਦ ਨੇ ਜੇ ਕਿਸ ਨੂੰ ਮੈਚ ਪਸੰਦ ਆ ਉਹ ਲਾ ਕੇ ਅਲੱਗ-ਅਲੱਗ ਸਾਰੇ ਆਪਣਾ-ਆਪਣਾ ਇੰਜੋਏ ਕਰ ਰਹੇ ਹੁੰਦੇ ਨੇ ਕਿਸੇ ਨੂੰ ਵੀ ਕਿਸੇ ਦੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਸੁੱਖ ਹੈ ਕੀ ਦੁੱਖ ਹੈ ਪਤਾ ਨਹੀਂ ਹੈਗਾ ਜਿਹੜਾ ਇਹ ਡਿਸਕਨੈਕਸ਼ਨ ਆ ਇਹ ਕਿਤਨਾ ਕਿਤੇ ਤੁਹਾਨੂੰ ਆਪਸ ਵਿੱਚ ਕਨੈਕਟ ਕਰਨ ਵਿੱਚ ਕਿਤਨਾ ਕਿਤੇ ਸਭ ਤੋਂ ਵੱਡਾ ਜਿਹੜਾ ਡਿਸਕਨੈਕਟ ਕਰਨ ਦਾ ਸਭ ਤੋਂ ਵੱਡਾ ਰੋਲ ਇਹ ਹੈ ਕਿ ਅਸੀਂ ਆਪਸ ਵਿੱਚ ਆਪਣੀ ਲਾਈਫ ਡਿਸਕਸ ਤੱਕ ਨਹੀਂ ਕਰ ਰਹੇ ਆਪਣੀ ਫੈਮਿਲੀ ਦੇ ਨਾਲ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਇਹ ਚੱਕਰ ਨਹੀਂ ਹੁੰਦਾ ਜਿਵੇਂ ਮਾਵਾ ਕਹਿੰਦੇ ਪਿਓ ਨੂੰ ਉਹਨਾਂ ਦੱਸੀ ਪਿਓ ਤੇਰਾ ਗਾਲਾਂ ਕੱਢੂ ਸੋ ਇਹ ਚੀਜ਼ਾਂ ਵੀ ਹੁੰਦੀਆਂ ਨੇ ਉਹਦੇ ਕਰਕੇ ਬੱਚਾ ਫਿਰ ਪਿਓ ਤੱਕ ਪਹੁੰਚ ਹੀ ਨਹੀਂ ਪਾਉਂਦਾ ਤੇ ਮਾਂ ਨੂੰ ਵੀ ਥੋੜਾ ਬਹੁਤ ਹੀ ਦੱਸਣ ਲੱਗ ਜਾਂਦਾ ਹੌਲੀ ਹੌਲੀ ਫਿਰ ਯਾਰਾਂ ਦੋਸਤਾਂ ਚ ਹੀ ਰਹਿੰਦਾ ਕਿਤੇ ਨਾ ਕਿਤੇ ਚੀਜ਼ ਨਹੀਂ ਹੁੰਦੀ ਦੇਖੋ ਦੇਖੋ ਕਮਿਊਨੀਕੇਸ਼ਨ ਨਹੀਂ ਹੋਊਗੀ ਨਾ ਜਿੱਥੇ ਉ ਚਾਹੇ ਤੁਹਾਡਾ ਤੁਹਾਡੇ ਫੈਮਿਲੀ ਦੇ ਨਾਲ ਗੈਪ ਹੈ ਚਾਹੇ ਤੁਹਾਡਾ ਥੋੜੇ 파ਟਨਰ ਦੇ ਨਾਲ ਗੈਪ ਹੈ ਤੁਸੀਂ ਚਾਹੇ ਤੁਹਾਡੇ ਥੋੜੇ ਦੋਸਤਾਂ ਦੇ ਨਾਲ ਗੈਪ ਹੈ ਜੇ ਤੁਹਾਡੀ ਕਮਿਊਨੀਕੇਸ਼ਨ ਨਹੀਂ ਹੋਊਗੀ ਨਾ ਆਪਾਂ ਚ ਗੱਲ ਨਹੀਂ ਹੋਊਗੀ ਦੇਖੋ ਮੈਂ छाਤੀ ਪਾੜ ਕੇ ਤਾਂ ਦਿਖਾ ਨਹੀਂ ਸਕਦਾ ਵੀਰੇ ਮੇਰੇ ਦਿਲ ਦੇ ਵਿੱਚ ਕੀ ਆ ਬਿਲਕੁਲ ਤੁਸੀਂ ਵੀ ਨਹੀਂ ਦਿਖਾ ਸਕਦੇ ਮੇਰੇ ਕੋਲ ਇੱਕੋ 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 ਜ਼ਰੀਆ ਹੈ ਕਿ ਮੈਂ ਮੂੰਹੋਂ ਬੋਲ ਕੇ ਦੱਸੂੰਗਾ ਜੋ ਮੈਂ ਮੂੰਹੋਂ ਬੋਲ ਕੇ ਦੱਸੂੰਗਾ ਉਹ ਹੀ ਮੈਟਰ ਕਰੂਗਾ ਮੈਂ ਚੰਗਾ ਬੋਲਾਂ ਬੁਰਾ ਬੋਲਾਂ ਜੋ ਮੇਰੇ ਮਨ ਦੇ ਵਿੱਚ ਮੈਂ ਮੂੰਹੋਂ ਬੋਲ ਕੇ ਦੱਸਣਾ ਹੈ ਜੇ ਅਸੀਂ ਬੋਲਾਂਗੇ ਹੀ ਨਹੀਂ ਤੇ ਸਾਹਮਣੇ ਵਾਲੇ ਬੰਦੋ ਤੇ ਐਕਸਪੈਕਟ ਕਰਾਂਗੇ ਉਹ ਆਪਣੇ ਆਪ ਸੰਝ ਲੈ ਕੋਈ ਰੱਬ ਨਹੀਂ ਹੈਗਾ ਵੀਰੇ ਇਸ ਟਾਈਮ ਆਪਣੇ ਆਪ ਸਮਝਣ ਵਾਲਾ ਇੰਨਾ ਧਿਆਨ ਨਹੀਂ ਬੰਦੇ ਨੂੰ ਆਪਣੇ ਆਪ ਦਾ ਨਹੀਂ ਪਤਾ ਹੈਗਾ ਦੂਜੇ ਨੂੰ ਤਾਂ ਕੀ ਸਮਝੂਗਾ ਜਦੋਂ ਤੱਕ ਤੁਸੀਂ ਬੋਲ ਕੇ ਨਹੀਂ ਦਸੋਗੇ ਨਾ ਡਾਕਟਰ ਵੀ ਪੁੱਛਦਾ ਹੈ ਹੂੰ ਕਿ ਕਿੱਥੇ ਤਕਲੀਫਾ ਉੱਥੋਂ ਆਈਡੀਆ ਲੰਦਾ ਹੈ ਕਿ ਹਾਂ ਇੱਥੇ ਇਹ ਚੀਜ਼ ਹੋ ਸਕਦੀ ਹੈ ਜੇ ਤੁਸੀਂ ਗੁੰਗੇ ਬਣ ਕੇ ਬੈਠੇ ਰਹੋਗੇ ਪਿਆ ਜਿੰਨੇ ਮਰਜ਼ੀ ਟੈਸਟ ਕਰੀ ਜਾਵੇ ਯਾਰ ਉਹ ਤੁਸੀਂ ਦਸੋਗੇ ਨਹੀਂ ਜੇ ਤਕਲੀਫ ਮਾਂ ਛੋਟੇ ਬੱਚੇ ਦਾ ਆਈਡੀਆ ਕਿਵੇਂ ਹੁੰਦਾ ਮਾਂ ਨੂੰ ਯੋਦੋਂ ਰੋਣਾ ਨੂੰ ਪਤਾ ਲੱ ਜਾਂਦਾ ਕਿ ਇਹ ਨਾ ਦੁੱਧ ਇਹਨੂੰ ਦੁੱਧ ਦੀ ਲੋੜ ਆ ਪਤਾ ਕਿਵੇਂ ਲੱਗਦਾ ਹੈ ਕਿਉਂਕਿ ਬੱਚਾ ਰੋਂਦਾ ਯਾਰ ਪਹਿਲਾਂ ਜੇ ਬੱਚਾ ਨਹੀਂ ਰੋਊਗਾ ਮਾਂ ਨੂੰ ਵੀ ਆਈਡੀਆ ਨਹੀਂ ਹੋਊਗਾ ਯਾਰ ਇਹਦਾ ਮਤਲਬ ਕਿ ਜਰੂਰ ਤੱਕ ਅਸੀਂ ਇਹ ਹੁਣ ਇਹ ਉਹੀ ਸੇਮ ਚੀਜ਼ ਆ ਹੁਣ ਰੋਊਂਗੇ ਨਹੀਂ ਐਟਲ ਹੁਣ ਬੋਲੋ ਤਾਂ ਸਹੀ ਯਾਰ ਬੋਲ ਕੇ ਤਾਂ ਦੱਸੋ ਮੈਂ ਯੂਥ ਨੂੰ ਵੀ ਵਾਲੀ ਇਹੀ ਗੱਲ ਕਹੂੰਗਾ ਕਿ ਆਪਣੇ ਪੇਰੈਂਟਸ ਨਾਲ ਜਰੂਰ ਗੱਲਬਾਤ ਕਰਿਆ ਕਰੋ ਆਪਣੀ ਫੈਮਿਲੀ ਦੇ ਨਾਲ ਯੂਰ ਬਾਤ ਗੱਲਬਾਤ ਕਰਿਆ ਕਰੋ ਆਪਣੇ ਪਾਰਟਨਰ ਨਾਲ ਗੱਲਬਾਤ ਕਰੋ ਮੈਂ ਮੈਂ ਕਹਿੰਦਾ ਅੱਜ ਜਿਹੜੀ ਆਪਾਂ ਗੱਲ ਆ ਵਰਤਲਾਪ ਆਪਾਂ ਕਰ ਰਹੇ ਹਾਂ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਚੀਜ਼ ਆਪਣਾ ਲਈ ਨਾ ਕਿ ਕਮਿਊਨੀਕੇਸ਼ਨ ਕਰੋ ਜਦੋਂ ਜਿੰਨਾ ਡੀਪ ਕਮਿਊਨੀਕੇਸ਼ਨ ਕਰ ਸਕਦਾ ਲੰਬੀ ਕਮਿਊਨੀਕੇਸ਼ਨ ਕਰ ਸਕਦਾ ਕਰੋ ਨਤੀਜਾ ਨਿਕਲੇ ਨਾ ਨਿਕਲੇ ਬਾਅਦ ਹੀ ਗੱਲ ਆ ਪਰ ਕਮਿਊਨੀਕੇਸ਼ਨ ਕਰੋ ਇਹ ਤੁਹਾਨੂੰ ਐਂਜਾਇਟੀ ਡਿਪਰੈਸ਼ਨ ਤੁਹਾਡੀ ਲਾਈਫ ਇਹ ਸਭ ਚੀਜ਼ਾਂ ਤੋਂ ਬਹੁਤ ਵਧੀਆ ਤਰੀਕ ਨਾਲ ਸੈੱਟ ਕਰ ਦੋ ਜੇ ਨਹੀਂ ਬੋਲੋਗੇ ਅੰਦਰੋਂ ਅੰਦਰ ਘੁੱਟੋਗੇ ਤੁਹਾਡੇ ਮਾਈਂਡ 'ਚ ਸਵਾਲ ਪੈਦਾ ਹੋਊਗਾ ਜਵਾਬ ਤੁਹਾਨੂੰ ਮਿਲਣਾ ਨਹੀਂ ਕਿਉਂਕਿ ਤੁਹਾਡੀ ਅੰਦਰ ਹੀ ਆਪਣੇ ਆਪ ਆਪਣੇ ਜਵਾਬ ਬਣਾਏ ਹੋਏ ਹੁੰਦੇ ਨੇ ਤੀਜੇ ਬੰਦੇ ਤੋਂ ਜਵਾਬ ਲੰਦੇ ਨਹੀਂ ਆਪਾਂ ਜਿਹਦੇ ਤੋਂ ਜਿਹਦੇ ਨਾਲ ਸਾਰੀ ਗੱਲਬਾਤ ਹੋਈ ਵੀ ਹੁੰਦੀ ਆ ਉਹਦੇ ਨਾਲ ਤਾਂ ਜੀ ਬਿਲਕੁਲ ਨਹੀਂ ਗੱਲ ਕਰਦੇ ਕਿਉਂਕਿ ਸਾਡੀ ਈਗੋ ਆ ਜਾਂਦੀ ਆ ਫਿਰ ਅਸੀਂ ਜਿਹੜੀ ਸੋਲੂਸ਼ਨ ਆ ਉਹ ਕਿਵੇਂ ਲੱਭਾਂਗੇ ਯਾਰ ਫਿਰ ਫਿਰ ਯੂਜ਼ ਸਹੀ ਕਿਵੇਂ ਹੋਊਗਾ ਸੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਵੀਰੇ ਹੁਣ ਆਪਾਂ ਤੁਹਾਡੇ ਤੇ ਆ ਜੀ ਨਾ ਜਿਹੜੀ ਤੁਹਾਡੀ ਗੱਲ ਚੱਲਦੀ ਸੀ ਘਰ ਤੇ ਨੂੰ ਮਨਾਇਆ ਕਿਵੇਂ ਫਿਰ ਉਹ ਉਹ ਕਿਵੇਂ ਪ੍ਰੋਸੈਸ ਚ ਦੇਖੋ ਮਨਵੀਤ ਨੇ ਆਪਣੀ ਫੈਮਿਲੀ ਦੇ ਨਾਲ ਗੱਲਬਾਤ કરી ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਅਨਾਲਿਸਿਸ ਕਰਿਆ ਕਿ ਮੈਂ ਕਿਵੇਂ ਦਾ ਮੈਂ ਮਿਲੇ ਉਹਨਾਂ ਨੂੰ ਪਹਿਲਾਂ ਜਾ ਕੇ ਇਦਾਂ ਨਹੀਂ ਕਿ ਡਾਇਰੈਕਟ ਸਿੱਧਾ ਵਿਆਹ ਹੋ ਗਿਆ ਸੀ ਮੈਂ ਮਿਲਿਆ ਪਹਿਲਾਂ ਜਾ ਕੇ ਤੇ ਉਹਨਾਂ ਦੀ ਆਪਣੀ ਅਬਜ਼ਰਵੇਸ਼ਨ ਹੌਸਟ ਟਾਈਮ ਤੱਕ ਮੈਂ ਫਾਈਨੈਂਸ਼ੀਅਲੀ ਇੰਨਾ ਐਕਟਿਵ ਨਹੀਂ ਸੀਗਾ ਸੋ ਇਹ ਚੀਜ਼ ਇੱਕ ਵਨ ਆਫ ਦਾ ਥਿੰਗ ਹੁੰਦੀ ਹੈ ਕੋਈ ਵੀ ਫੈਮਿਲੀ ਆ ਉਹ ਆਪਣੀ ਕੁੜੀ ਲਈ ਮਿਸ਼ੇ ਇਹ ਚਾਹੂਗੀ ਕਿ ਜਿੱਥੇ ਵੀ ਉਹ ਘਰ ਵਿੱਚ ਜਾ ਰਹੀ ਹੈ ਉਹ ਚੀਜ਼ਾਂ ਸੈਟਲ ਹੋਣ ਬੇਸ਼ੱਕ ਸਾਡੇ ਘਰਦਿਆਂ ਕੋਲ ਸਭ ਕੁਝ ਹੈਗਾ ਲੇਕਿਨ ਕਿਉਂਕਿ ਮੈਂ ਆਪਣੇ ਅੰਦਰ ਮੈਂ ਆਪਣੇ ਆਪ ਨੂੰ ਸਕਸੈਸ ਦੇ ਰਸਤੇ ਤੇ ਦੇਖਣਾ ਚਾਹੁੰਦਾ ਸੀਗਾ ਤਾਂ ਮੈਨੂੰ ਸੀਗਾ ਕਿ ਜੋ ਮੇਰੇ ਕੋਲ ਹੈ ਇਸ ਟਾਈਮ ਨਹੀਂ ਉਹ ਹੋਰ ਜ਼ਿਆਦਾ ਹੋਣਾ ਚਾਹੀਦਾ ਬਟ ਬੜਾ ਅੱਛਾ ਰਿਹਾ ਯਾਰ ਕਿ ਐ ਇਧਰੋਂ ਮੇਰੀ ਫੈਮਿਲੀ ਆਲਰੇਡੀ ਸੀਗੀ ਕਿ ਹਾਂ ਠੀਕ ਹੈ ਜਿਵੇਂ ਵੀ ਹੋਏਗਾ ਸਹੀ ਹੈ ਕਿ ਤੂੰ ਦੇਖਣਾ ਆਪਣਾ ਤੈਨੂੰ ਪਤਾ ਹੈ ਕਿ ਲਾਈਫ ਦਾ ਡਿਸੀਜਨ ਤੇਰਾ ਹੈ ਅੱਗੇ ਪਿਛੇ ਦਾ ਤੂੰ ਦੇਖਣਾ ਅਸੀਂ ਤੇਰੇ ਕੋਲ ਨਾਲ ਖੜੇ ਆ ਟੈਨਸ਼ਨ ਲੈਣੀ ਦਿਮਾਗ ਤਾਂ ਚੀਜ਼ਾਂ ਜਿਹੜੀਆਂ ਸਟਾਰਟ ਹੋਈਆਂ ਵੀਰੇ ਉਹ ਬਹੁਤ ਮਾਈਨਰ ਤੋਂ ਹੀ ਆ ਨੇ ਦੋਨੇ ਜਦੋਂ ਫੈਮਿਲੀ ਐਗਰੀ ਕਰੀਆਂ ਨੇ ਨਾ ਜਿਸ ਟਾਈਮ ਦੇ ਵਿੱਚ ਉਸ ਟਾਈਮ ਕੁਝ ਬਹੁਤਾ ਕੁਝ ਹੈ ਨਹੀਂ ਸੀਗਾ ਕਿ ਹਾਂ ਯਾਰ ਕਿ ਦੇਖਿਓ ਕਿ ਸਾਰਾ ਕੁਝ ਹੈਗਾ ਜੀ ਚਲੋ ਕਰਾ ਦਿੰਨੇ ਆ ਜੀ ਨਹੀਂ ਅਸੀਂ ਦੋਨਾਂ ਨੇ ਜਿਹੜਾ ਡਿਸੀਜਨ ਲਿਆ ਸੀਗਾ ਅਸੀਂ ਫੈਮਿਲੀਜ਼ ਤੋਂ ਇੱਕ ਤਾਂ ਇਹਦੀ ਪਰਮਿਸ਼ਨ ਲਈ ਕਿ ਸਾਨੂੰ ਮੌਕਾ ਦੇ ਦਿਓ ਅਸੀਂ ਤੁਹਾਨੂੰ ਗਲਤ ਨਹੀਂ ਪ੍ਰੂਵ ਹੋਣ ਦਵਾਵਾਂਗੇ ਔਰ ਵੀਰੇ ਪਰਮਾਤਮਾ ਨੇ ਉਹ ਚੀਜ਼ ਉੱਤੇ ਰਸਤੇ ਤੇ ਰਾਹ ਸਾਨੂੰ ਦਿਖਾਇਆ ਵੀ ਤੇ ਸਾਡੀ ਬਾਹ ਫੜੀ ਵੀ ਆ। ਮਨਵੀਤ ਦੀਆਂ ਪਿਛਲੇ 2-3 ਸਾਲ ਦੇ ਵਿੱਚ ਉਸ ਮਾਲਕ ਦੀ ਕਿਰਪਾ ਨਾਲ 3-4 ਪ੍ਰੋਮੋਸ਼ਨਾਂ ਹੋ ਚੁੱਕੀਆਂ ਨੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ। ਕੀ ਆ ਬਾਤ। ਮੇਰੀਆਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤਿੰਨ ਪ੍ਰੋਮੋਸ਼ਨਾਂ ਹੋ ਚੁੱਕੀਆਂ ਨੇ ਪਿਛਲੇ 2-3 ਸਾਲ ਦੇ ਵਿੱਚ। ਤਾਂ ਇਹ ਜਰਨੀ ਜੇ ਤੁਸੀਂ ਕਹੀਏ ਕਿ ਅਸੀਂ ਕੁਝ ਕਰਿਆ ਨਹੀਂ ਇਹ ਉਸ ਮਾਲਕ ਨੇ ਜਰਨੀ ਬਣਾਉਣੀ ਸੀਗੀ। ਉਹਨੇ ਜ਼ੀਰੋ ਤੋਂ ਸਟਾਰਟ ਕਰਨਾ ਹੈ ਅੱਗੇ ਕਿੱਥੇ ਤੱਕ ਲੈ ਕੇ ਜਾਣ ਉਹਨੂੰ ਪਤਾ ਹੈ ਅਸੀਂ ਉਹ ਤਾਂ ਉਹਦੀ ਛਤਰ ਛਾਇਆ ਦੇ ਵਿੱਚ ਹੀ ਚੱਲ ਰਹੇ ਹਾਂ ਜਿਵੇਂ ਅਸੀਂ ਕਹੇ ਕਿ ਅਸੀਂ ਘਰਦਿਆਂ ਨੂੰ ਮਨਾਇਆ ਨਹੀਂ ਘਰਦਿਆਂ ਦੇ ਵਿੱਚ ਪਰਮਾਤਮਾ ਸਹਾਈ ਹੋਇਆ ਹੋਣਾ ਉਹ ਹਾਂ ਦੀ ਜਗ੍ਹਾ ਨਾਂ ਵੀ ਕਰ ਸਕਦੇ ਸੀ ਲੇਕਿਨ ਹਾਂ ਹੀ ਕਰਾਉਣੀ ਸੀਗੀ ਇਹ ਹੁਣ ਸਾਡੀ ਅਰਦਾਸ ਸੀ ਮੇਰੀ ਅਰਦਾਸ ਸੀ ਮੇਰੀ ਵਾਈਫ ਦੀ ਅਰਦਾਸ ਸੀ ਇਕੱਠਿਆਂ ਦੀ ਅਰਦਾਸ ਸੀ ਗੁਰੂ ਸਾਹਿਬ ਕਿੱਥੇ ਸਹਾਈ ਹੋਏ ਨੇ ਹੁਣ ਜਿੱਥੋਂ ਸ਼ੁਰੂਆਤ ਹੋਈ ਸੀਗੀ ਪ੍ਰੋਫੈਸ਼ਨ ਲਾਈਫ ਦੀ ਉਹ ਪਿੱਛੇ ਵੀ ਜਾ ਸਕਦੀ ਸੀ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਕੋ ਕਹਿੰਦੇ ਨਹੀਂ ਜੀ ਮੈਂ ਤਾਂ ਅੱਗੇ ਲੈ ਕੇ ਜਾਊਂਗਾ ਇਹ ਜਿਹੜਾ ਚੈਨਲ ਦੀ ਸ਼ੁਰੂਆਤ ਹੋਈ ਸੀਗੀ ਜੀ ਉਹ ਵੀ ਜ਼ੀਰੋ ਤੋਂ ਹੀ ਹੋਈ ਸੀ ਭਾਜੀ ਯਾਰ ਔਰ ਇਹ ਵੀ ਹੁਣ ਪਰਮਾਤਮਾ ਦੀ ਖੇਡ ਸੀਗੀ ਉਹਨੂੰ ਦੇਖਣਾ ਸੀ ਉਹ ਥੱਲੇ ਲੈ ਕੇ ਜਾਣ ਉਹ ਸਾਰਾ ਇਸ ਖੇੜੀ ਖੇਡ ਆ ਭਾਜੀ ਇਹ ਇਹ ਪਰਮਾਤਮਾ ਦੀ ਆ ਸਾਰੀ ਇਹ ਤਾਂ ਤੁਸੀਂ ਮੈਂ ਵੀ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ ਕੁਝ ਵੀ ਇਹ ਪਰਮਾਤਮੇ ਖੇਡ ਆ ਜਿਹੜੀ ਜਿੱਥੇ ਪਰਮਾਤਮਾ ਦਾ ਨਾਮ ਆ ਜਿੱਥੇ ਪਰਮਾਤਮਾ ਦੀ ਗੱਲ ਉੱਥੇ ਸਭ ਕੁਝ ਆ ਉਹ ਤੋਂ ਬਿਨਾ ਹਾਈ ਕੁਝ ਨਹੀਂ ਯਾਰ ਜਦੋਂ ਆਪਾਂ ਜ਼ਿੰਦਗੀ ਰੱਬ ਤੇ ਸਿਰ ਦੇ ਦਿੰਦੇ ਆ ਨਾ ਜ਼ਿੰਦਗੀ ਸੌਖੀ ਬਹੁਤ ਹੋ ਜਾਂਦੀ ਆ ਐਕਚੁਅਲ ਚ ਮੈਂ ਕਹਿੰਦਾ ਜ ਮੈਂ ਤੁਹਾਨੂੰ ਕਹਾ ਕਿ ਬੜੀ ਮੇਰੇ ਦਿਮਾਗ 'ਚ ਨੇ ਬੜੀ ਵਾਰ ਆਉਂਦੀ ਹੈ ਗੱਲ ਇਹ ਕਿ ਅਸੀਂ ਨਾ ਸਭ ਕੁਝ ਮੰਗਦੇ ਆਂ ਪਰਮਾਤਮਾ ਤੋਂ ਅਸੀਂ ਪਰਮਾਤਮਾ ਨੂੰ ਕਹਿੰਨੇ ਆਂ ਕਿ ਤੁਸੀਂ ਸਾਨੂੰ ਆ ਚੀਜ਼ ਦੇ ਦਿਓ ਅਸੀਂ ਪਰਮਾਤਮਾ ਨੂੰ ਕਹਿੰਨੇ ਆਂ ਭਾਜੀ ਮੈਨੂੰ ਇਹ ਚਾਹੀਦਾ ਹੈ ਭਾਜੀ ਮੈਨੂੰ ਉਹ ਚਾਹੀਦਾ ਪਰਮਾਤਮਾ ਨਾਲ ਗੱਲ ਕਰਦੇ ਆਂ ਨਾ ਇਮੇਜਿਨ ਭਾਜੀ ਜੇ ਆਪਾਂ ਪਰਮਾਤਮਾ ਹੀ ਮੰਗ ਲਈਏ ਦੀਨੇ ਸਭ ਕੁਝ ਬਣਾਇਆ ਜੀ ਅਸੀਂ ਉਹ ਨੂੰ ਹੀ ਮੰਗ ਲਈਏ ਸੌਖਾ ਨਹੀਂ ਉਹ ਸਾਰਾ ਕੁਝ ਮੈਂ ਕਹਿੰਦਾ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਰੱਬ ਨੂੰ ਕਹਿੰਦਾ ਮੇ ਜੀ ਮੈਂ ਕਹਾਂ ਰੱਬ ਨੂੰ ਮੈਂ ਤੂੰ ਹੀ ਚਾਹਦਾ ਭਰਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਜਿਹਨੂੰ ਰੱਬ ਮਿਲ ਗਿਆ ਜੀ ਉਹਨੂੰ ਬਾਕੀ ਚੀਜ਼ਾਂ ਦਾ ਵੀਰੇ ਮਿਲੇ ਜਾਣੀਆਂ ਅਸੀਂ ਰੱਬ ਨਹੀਂ ਮੰਗਦੇ ਅਸੀਂ ਪਰਮਾਤਮਾ ਨਹੀਂ ਮੰਗਦੇ ਅਸੀਂ ਪਰਮਾਤਮਾ ਤੋਂ ਚੀਜ਼ਾਂ ਮੰਗਦੇ ਉਹਦੀਆਂ ਬਣਾਈਆਂ ਹੋਈਆਂ ਜਿਹਨੇ ਬਣਾਇਆ ਇਹਨੇ ਸਾਰੀ ਸਿਸਟਮ ਬਣਾਈ ਆ ਉਹਦੇ ਲਈ ਤਾਂ ਬਹੁਤ ਸੌਖਾ ਵੀਰੇ ਇਹਨਾਂ ਨੂੰ ਮੰਗ ਕੇ ਦੇਖੋ ਪਰ ਸ਼ਾਇਦ ਅਸੀਂ ਮੰਗਦੇ ਨਹੀਂ ਹੈਗੇ ਕਿ ਸਾਨੂੰ ਆਤ ਤੁਹਾਨੂੰ ਪਤਾ ਨਹੀਂ ਕਿ ਅਸੀਂ ਰੱਬੋਂ ਹੀ ਮੰਗ ਸਕਦੇ ਕਿਉਂਕਿ ਸਸੀਂ ਆਪਣੇ ਆਪ ਨੂੰ ਉਸ ਕੈਪੇਬਲ ਸਮਝਦੇ ਨਹੀਂ ਹੈਗੇ ਡਾਇਰੈਕਟ ਕਨੈਕਸ਼ਨ ਬਣਾ ਕੇ ਤੇ ਦੇਖੋ ਮੰਗ ਸਕਦੇ ਆਪਾਂ ਵੀ ਨੇ ਔਰ ਸਾਈ ਵੀ ਹੁੰਦਾ ਪਰਮਾਤ ਮੰਗ ਸੰਗ ਆਂਦਾ ਹਮੇਸ਼ਾ ਕਿਉਂ ਤੁਸੀਂ ਲਾਈਫ ਕੋਚ ਹੋ ਨਾ ਵੀਰੇ ਤੇ ਉਹ ਸੈਸ਼ਨਸ ਜਿਹੜੇ ਹੁੰਦੇ ਨੇ ਉਹ ਕੀ ਸਾਰਾ ਪ੍ਰੋਸੈਸ ਹੁੰਦਾ ਮੈਂ ਕਹਿੰਨਾ ਇੱਕ ਵਾਰੀ ਆਡੀਅנס ਨੂੰ ਇਹ ਵੀ ਦੱਸ ਦੋ ਕਿਵੇਂ ਤੁਹਾਡਾ ਕੰਟੈਕਟ ਕਿਵੇਂ ਕਰ ਸਕਦਾ ਕਿਵੇਂ ਪ੍ਰੋਸੈਸ ਹੁੰਦਾ ਮੇਰੇ ਜਿਹੜਾ ਇੰਸਟਾਗ੍ਰam ਪੇਜ ਹੈ ਜੀ ਉਹਦੇ ਤੇ ਗੂਗਲ ਫਾਰਮ ਬਣਾਇਆ ਹੋਇਆ ਉਹਦੇ ਵਿੱਚ ਬੇਸਿਕ ਇਨਫੋਰਮੇਸ਼ਨ ਹੁੰਦੀ ਹੈ ਕਿਉਂਕਿ ਜਿਆਦਾਤਰ ਲੋਕ ਉਹ ਇਕੱਲੇ ਰਹਿੰਦੇ ਨੇ ਇੱਥੇ ਤਾਂ ਫਿਰ ਵੀ ਜਿਵੇਂ ਆਪਾਂ ਹੀ 5-7 ਬੈਠੇ ਆਪਾਂ ਗੱਲਾਂ ਮਾਰ ਕੇ ਆਪਣੇ ਮਨ ਨੂੰ ਬਹੁਤ ਹਲਕਾ ਕਰ ਲਿਆ ਹੋਊਗਾ ਹਨ ਉਹਨਾਂ ਤੋਂ ਨਹੀਂ ਹੁੰਦਾ ਹੈਗਾ ਕਿਉਂਕਿ ਉਹ ਬਹੁਤ ਬਿਜ਼ੀ ਨੇ ਵੀਰੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਲੇ ਬਹੁਤ ਬੀਜ਼ੀ ਨੇ ਉਹਨਾਂ ਦੀ ਲਾਈਫ ਇੰਨੀ ਜ਼ਿਆਦਾ ਸਟੱਕ ਆ ਚੀਜ਼ਾਂ ਦੇ ਵਿੱਚ 12-12 15-17 ਘੰਟੇ ਜੌਬ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਹੀ ਉੱਥੇ ਟਾਈਮ ਹੀ ਹੈ ਨਹੀਂ ਕਿ ਉਹਨਾਂ ਦੀ ਕੋਈ ਗੱਲ ਸੁਣੇ 빙ਗਾ ਲਾਈਫ ਕੋਚ ਕੰਮ ਵੀ ਹੁੰਦਾ ਵੀਰੇ ਕਿ ਵਿਦਆਊਟ ਐਨੀ ਜਜਮੈਂਟ ਦੂਜੇ ਬੰਦੇ ਨੂੰ ਉਹਦੀ ਲਾਈਫ ਦੀ ਰਾਈਟ ਡਾਇਰੈਕਸ਼ਨ ਦੇਣਾ ਅੱ ਕਿ ਤੁਸੀਂ ਭਾਜੀ ਇੱਥੇ ਮੇਰੀ ਲਾਈਫਸ ਵਿੱਚ ਆਹ ਚੀਜ਼ਾਂ ਚੱਲ ਰਹੀਆਂ ਮੈਨੂੰ ਮੇਰਾ ਕੰਮ ਹੋਊਗਾ ਕਿ ਮੈਂ ਉਹਨੂੰ ਦੱਸਣਾ ਕਿ ਮੈਨੂੰ ਇਦਾਂ ਲੱਗਦਾ ਕਿ ਇੱਥੇ ਇਦਾਂ ਹੋਣਾ ਚਾਹੀਦਾ ਇਹ ਮੇਰਾ ਥੌਟ ਪ੍ਰੋਸੈਸ ਆ ਕਿ ਇਹ ਚੀਜ਼ ਹੋ ਸਕਦਾ ਹੈ ਕਿ ਜ਼ਿਆਦਾ ਬੈਟਰ ਹੋਵੇ ਤੁਹਾਡੇ ਵਾਸਤੇ ਤਾਂ ਉੱਥੇ Google ਫਾਰਮ ਹੁੰਦਾ ਜੀ Google ਫਾਰਮ ਤੇ ਬੰਦਾ ਇਨਫੋਰਮੇਸ਼ਨ ਭਰਦਾ ਉਹ ਡਿਟੇਲ ਮੇਰੇ ਕੋਲ ਆ ਜਾਂਦੀ ਹੈ ਤੇ ਮੈਂ ਉਹਨਾਂ ਨਾਲ ਫਿਰ WhatsApp ਤੇ ਕਨੈਕਟ ਕਰਦਾ ਫਿਰ ਸੈਸ਼ਨ ਦੀ ਮਰਜ਼ੀ ਹੁੰਦੀ ਹੈ ਦੂਜੇ ਬੰਦੇ ਨੇ ਆਡੀਓ ਸੈਸ਼ਨ ਲੈਣਾ ਹੈ ਵੀਡੀਓ ਸੈਸ਼ਨ ਲੈਣਾ ਮਿਲ ਕੇ ਲੈਣਾ ਥਿਸ ਇਜ਼ ਟੋਟਲੀ ਬੰਦੇ ਦੀ ਚੋਇਸ ਹੁੰਦੀ ਹੈ ਜੇ ਬੰਦਾ ਇੰਡੀਆ ਦੇ ਵਿੱਚ ਜਿਹੜੀਆਂ ਅੱਜ ਵੀ ਆਪਾਂ ਗੱਲ ਰਹੇ ਹਾਂ ਇੱਕ ਇਹ ਸੈਸ਼ਨ ਨੇ ਇੱਕ ਤਰ੍ਹਾਂ ਦਾ ਇਹ ਓਵਰਆਲ ਸੈਸ਼ਨ ਮੰਨ ਲਓ ਤੁਸੀਂ ਸੈਸ਼ਨ ਹੀ ਇੱਕ ਤਰ੍ਹਾਂ ਦਾ ਸੋਪਰੇ ਆਪਾਂ ਨਾ ਵਾਈਂਡ ਅਪ ਕਰਦੇ ਹਾਂ ਤੇ ਪੋਡਕਾਸਟ ਠੀਕ ਹੈ ਜੀ ਤੇ ਮੈਂ ਚਾਹੁੰਦਾ ਲਾਸਟ ਤੁਸੀਂ ਆਡੀਅנס ਨੂੰ ਕੁਝ ਕਹਿਣਾ ਚਾਹੋਗੇ ਆਡੀਅנס ਜੀ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਜ਼ਿੰਦਗੀ ਦੇ ਵਿੱਚ ਅੱਗੇ ਜਰੂਰ ਵਧੋ ਇੱਕ ਛੋਟੀ ਜੀ ਕਹਾਣੀ ਨਾਲ ਐਂਡ ਕਰੂੰਗਾ ਮੈਂ ਚੀਜ਼ ਦਾ ਕਿ ਇੱਕ ਨਾ ਕਾਰਪੈਂਟਰ ਸੀਗਾ ਜੀ ਕਾਰਮੈਨ ਸੋਰੀ ਮਿਸਤਰੀ ਸੀਗਾ ਸੋ ਮਿਸਤਰੀ ਕੋਲ ਇੱਕ ਬੰਦੇ ਕੋਲ ਨਾ 52 ਸਾਂ ਨੌਕਰੀ ਕਰਦਾ ਮੈਂ ਇਹ ਗੱਲ ਇਸ ਲਈ ਦੱਸ ਰਿਹਾ ਕਿ ਆਪਾਂ ਇਸ ਚੀਜ਼ ਦਾ ਕਰਕਸ ਕੱਢਾਂਗੇ 52 ਸਾਂ ਨੌਕਰੀ ਕਰਦਾ ਤੇ ਉਹਦੇ ਲਈ ਘਰ ਬਣਾਉਂਦਾ ਜਿਵੇਂ ਸ਼ਾ ਉਹ ਘਰ ਬਣਾਉਂਦਾ ਰਹਿੰਦਾ ਬਣਾਉਂਦਾ ਰਹਿੰਦਾ ਥੱਕ ਜਾਂਦਾ ਘਰ ਬਣਾ ਕੇ ਉਹਦੇ ਅੱਗੇ ਹੱਥ ਜੋੜਦਾ ਕਹਿੰਦਾ ਯਾਰ ਵੀ ਭਰਾਵਾ ਵੀ ਮੈਂ ਬਹੁਤ ਘਰ ਬਣਾ ਲਿਆ ਚੱਕ ਹਨਾ ਵੀ ਮੈਨੂੰ ਫਾਈਨਡ ਅਪ ਕਰ ਮੈਨੂੰ ਛੱਡ ਦੇ ਮੈਂ ਹੁਣ ਨੌਕਰੀ ਹੋਰ ਨਹੀਂ ਕਰਨੀ ਹੈਗੀ ਉਹ ਕਹਿੰਦਾ ਐਂ ਕਰ ਫਿਰ ਆਖਰੀ ਕੰਮ ਕਰ ਦੇ ਮੇਰੇ ਵਾਸਤੇ ਆ ਇੱਕ ਘਰ ਹੋਰ ਬਣਾ ਦੇ ਉਹ ਕਹਿੰਦਾ ਠੀਕ ਆ ਉਹ ਕੀ ਕਰਦਾ ਯਾਰ ਕੋ ਥੱਕਿਆ ਹੁੰਦਾ ਪਹਿਲਾਂ ਹੀ ਉਹ ਕਹਿੰਦਾ ਕਿ ਨਹੀਂ ਯਾਰ ਕੋਈ ਗੱਲ ਨਹੀਂ ਠੀਕ ਆ ਉਹ ਜਿੱਥੇ ਦਿਲ ਕਰਦਾ ਰਸੋਈ ਬਣਾਉਂਦਾ ਜਿੱਥੇ ਦਿਲ ਕਰਦਾ ਜਿਹੜਾ ਟੁੱਟਿਆ-ਵਟੇ ਮਟੀਰੀਅਲ ਬਣਾ ਕੇ ਘਰ ਜਿਹੜੀ ਚੀਜ਼ ਉਹ 6 ਮਹੀਨੇ ਚ ਰੈਡੀ ਕਰਦਾ ਉਹ 15 ਦਿਨਾਂ ਚ ਰੈਡੀ ਕਰਕੇ ਚਾਬੀ ਵੜਾ ਦਿੰਦਾ ਉਹਨੂੰ ਕਹਿੰਦਾ ਜੀ ਆਹ ਲੋ ਜੀ ਚਾਬੀ ਘਰ ਬਣਾਤਾ ਵੀ ਮੈਨੂੰ ਛੁੜਕਾਰਾ ਦਿਓ ਹੁਣ ਉਹ ਕਹਿੰਦਾ ਉਹ ਚਾਬੀ ਜਦ ਫੜਦਾ ਉਹੀ ਚਾਬੀ ਉਹਦੇ ਹੱਥੇ ਚ ਫੜਾ ਦਿੰਦਾ ਕਹਿੰਦਾ ਯਾਰ ਤੈਂ ਮੇਰੇ ਕੋਲ 52 ਸਾਲ ਨੌਕਰੀ ਕਰੀ ਆ ਇਹ ਘਰ ਮੇਰੇ ਵੱਲੋਂ ਤੈਨੂੰ ਗਿਫਟ ਆ ਉਹ ਬੰਦਾ ਉਸ ਸਮਾ ਦਿਮਾਗ ਸੋਚਦਾ ਹੁੰਦਾ ਹੁਣ ਜੂ ਰਿਲੇਟ ਕਰਿਓ ਗੱਲ ਇਹ ਉਹ ਦਿਮਾਗ ਸੋਚਦਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਇਸ ਘਰ ਦੇ ਵਿੱਚ ਮੈਂ ਹੀ ਰਹਿਣਾ ਤਾਂ ਮੈਨੂੰ ਰੀਜ ਨਾ ਬਣਾਉਂਦਾ ਪਰ ਮੈਨੂੰ ਪਤਾ ਨਹੀਂ ਸੀਗਾ ਅਸੀਂ ਵੀ ਇਹੀ ਗਲਤੀ ਕਰਦੇ ਆ ਦੋਸਤੋ ਜੇ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਹੋਊਗੀ ਕਿ ਜਿਹੜੀ ਤੁਸੀਂ ਲਾਈਫ ਕ੍ਰੀਏਟ ਕਰ ਰਹੇ ਹੋ ਕੋਈ ਨਸ਼ੇ ਕਰ ਰਿਹਾ ਹੈ ਕੋਈ ਚੀਜ਼ਾਂ ਐਂਜ਼ਾਈਟੀ ਡਿਪਰੈਸ਼ਨ ਬਹੁਤ ਚੀਜ਼ਾਂ ਨੇ ਜੋ ਅਸੀਂ ਅਲਝਾਂਮਿਆਂ ਦੇ ਵਿਚੋੜੇ ਹੋਏ ਆ ਤੁਸੀਂ ਆਪਣੀ ਲਾਈਫ ਆਪ ਕ੍ਰੀਏਟ ਕਰ ਰਹੇ ਹੋ ਇਸ ਲਾਈਫ 'ਚ ਤੁਸੀਂ ਹੀ ਰਹਿਣਾ ਜੋ ਅੱਜ ਦਾ ਤੁਹਾਡਾ ਡਿਸੀਜਨ ਨਾ ਉਹਦੇ ਵਿੱਚ ਤੁਸੀਂ ਹੀ ਰਹਿਣਾ ਹੈ ਇਹ ਹੁਣ ਤੁਸੀਂ ਦੇਖਣਾ ਹੈ ਉਹ ਮਿਸਤਰੀ ਮੰਗ ਕਿ ਉਹ ਕਾਲੀ ਕਰਕੇ ਉਹ ਕਿਵੇਂ ਦਾ ਡਿਜ਼ਾਈਨ ਬਣਾਉਣਾ ਹੈ ਜਿਹੜੀ ਚੀਜ਼ ਤੁਸੀਂ 6 ਮਹੀਨਿਆਂ 'ਚ ਕ੍ਰੀਏਟ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਸੋਚ ਸਮਝ ਕੇ ਚਾਹੇ ਉਹ ਤੁਸੀਂ ਆਪਣਾ ਰਿਸ਼ਤੇ ਦੇ ਵਿੱਚ ਜਾਣਾ ਹੈ ਤੁਸੀਂ ਆਪਣੀ ਫੈਮਿਲੀ ਨਾਲ ਰਿਲੇਸ਼ਨ ਬਣਾਉਣਾ ਹੈ ਤੁਸੀਂ ਆਪਣੇ ਮਾਪੇ ਨਾਲ ਬਣਾਉਣਾ ਤੁਸੀਂ ਆਪਣਾ ਪ੍ਰੋਫੈਸ਼ਨਲ ਲਾਈਫ ਨੂੰ ਉੱਪਰ ਲੈ ਕੇ ਜਾਣਾ ਹੈ ਠਹਿਰਾਵ ਲੈ ਕੇ ਆਓ ਜ਼ਿੰਦਗੀ ਦੇ ਵਿੱਚ ਸਮਝੋ ਅਨਾਲਿਸਿਸ ਕਰੋ ਕਾਲੀ ਨਾ ਕਰੋ ਕਿਸੇ ਚੀਜ਼ ਦੀ ਦੇਖੋ ਕਿ ਪ੍ਰੋਜ਼ਾਂ ਕੌਨਸ ਕੀ ਹੋ ਸਕਦੇ ਨੇ ਜ਼ਿੰਦਗੀ ਦੇ ਵਿੱਚ ਜੋ ਵੀ ਤੁਸੀਂ ਕ੍ਰੀਏਟ ਕਰ ਰਹੇ ਹੋ ਯਾਦ ਰੱਖਿਓ ਕਿ ਉਹ ਥੋੜੀ ਜਿੰਦਗੀ ਆ ਉਹਦੇ ਵਾਸਤੇ ਕਿਸੇ ਹੋਰ ਕਿਸੇ ਨੇ ਨਹੀਂ ਕੁਝ ਕਰਨ ਵਾਸਤੇ ਹੋਣਾ ਹੈਗਾ ਤੁਸੀਂ ਹੀ ਕਰਨਾ ਜੋ ਕਰਨਾ ਸੋ ਜੋ ਵੀ ਡਿਸੀਜਨ ਲੈਣਾ ਹੈ ਸੋ ਸਮਝ ਕੇ ਲੈਣਾ ਹੈ ਜ਼ਿੰਦਗੀ ਦੇ ਵਿੱਚ ਗਲਤੀਆਂ ਨਹੀਂ ਕਰਨੀਆਂ ਹੈਗਾ ਜੇ ਗਲਤੀਆਂ ਹੋ ਵੀ ਜਾਣੀਆਂ ਤਾਂ ਯਾਦ ਰੱਖਿਓ ਬੰਦਾ ਕਦੇ ਹਾਰਦਾ ਨਹੀਂ ਹੈਗਾ ਜਾਂ ਸਿੱਖਦਾ ਹੈ ਜਾਂ ਬੰਦਾ ਕਾਮਯਾਬ ਹੁੰਦਾ ਸੱਚੀ ਗੱਲ ਜੀ ਸੋ ਬਰੇ ਉਮੀਦ ਕਰਦਾ ਹਾਂ ਤੁਹਾਨੂੰ ਸਾਡਾ ਪੋਡਕਾਸਟ ਪਸੰਦ ਆਇਆ ਹੋਊਗਾ ਜਿਹੜਾ ਅੱਜ ਦਾ ਪੋਡਕਾਸਟ ਸੀ ਉਹ ਕਾਫੀ ਵਧੀਆ ਸੀਗਾ ਪੋਜ਼ਿਟਿਵ ਗੱਲਾਂ ਹੋਈਆਂ ਹਨ ਜੇ ਤੁਹਾਨੂੰ ਪਸੰਦ ਆਇਆ ਸੋਣਾ ਜਾਂ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜਲਦੀ ਇੱਕ ਨਵੇਂ ਪੋਡਕਾਸਟ ਦੇ ਨਾਲ ਥੈਂਕ ਯੂ